ਜਿਹੜੇ ਕਹਿੰਦੇ ਵੀ ਸਾਡਾ ਪੁੱਤ ਤਾਂ ਜੀ ਅਮਰੀਕਾ ਚਲ ਜਾਣਾ ਡੋਂਕੀ ਲਾ ਕੇ ਜਾਊਗਾ ਉਹ ਜ਼ਰੂਰ ਦੇਖ ਲਿਓ ਅੱਜ ਦੀ ਇਹ ਮੁਲਾਕਾਤ ਐ ਚੌੜਾਂ ਕਰਦੇ ਜਾਂਦੇ ਸੀ ਵਾਸ ਵੀ ਹੁਣ ਤਾਂ ਪਹੁੰਚ ਗਏ ਡੇਢ ਕੰਟਾ ਗੱਟੀ ਚ ਸਫਰ ਕੀਤਾ ਇੱਕ ਜੰਗਲ ਜੀ ਦੇ ਵਿੱਚ ਲੈ ਗਏ ਏਜੰਟ ਨੇ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਇੱਕ ਨੰਬਰ 'ਚ ਜਾਣਾ ਜਹਾਜ਼ ਰਾਹੀਂ ਜਾਣਾ ਸਿੱਧਾ ਉੱਤੀ ਉਧਰ ਨਾ ਫਰਾਸੇ ਬੱਸ ਬੱਸ ਉੱਥੀ ਉੱਤਰਨਾ ਜੀ ਹੁਣ ਤਾਂ ਟ੍ਰੈਂਸ ਤੁਸੀਂ ਝੋਪੜੀ 'ਚ ਆ ਗਏ ਪਰ ਉੱਥੇ ਆ ਗਏ ਝੋਪੜੀ 'ਚ ਇੱਕ ਖਾਲੀ ਕੁੱਤੇ ਵਾਲੇ ਟਰੱਕ 'ਚ ਬਠਿਆਤਾ ਅੱਛਾ ਉਹਦੇ ਵਿੱਚ ਇੱਕ ਜਿਹਾ ਕੁੱਤੇ ਆ ਟਰੱਕ ਦੇ ਨਾਲ ਕੈਬਨਜਾ ਬਣਿਆ ਹੋਤਾ ਵੀਰ ਜੀ ਗੈਰ ਖਾਲ ਕੁੱਤੇ ਜੀ ਗੱਲੇ ਜਿੱਥੇ ਜਿੱਥੇ ਤੁਸੀਂ ਬੈਠੇ ਸੀ ਕੈਬਨ ਚੌੜਾ ਸੀਗਾ ਨਾ ਜੀ ਨਾ ਉਹ ਤਾਂ ਜੀ ਵੀਰ ਜੀ ਵਿੱਚ ਜਿਵੇਂ ਜਿਹੜਾ ਬੰਦਾ ਕੋਈ ਖੜਾ ਰਹਿ ਗਿਆ ਖੜਾ ਜਿਹੜਾ ਬੈਠ ਗਿਆ ਬੈਠ ਗਿਆ ਜੀ ਕੋਈ ਬੈਗੇ ਸੀ ਕਿ ਤੁਸੀਂ ਖੜੇ ਸੀ ਮੈਂ ਤਾਂ ਜੀ ਪੈਰਾਂ 'ਪਾਰ ਬੈ ਗਿਆ ਤੇ ਇੱਕ ਮੁੰਡਾ ਖੜਾ ਸੀ ਉੱਥੋਂ ਜੀ ਫਿਰ ਜਦੋਂ ਉਹਨਾਂ ਨੇ ਪੈਰਾਂ 'ਪਾਰ ਬੈਠ ਕੇ ਬਿਮਾਰੀਆਂ ਤਾਂ ਠੀਕ ਹੋ ਗਈਆਂ ਉਹਨੇ ਕਹੀ ਬਿਮਾਰੀਆਂ ਤਾਂ ਜੀ ਅਹੀ ਜੀ ਜਦੋਂ ਉਹਨਾਂ ਨੇ ਖੋਲ੍ਹ ਕੇ ਕੱਟਿਆ ਬਾਹਰ ਬਿਮਾਰੀਆਂ ਤਾਂ ਪੂਰੀਆਂ ਹੀ ਕਰਤੀਆਂ ਜੀ ਠੀਕ ਔਰ ਉਹ ਡਿੱਗੀ ਚੱਕੀ ਜੀ ਜਿਹੜਾ ਸਕੌਡਾ ਗੱਡੀ ਤੀ ਜਿੱਥੇ ਟਾਇਰ ਰੱਖਦੇ ਨੇ ਜੀ ਹਾਂਜੀ ਹਾਂ ਉੱਥੇ ਸਾਨੂੰ ਦੋਹਾਂ ਨੂੰ ਫਿੱਟ ਕਰਿਆ ਜੀ ਉਹਨੇ ਉੱਥੇ ਬੱਤੀਆ ਕੋ ਕੁਜਾ ਜੀ ਅੱਛਾ ਪੁਲਿਸ ਦਾ ਹਮ ਅਸੀਂ ਜਿਹੜੇ ਦਰਖਤਾਂ ਦੇ ਆਲੇ-ਦਾਲੇ ਉਹ ਲਾਇਬ ਹੀ ਨਹੀਂ ਹੁੰਦੇ ਜੀ ਉੱਥੇ ਚੌਰ ਸੇ ਜੇ ਜਾਲ ਜੀ ਹਾਂਜੀ ਹਾਂ ਜਾਲ ਜਦੋਂ ਪੁਲਿਸ ਦਾ ਬੱਤੀਆ ਕੋ ਕੁਜਾ ਅਸੀਂ ਤਾਂ ਜੀ ਦੋਹਾਂ ਨੇ ਉਹ ਚ ਸਾਲਾ ਮਾਰੀਆਂ ਕੰਨਾ ਯਾਰ ਤੁਸੀਂ ਇਹ ਨਾ ਕਰੋ ਵੀ ਉੱਥੇ ਉਜੀ ਟੋਪੀ ਵਾਲਾ ਬੰਦਾ ਹੋ ਮਾ ਟੋਪੀ ਵਾਲੇ ਖਬਰਾ ਕਿੰਨੇ ਘੋਣਗੇ ਹੁਣ ਸਾਨੂੰ ਕਿਹੜੀ ਪਤਾ ਟੋਪੀ ਸਾਡੇ ਤਾਂ ਟੋਪੀ ਪਹਿਲੇ ਹੀ ਪਈ ਵੀ ਆ ਇੱਕ ਅਸੀਂ ਤੁਰੇ ਜਾਂਦੇ ਸੀ ਪੰਜਾਬੀ ਮੁੰਡਾ ਸਾਨੂੰ ਮਿਲ ਗਿਆ ਜੀ ਉਹ ਅਸੀਂ ਉਹਦੇ ਕੋਲ ਪਿੱਛੇ ਹੋ ਗਿਆ ਸੀ ਕਿ ਆ ਵੀ ਬਾਈ ਜੀ ਵੀ ਉਹ ਕਹਿੰਦਾ ਜੀ ਵੀ ਸਾਨੂੰ ਦਾ ਇੱਕਣ ਇੱਕਣ ਉਹ ਕਹਿੰਦਾ ਬਾਈ ਜੀ ਤੁਸੀਂ ਕੋਈ ਨਹੀਂ ਵੀ ਗੁਰੂ ਘਰ ਤਾਂ ਹੈਗਾ ਦੂਰ ਵੀ ਤੁਸੀਂ ਮੇਰੇ ਪਿੱਛੇ ਆ ਚੱਲੋ ਮੇਰੇ ਘਰੇ ਆਜੋ ਉਹਨੇ ਵਿਚਾਰਨੇ ਘਰੇ ਜੀ ਸਾਨੂੰ ਪ੍ਰਸ਼ਾਦਾ ਸਿਕਾਇ ਪਹਿਲਾਂ ਤਾਂ ਜੀ 5 3-4 ਮਹੀਨੇ ਬਾਅਦ ਪ੍ਰਸ਼ਾਦਾ ਸਿਕਾਇ ਕਿਉਂਕਿ 3 3.5 ਮਹੀਨਾ ਜੇਲ੍ਹ ਚ ਰਹੇ ਉਹਨੇ ਪ੍ਰਸ਼ਾਦਾ ਸਿਕਾਇ ਉਹਨੇ ਵਿਚਾਰਨੇ ਆਪਣੇ ਕੱਪੜੇ ਦਿੱਤੇ ਹੀ ਸਾਨੂੰ ਬੰਦਾ ਲੈਣ ਆ ਗਿਆ ਜੀ ਉਹ ਹੈਗਾ ਤਾਂ ਜੀ ਮੇਰੇ ਨਾਨਕਿਆਂ ਦਾ ਸੀ ਅੱਛਾ ਉਹਨੂੰ ਮੈਂ ਪਛਾਣ ਲਿਆ ਹਾਂਜੀ ਅਸੀਂ ਕਿਹਾ ਵੀ ਫਿਰ ਵੀਰੇ ਵੀ ਹੁਣ ਸਾਨੂੰ ਗਾਹਾਂ ਮੈਂ ਤਾਂ ਜਾਣਾ ਆਪਣੇ ਉੱਥੇ ਉਹ ਕਹਿੰਦਾ ਵੀਰੇ ਬੈਜੋ ਜਿੰਨਾ ਚਿਰ ਪੈਸੇ ਨਹੀਂ ਤੁਹਾਡਾ ਜੰਤ ਪਾਉਂਦਾ ਨਹੀਂ ਉਹਨਾਂ ਚਿਰ ਤੁਹਾਨੂੰ ਥੱਲੇ ਨਹੀਂ ਉਤਰਨ ਦੇਦਾ ਤੁਸੀਂ ਜਾਣਦੀਆਂ ਗੱਲਾਂ ਕਰਦੇ ਹੋ ਅੱਛਾ ਮੈਂ ਕਹਾਂ ਜੀ ਡੇਢ ਮਹੀਨਾ ਉਹਨੇ ਉੱਥੇ ਢਾ ਕੇ ਰੱਖਿਆ ਜਾਨਾ ਜਿੰਦਾ ਲਾ ਦਿੰਦਾ ਦੀ ਬਾਹਰੋਂ ਸੱਤ ਦੇ ਸੱਤ ਅੰਦਰੇ ਬੈਠੇ ਰਹੇ ਪਿੰਡ ਦਾ ਮੁੰਡਾ ਜੀ ਤੁਹਾਡੇ ਨਾਲ ਕਹਿੰਦਾ ਉਹ ਕਹਿੰਦਾ ਮੇਰੀ ਮਜਬੂਰੀ ਆ ਤਿੰਨ ਬੰਦੇ ਦੀ ਉਹਨਾਂ ਨੂੰ ਸਪਰੂਫ ਮਿਲ ਗਿਆ ਜੀ ਹੂੰ ਉਸ ਕਰਕੇ ਉਹਨਾਂ ਨੇ ਜੀ ਫਿਰ ਮੈਨੂੰ ਰਿਪੋਰਟ ਕਰਤਾ ਉਹ ਰਿਪੋਰਟ ਵਾਲਾ ਹਜੇ ਤੱਕ ਜੀ ਮੈਂ ਭੁਗਤ ਰਿਹਾ ਕੰਮ। ਪਾਸਪੋਰਟ ਨੀ ਜੀ ਮੁੜ ਕੇ ਬਣਿਆ। ਉਹ ਫਿਰ ਮੰਮੀ ਡੈਡੀ ਦੀ ਡੈਥ ਜੀ ਇਕੱਠੀ 2020 ਚ ਹੋ ਗਈ ਸੀ। ਅੱਛਾ ਅੱਛਾ। ਉਦੋਂ ਵਿੱਚ ਵੀ ਦੋਏ 18 ਦਿਨਾਂ ਦੇ ਵਿੱਚ ਵਿੱਚ ਡੈਡੀ ਮੰਮੀ ਚਲੇ ਗਏ ਸੀ ਜੀ। ਆ ਦੋ ਨੰਬਰ ਦੇ ਵਿੱਚ ਦੋ ਨੰਬਰ ਚ ਮੈਂ ਬੇਨਤੀ ਕਰਦਾ ਸਾਰੇ ਵੀ ਕੋਈ ਵੀ ਦੋ ਨੰਬਰ ਚ ਨਾ ਜਾਵੇ ਵੀਰ। ਕੋਈ ਨਾਲ ਦਾ ਜਾਂ ਕਿਸੇ ਦਾ ਐ ਤਾਂ ਨਹੀਂ ਵੀ ਕਿਉਂਕਿ ਕਈ ਵਾਰ ਹੁੰਦਾ ਵੀ ਕੋਈ ਵਿਚਾਰਾ ਮੋੜਿਆ ਹੀ ਨਹੀਂ ਨੀ। ਇੱਕ ਮੁੰਡਾ ਨਹੀਂ ਮੋੜਿਆ ਜੀ ਬਾਗੜੀਆਂ ਦਾ ਥੀ। ਅੱਛਾ ਹਾਂਜੀ ਉਹਦਾ ਮੈਨੂੰ ਬਾਅਦ ਚ ਵੀ ਫੋਨ ਆਈਗੇ ਉਹਨਾਂ ਦੇ ਪਰਿਵਾਰ ਦੇ ਆਪਣੇ ਮੁੰਡਿਆਂ ਦੇ ਜੀ ਕੜੇਆਂ ਤੋਂ ਪਤਾ ਲੱਗਦਾ ਵੀ ਪੰਜਾਬੀ ਨੇ ਪਿੰਜਰ ਪਏ ਨੇ ਜੀ ਜਦੋਂ ਤੁਸੀਂ ਜੇਲ੍ਹ ਚ ਚਲੇ ਗਏ ਫੇਰ ਕਦੇ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਕੌਣ ਕੌਣ ਯਾਦ ਆ ਰਿਹਾ ਸੀ ਬਾਈ ਫੇਰ ਤਾਂ ਜੀ ਸਾਰਾ ਪਰਿਵਾਰ ਹੀ ਯਾਦ ਆਉਂਦਾ ਸੀ ਪੰਜਾਬ ਦੇ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵੱਲ ਨੂੰ ਹੋਇਆ ਪਿਆ ਅਜਿਹੇ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਜਾਂ ਨੌਜਵਾਨ ਸਿੱਧੇ ਢੰਗ ਦੇ ਨਾਲ ਜਾਂ ਸਹੀ ਤਰੀਕੇ ਦੇ ਨਾਲ ਵਿਦੇਸ਼ ਜਾਂਦੇ ਨੇ ਤਾਂ ਉਹਨਾਂ ਵਿੱਚੋਂ ਬਹੁਤ ਸਾਰੇ ਅਜਿਹੇ ਵੀ ਨੇ ਜਿਹੜੇ ਜਾਂ ਤਾਂ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਜਾਂ ਫਿਰ ਅਜੀਹਾ ਰਸਤਾ ਅਪਣਾਉਂਦੇ ਨੇ ਕਿ ਉਹ ਜੰਗਲਾਂ ਥਾਣੀ ਹੋ ਕੇ ਜ ਜਿਹਨੂੰ ਆਪਾਂ ਇਹ ਵੀ ਕਹਿ ਲੈਂਦੇ ਆ ਵੀ ਡੌਂਕੀ ਲਾ ਕੇ ਜਾਂਦੇ ਆ ਤੇ ਉਸ ਦੇ ਵਿੱਚ ਵੀ ਬਹੁਤ ਸਾਰੇ ਨੌਜਵਾਨ ਵਿਦੇਸ਼ ਦੀ ਧਰਤੀ ਤੇ ਪਹੁੰਚ ਵੀ ਜਾਂਦੇ ਆ ਬਹੁਤ ਸਾਰੇ ਰਸਤਿਆਂ 'ਚੋਂ ਰੁਲ ਕੇ ਘਰ ਵਾਪਸ ਆ ਜਾਂਦੇ ਆ ਤੇ ਬਹੁਤ ਮਾਵਾ ਦੇ ਪੁੱਤ ਤਾਂ ਕਹਿੰਦੇ ਮੋੜੇ ਹੀ ਨਹੀਂ ਉਹਨਾਂ ਵਰਗਾ ਇਕ ਵੀਰ ਅੱਜ ਮੈਂ ਜ਼ਰੂਰ ਕਹੂੰਗਾ ਉਹ ਲੋਕ ਇਹ ਮੁਲਾਕਾਤ ਜ਼ਰੂਰ ਵੇਖਣ ਜਿਹੜੇ ਆਪਣੇ ਬੱਚਿਆਂ ਨੂੰ ਅੱਜ ਵਿਦੇਸ਼ ਤੋੜ ਰਹੇ ਨੇ ਜਾਂ ਫਿਰ ਜਿਹੜੇ ਕਹਿੰਦੇ ਵੀ ਸਾਡਾ ਪੁੱਤ ਤਾਂ ਜੀ ਅਮਰੀਕਾ ਚਲ ਜਾਣਾ ਡੋਂਕੀ ਲਾ ਕੇ ਜਾਊਂਗਾ ਉਹ ਜ਼ਰੂਰ ਦੇਖ ਲਿਓ ਅੱਜ ਦੀ ਇਹ ਮੁਲਾਕਾਤ ਇੱਕ ਅਜਿਹੇ ਹੀ ਸ਼ਖਸ ਦੇ ਨਾਲ ਅਸੀਂ ਅੱਜ ਤੁਹਾਡੀ ਇਹ ਮੁਲਾਕਾਤ ਕਰਵਾਉਣੀ ਆ ਸਾਡਾ ਮਕਸਦ ਵੀ ਇਸ ਦਾ ਇਹੀ ਹੈ ਵੀ ਸਾਨੂੰ ਕੁਝ ਸੇਧ ਮਿਲ ਸਕੇ ਕੁਝ ਸਾਡੇ ਲੋਕਾਂ ਨੂੰ ਅਕਲ ਆ ਸਕੇ ਕਿਉਂਕਿ ਬਾਈ ਜੀ ਜਿੱਥੇ ਅਸੀਂ ਪੈਸਾ ਬਰਬਾਦ ਕਰਦੇ ਆ ਉੱਥੇ ਬਹੁਤ ਸਾਰੀਆਂ ਮਾਵਾਂ ਨੂੰ ਤਾਂ ਪੁੱਤ ਮਿਲੇ ਹੀ ਨਹੀਂ ਤਾਂ ਇਹ ਹਜੇ ਇਕ ਵੀਰ ਹੈ ਜਿਹੜਾ ਪੈਸਾ ਬਰਬਾਦ ਕਰਕੇ ਆਇਆ ਤੇ ਉਸ ਤੋਂ ਬਾਅਦ ਅੱਜ ਵੀ ਆਪਣੀ ਕਿਸਮਤ ਨੂੰ ਜਾਂ ਉਸ ਸਮੇਂ ਕਰਕੇ ਮੱਥੇ ਤੇ ਹੱਥ ਮਾਰਦਾ ਹੈ ਵੀ ਉਹ ਕੀ ਫੈਸਲਾ ਕਰ ਲਿਆ ਸੀ ਮੈਂ ਗੱਲ ਕਰਿਆ ਬਾਈ ਗੁਰਦੀਪ ਸਿੰਘ ਜੀ ਸਸੀ ਗੱਲ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਚੜ੍ਹਦੀ ਕਲਾ ਚੜ੍ਹਦੀ ਕਲਾ ਵੀਰ ਜੀ ਠੀਕ ਠਾਕ ਹੋ ਠੀਕ ਹੈ ਜੀ ਤੁਸੀਂ ਦੱਸੋ ਚੜ੍ਹ ਕੇ ਪੜਾਈ ਕਰ ਪਾ ਵਾਹ ਜੀ ਵਾਹ ਮੈਨੂੰ ਤਾਂ ਐਂ ਲੱਗਦਾ ਵੀ ਇੰਟਰਵਿਊ ਹੁਣ ਤੁਸੀਂ ਸ਼ੁਰੂ ਕਰਨੀ ਮੇਰੀ ਹਾਂ ਜੀ ਨਾ ਠੀਕ ਹੋ ਜਾਂਦਾ ਦੁੱਖ ਦੱਸਣ ਆਇਆ ਜੀ ਨਹੀਂ ਨਹੀਂ ਜ਼ਰੂਰ ਜੀ ਇਹ ਦੁੱਖ ਮੈਂ ਕਹਿੰਦਾ ਜੇ ਤੁਸੀਂ ਇਹ ਦੁੱਖ ਆਪਣਾ ਦੱਸਤਾ ਤਾਂ ਬਹੁਤ ਸਾਰੀਆਂ ਮਾਮਾਂ ਸੁਖੀ ਹੋ ਜੂਗੀਆਂ ਮੈਨੂੰ ਲੱਗਦਾ ਬਿਲਕੁਲ ਜੀ ਬਿਲਕੁਲ ਕਿਵੇਂ ਇਹ ਸ਼ੁਰੂਆਤ ਬਾਈ ਪਹਿਲਾਂ ਤਾਂ ਮੈਨੂੰ ਦੱਸੋ ਵੀ ਕਿਹੜਾ ਤੁਹਾਡਾ ਪਿੰਡ ਹੈ ਕਿੱਥੋਂ ਤੁਸੀਂ ਹੈ ਬਿਲੋਂਗ ਕਰਦੇ ਹੋ ਕਿੱਥੋਂ ਦੇ ਹੋ ਮੇਰਾ ਪਿੰਡ ਜੀ ਵਿਧਾਨ ਸਭਾ ਹਲਕਾ ਨਾਬਾ ਦੇ ਵਿੱਚ ਪੈਂਦਾ ਰੈਮਲ ਮਾਜਰੀ ਹਾਂਜੀ ਠੀਕ ਹੈ ਪਾਸੋਂ ਦੇ ਨੇੜੇ ਆ ਹੂੰ ਜਹੇਦਾਰ ਗੁਰਚੰਦ ਸਿੰਘ ਟੌੜਾ ਜੋ ਮਸੂਰ ਲੀਡਰ ਹੋਏ ਨੇ ਉਹਨਾਂ ਦੇ ਨੇੜੇ ਆ ਜੀ ਜੀ ਵੀ ਇਹ ਸ਼ੁਰੂਆਤ ਹੋਈ ਜੀ 2006 ਦੇ ਵਿੱਚ ਜੀ ਜੀ 2006 ਤੋਂ ਖੇਤੀਬਾੜੀ ਕਰਦੇ ਸੀ ਜੀ ਵਧੀਆ ਸਾਰਾ ਕੁਝ ਵਧੀਆ ਆਪਣਾ ਕੰਮਕਾਰ ਕਰਦਾ ਸੀ ਜੀ ਖੇਤੀਬਾੜੀ ਵਧੀਆ ਸਬਜ਼ੀ ਭਾਜੀ ਜੀ ਮਿਰਚ ਆਲੂ ਵਗੈਰਾ ਲਾਉਂਦੇ ਸੀ ਤੇ ਖੇਤੀਬਾੜੀ ਕਰਦੇ ਸੀ ਜੀ ਸਾਡੇਆਂ ਪਰਿਵਾਰ ਦੇ ਕੁਝ ਫੈਮਿਲੀ ਮੇਰੇ ਚਾਚਾ ਜੀ ਜੀ ਕੁਝ ਫੋਰਨ ਦੇ ਵਿੱਚ ਪਹਿਲਾਂ ਗਏ ਵੇ ਸੀ ਕੁਝ ਦੋ ਅਮਰੀਕਾ ਚ ਨੇ ਜੀ ਇੱਕ ਫਰਾਂਸ ਚ ਹੈ ਅੱਛਾ ਤੇ ਉਹਨਾਂ ਕਰਕੇ ਜੀ ਮੇਰੇ ਡੈਡੀ ਮੰਮੀ ਕਹਿੰਦੇ ਵੀ ਤੁਸੀਂ ਦੋ ਭਰਾ ਹੋ ਵੀ ਤੁਸੀਂ ਵੀ ਇੱਕ ਜਣਾ ਆਪਣੇ ਪਰਿਵਾਰ ਦੇ ਹੈਗੇ ਮੈਂਬਰ ਵੀ ਤੁਸੀਂ ਵੀ ਬਾਹਰ ਚਲੇ ਜਾਓ ਕਿਉਂਕਿ ਜ਼ਮੀਨ ਘੱਟ ਸੀ ਦੋ ਭਾਈਆਂ ਕਰਕੇ ਗੁਜ਼ਾਰਾ ਨਹੀਂ ਸੀ ਹੁਣ ਵੀ ਤੁਸੀਂ ਇੱਕ ਜਣਾ ਚਲੇ ਜਾਓ ਬਾਹਰ ਇਹੋ ਜਿਹਾ ਜੀ ਉੱਥੋਂ ਸ਼ੁਰੂ ਹੋਇਆ ਕੰਮ ਅੱਛਾ ਤੇ ਏਜੰਟਾਂ ਨਾਲ ਗੱਲ ਕਰਨੀ ਸ਼ੁਰੂ ਕਰਤੀ ਵੀ ਕਿੱਦਾਂ ਜਾਇ ਜੋ ਕਿਵੇਂ ਕਿਉਂਕਿ ਪਤਾ ਹੈ ਹੀ ਨਹੀਂ ਸੀ ਜਾਣਕਾਰੀ ਨਹੀਂ ਸੀ ਵੀ ਵੀ ਕਿਵੇਂ ਕਰੀ ਅੱਜ ਕੱਲ ਤਾਂ ਜੀ ਬਹੁਤ ਵਧੀਆ ਪੜ੍ਹਾਈ ਦੇ ਵੇਸ ਤੇ ਬੱਚੇ ਜਾਂਦੇ ਨੇ ਠੀਕ ਆ ਉਹ ਚੰਗੀ ਗੱਲ ਆ ਪੱਕੇ ਹੋ ਕੇ ਜਾਂਦੇ ਨੇ ਜਦ ਪਤਾ ਨਹੀਂ ਸੀ ਜਦ ਤਾਂ ਦੋ ਨੰਬਰ ਵਾਲੀ ਕੰਮ ਸੀ ਜੀ ਅੱਛਾ ਜੀ ਬਾਕੀ ਏਜੰਟਾਂ ਦਾ ਤਾਂ ਜੀ ਪਤਾ ਹੀ ਆ ਤੁਹਾਨੂੰ ਉਹ ਝੂਠ ਬੋਲ ਦਿੰਦੇ ਨੇ ਵਿਸ਼ਵਾਸ ਇਦਾਂ ਵਿਸ਼ਵਾਸ ਚ ਬੰਦੇ ਨੂੰ ਇੰਨਾ ਲੈ ਲੈਂਦੇ ਨੇ ਵੀ ਬੰਦਾ ਕੁਝ ਉਹਨਾਂ ਨੂੰ ਨਾ ਹਾਂ ਕਹਿਉ ਨਹੀਂ ਸਕਦਾ ਅੱਛਾ ਉਹ ਆਇਆ ਉਹ ਕਹਿੰਦਾ ਵੀ ਹਾਂ ਠੀਕ ਨੇ ਜੀ ਇਹ ਤਾਂ ਏਜੰਟ ਹੈਗਾ ਅੱਜ ਵੀ ਉਹ ਏਜੰਟ ਹੈਗਾ ਜੀ ਏਜੈਂਟੀ ਕਰਦਾ ਹੁਣ ਤਾਂ ਜੀ ਏਜੈਂਟੀ ਨਹੀਂ ਕਰਦਾ ਹੁਣ ਤਾਂ ਮੈਨੂੰ ਲੱਗਦਾ ਮਿਲੇ ਨਹੀਂ ਬਹੁਤ ਟਾਈਮ ਹੋ ਗਿਆ ਪਤਾ ਨਹੀਂ ਕਿੱਥੇ ਹੋਣਗੇ ਉਹ ਜੇਲ੍ਹ ਜੁਲ ਜਾਏ ਸੀ ਉਹ ਹਾਂ ਜੀ ਇੱਕ ਦੋ ਵਾਰੀ ਸ਼ਾਇਦ ਹੋਇਆ ਜੀ ਉਹ ਕਾਫੀ ਮੁੰਡੇ ਉਹਨੇ ਕਈ ਪਹਾਬ ਵੀ ਦਿੱਤੇ ਕਈ ਨਹੀਂ ਵੀ ਪਹੁੰਚੇ ਜੀ ਠੀਕ ਹੈ ਜਿਵੇਂ ਹੁਣ ਸਾਡੇ ਵਰਗਿਆਂ ਨੇ ਕਈ ਜਾਨੇ ਜੇਲਾਂ ਬਹੁਤ ਕਟੀਆਂ ਬਹੁਤ ਬੁਰਾ ਹਾਲ ਹੋ ਕੇ ਤਾਂ ਪਹੁੰਚ ਵੀ ਗਏ ਸੀ ਸਰੇ ਪਰ ਸਰੇ ਪਹੁੰਚਣ ਦੇ ਬਾਵਜੂਦ ਵੀ ਕਿਉਂਕਿ ਪਿਛਲੇ ਆ ਜੇਲਾਂ ਕੱਟ ਕੇ ਜਿਹੜੇ 2-3 ਦੇਸ਼ ਚ ਗਏ ਸੀ ਉਹ ਫਿੰਗਰ ਹੋਏ ਵੀ ਸੀ ਉਹਨਾਂ ਕਰਕੇ ਰਿਪੋਰਟ ਕਰਤਾ ਜੀ ਉੱਥੋਂ ਅੱਛਾ ਇਹ ਸ਼ੁਰੂਆਤ ਇੱਥੋਂ ਹੋਈ ਜੀ ਫਿਰ ਸਾਨੂੰ ਕਹਿ ਕੇ ਵੀ ਤੁਹਾਡੀ ਸਿੱਧੀ ਫਲੈਟ ਆ ਆਪਾਂ ਨੇ ਹੰਗਰੀ ਉਤਰਨਾ ਹੰਗਰੀ ਤੋਂ ਸਿੱਧਾ ਇਹ ਸੰਪਰਕ 에ਜੰਟ ਨਾਲ ਤੁਸੀਂ ਆਪ ਕਰਿਆ ਸੀ ਕਿ ਕਿਸ ਨੇ ਦੱਸ ਪਾਈ ਸੀ ਦੱਸ ਪਾਈ ਤੀ ਜੀ ਅੱਛਾ ਗਿਆ ਹੋਇਆ ਹੁਣ ਕਿਸੇ ਦਾ ਹਾਂਜੀ ਹਾਂ ਹਾਂ ਉਹ ਕਹਿੰਦੇ ਵੀ ਉਹ ਏਜੰਟ ਬਹੁਤ ਵਧੀਆ ਜੀ ਐਦਾਂ ਬਾਹਰ ਤੇ ਮਿਕਾ ਪਹਿਲਾਂ ਤਾਂ ਦੋ ਏਜੰਟਾਂ ਨਾਲ ਗੱਲ ਕਰੀ ਸੀ ਜੀ ਇੱਕ ਤਾਂ ਸਾਡੇ ਮਲੋਆ ਨੇੜੇ ਉਹ ਮੁੰਡਾ ਧੀ ਨਮਾ ਮਾਨ ਮਾਨ ਕਹਿੰਦੇ ਸੀ ਜੀ ਅੱਛਾ ਉਹਦੇ ਨਾਲ ਗੱਲ ਕਰੀ ਉਹਨੇ ਤਾਂ ਪੈਸੇ ਲੈ ਕੇ ਦਿੱਲੀ ਬਿਠਾਇਆ ਕੇ ਰੱਖਿਆ ਜੀ ਦਿੱਲੀ 4-5 ਮਹੀਨੇ ਬਿਠਾ ਕੇ ਨਾ ਤਾਂ ਕੋਈ ਕੰਟਰੀ ਭੇਜਦੀਆ ਨਾ ਵਾਸਤਾ ਜੀ 4-5 ਮਹੀਨੇ ਹਾਂ ਜੀ ਹਾਂ ਉਹ ਤਾਂ ਪੈਸੇ ਖੇ ਖਰਾਬ ਉੱਥੇ ਹੋ ਗਏ ਜੀ 4-5 ਲੱਖ ਬੱਲੇ ਬੱਲੇ 2006 ਚ 2006 ਚ ਜੀ ਉਹ ਉਹਨੇ ਨਾ ਤਾਂ ਰਾਹ ਦਿੱਤਾ ਦਿੱਲੀ ਹਾਂ ਵੀ ਤੁਹਾਨੂੰ ਬਸ ਪਰਸੋ ਨੂੰ ਫਲੈਟ ਆ ਤੁਸੀਂ ਫਿਲਮ ਵਾਲਿਆਂ ਨਾਲ ਜਾਣਾ ਤੁਸੀਂ ਐ ਕਰਨਾ ਉੱਥੇ ਟ੍ਰੇਨਿੰਗ ਜੀ ਦਿਗਾਈ ਦਵਾਈ ਗਏ ਜੀ ਅੱਛਾ ਹੋਟਲ ਚ ਰੱਖ ਲਿਆ ਸਾਨੂੰ ਮੁੰਡਿਆਂ ਨੂੰ ਉਹ ਕੋਈ ਨਹੀਂ ਜੀ ਉਹ ਪਹੁੰਚੇ ਆ ਉਹ ਵੀ ਅੱਧ ਵਿਚਾਲਾਈ ਉੱਥੋਂ ਉਹਦੇ ਨਾਲ ਫਿਰ ਜਾਂ 4-5 ਮਹੀਨੇ ਲੜਾਈ ਲਾਈ ਗਿਆ ਜੀ ਉੱਥੋਂ ਫਿਰ ਉਹਦੇ ਨਾਲ ਪੰਗਾ ਪੈ ਗਿਆ ਭਾਈ ਤੂੰ ਭੇਜਦਾ ਤਾਂ ਹੈ ਨਹੀਂ ਪੈਸੇ ਦੇ ਦੇ ਮੋੜਿਆ ਜੀ ਵਾਪਸ ਹਾਂਜੀ ਹਾਂ ਵਾਪਸ ਆ ਕੇ ਜੀ ਫਿਰ ਪੈਸੇ ਦਿੱਤੇ ਫਿਰ ਉਹਨੇ ਅੱਧੇ ਕ ਦਿੱਤੇ ਜੀ ਉਹ ਵੀ ਸਾਡੇ ਇੱਕ ਮੇਰੇ ਦੋਸਤ ਹੈ ਜੀ ਨੇੜ ਲਈ ਪਿੰਡਾ ਉਹਨਾਂ ਨੇ ਗੱਲ ਕਰਾਈ ਸੀ ਉਹਨਾਂ ਦਾ ਦੋਸਤ ਸੀ ਉਹ ਅੱਛਾ ਉਹਨੇ ਵਿਚਾਰੇ ਨੇ ਕੁਝ ਕੋਲੋਂ ਕੁਸਤਾ ਗਬਲਾਗਾ ਕਰਕੇ ਵਿਚਾਰੇ ਪੂਰੇ ਤਾਂ ਦਿੱਤੇ ਨਹੀਂ ਜੀ ਹੂੰ ਹੂੰ ਮਸਾਂ ਤੋਂ 2 ਲੱਖ ਰੁਪਇਆ ਮੋੜਿਆ ਹੋਊ ਜੀ ਅੱਛਾ ਉਹ ਵੀ ਟਟਕੜ ਫੁਟਕੜ ਕਦੇ 50 ਦੇਦਾ ਕਦੇ 20 ਉਹ ਤੋਂ ਤੋਂ ਬਾਅਦ ਚ ਇੱਕ ਸਾਡੇ ਨੇੜੇ ਪਿੰਡ ਹੈ ਜੀ ਉੱਥੇ ਦੇ ਫਿਰ ਏਜੰਟ ਨੇ ਜੀ ਉਹਨਾਂ ਨਾਲ ਗੱਲ ਕਰੀ ਉਹ ਨਵਾਂ ਹੀ ਮੁੰਡਾ ਸੀ ਉਹਦੇ ਗਾਹਾਂ ਮਾਮਾ ਜੀ ਏਜੰਟੀ ਕਰਦੇ ਸੀ ਅੱਛਾ ਪਟਿਆਲੇ ਕੋਲੇ ਪਿੰਡਾ ਉਹਨਾਂ ਦਾ ਹੂੰ ਉਹਨਾਂ ਨੇ ਫਿਰ ਕਹਿੰਦੇ ਵੀ ਹਾਂ ਅਸੀਂ ਭੇਜ ਦਾਂਗੇ ਕੋਈ ਗੱਲੇ ਨਹੀਂ ਸਿੱਧਾ ਭੇਜਾਂਗੇ ਜਾਣਾ ਕਿੱਥੇ ਅਸੀਂ ਦੱਸਣਾ ਸੀ ਵੀ ਚਾਚਾ ਜੀ ਨੇ ਸਾਡੇ ਉੱਥੇ ਫਰਾਂਸ ਦੇ ਵਿੱਚ ਜੀ ਜੀ ਵੀ ਉੱਥੇ ਜਾਣਾ ਜੀ ਉਹ ਕਹਿੰਦੇ ਵੀ ਕੋਈ ਨਹੀਂ ਸਾਡੇ ਪਿੰਡੋਂ ਵੀ ਮੁੰਡੇ ਉਹਨਾਂ ਦੇ ਪਿੰਡੋਂ ਵੀ ਮੁੰਡੇ ਉਹਨਾਂ ਨੇ ਕਰੇ ਵੀ ਸੀ ਤਿਆਰ ਜੀ ਜੀ ਅਸੀਂ ਸਾਨੂੰ ਪਾਸਪੋਰਟ ਵਗੈਰਾ ਲੈ ਲੈ ਸਾ ਤੋਂ ਸਾਡਾ ਜੀ ਹੰਗਰੀ ਦਾ ਵੀਜ਼ਾ ਲਵਾਤਾ ਜੀ ਉਹਨਾਂ ਨੇ ਅੱਛਾ ਇੱਥੋਂ ਚਾਉ ਨਾਲ ਐ ਚੜ ਗਏ ਵੀ ਆ ਤਾਂ ਬੱਸ ਅਸੀਂ ਤਾਂ ਪਹੁੰਚ ਗਏ ਕਿਹੜਾ ਪਤਾ ਹੁੰਦਾ ਜੀ ਜਦ ਕਿਹੜਾ ਜਦ ਤਾਂ ਨਵੇਂ ਪਹਿਲੀ ਵਾਰ ਬੈਠੇ ਸੀ ਵੀ ਬੱਸ ਐ ਚਾਵੜਾਂ ਕਰਦੇ ਜਾਂਦੇ ਸੀ ਬੱਸ ਵੀ ਹੁਣ ਤਾਂ ਪਹੁੰਚ ਗਏ ਉੱਥੇ ਹੰਗਰੀ ਗਏ ਜੀ ਉੱਥੇ ਹੋਟਲ 'ਚ ਸਾਨੂੰ ਉਹਨਾਂ ਨੇ ਰੱਖਿਆ ਉੱਥੇ ਬੇਰ ਰੋਟੀ ਖਾਦੇ ਹੰਗਰੀ ਪੁੱਜ ਗਏ ਹਾਂਜੀ ਹੂੰ ਜਹਾਜ਼ ਦੇ ਵਿੱਚ ਬਿਠਾ ਕੇ ਜੀ ਉੱਤੇ ਤਿੰਨ ਚਾਰ ਘੰਟੇ ਲੱਗੇ ਨੇ ਜੀ ਹੰਗਰੀ ਪਹੁੰਚ ਗਏ ਹੰਗਰੀ ਪਹੁੰਚ ਕੇ ਹੋਟਲ ਚ ਲੈ ਗਏ ਜੀ ਉੱਥੇ ਹੋਟਲ ਚ ਲੈ ਜਾ ਕੇ ਸਾਨੂੰ ਯਾਰ ਦੇਖਿਆ ਸੀ ਹੋਟਲ ਚ ਅਸੀਂ ਕਿਹਾ ਤਾਂ ਸੱਚੀਓ ਭਾਈ ਬਾਹਰਲਾ ਦੇਸ਼ ਹੈ ਗੱਦੇ ਪੋਲੇ ਵੀ ਆ ਤਾਂ ਆਨੰਦ ਮੰਗਲ ਆ ਗਿਆ ਹਾਂ ਵੀ ਸੱਚੀਓ ਲੋਕ ਇੱਧਰ ਨੂੰ ਭੱਜਦੇ ਨੇ ਬਹੁਤ ਵਧੀਆ ਭਾਈ ਕੰਟਰੀਆਂ ਨੇ ਹਾਂ ਚਲੋ ਜੀ ਉੱਥੇ ਅਸੀਂ ਆਪਣਾ ਸਾਨੂੰ ਬਰੈਡ ਬਰੋਡ ਜੇ ਹੋਰ ਫਰੂਟ ਵਗੈਰਾ ਜਾਂ ਉਹਨਾਂ ਨੇ ਜਿਹੜੀ ਉਹਨਾਂ ਦੀ ਉੱਤਰ ਖਾਣੇ ਵਾਲੀ ਆ ਕੁਝ ਉਹ ਚੀਜ਼ਾਂ ਸਾਨੂੰ ਖਲਾਈਆਂ ਜਾਂ ਟਨੇ ਕਰਿਆ ਵਾ ਅਸੀਂ ਜੀ ਗੱਲਬਾਤ ਉਹਦਾ ਉਹਦੇ ਵਿੱਚ ਬੰਨਣਾ ਤੇ ਕੈਚ ਕਰਨਾ ਸੀ ਉਹਨਾਂ ਨੇ ਤੇ ਉੱਥੋਂ ਜੀ ਸਾਨੂੰ ਬੱਸ ਸਾਮ ਨੂੰ ਉਹ ਪਾਸਪੋਰਟ ਲੈ ਗਏ ਅੱਛਾ ਸਾਮ ਨੂੰ ਅਸੀਂ ਕਹਿੰਦੇ ਵੀ ਪਾਸਪੋਰਟ ਦੋ ਵੀ ਤੁਹਾਡਾ ਵੀਜ਼ਾ ਲਵਾਉਣਾ ਅੱਛਾ ਵੀ ਉੱਥੇ ਜਿਹਨੇ ਫਰਾਂਸ ਜਾਣਾ ਫਰਾਂਸ ਜੀ ਨੇ ਇਟਲੀ ਜਾਣਾ ਇਟਲੀ ਜਿਹਨੇ ਬੈਲਜੀਅਮ ਬੱਸ ਅਸੀਂ ਚਾਰ ਮੁੰਡੇ ਸੀ ਜੀ ਪਾਸਪੋਰਟ ਦੇਤੇ ਤਿੰਨ ਚਾਰ ਦਿਨ ਲੰਘੇ ਜੀ ਨਾ ਪਾਸਪੋਰਟ ਆਏ ਨਾ ਬੰਦੇ ਆਏ ਜੀ ਅੱਛਾ ਅਸੀਂ ਕਿਹਾ ਵੀ ਜਾਈਏ ਕਿੱਧਰ ਨੂੰ ਉਹ ਹੋਟਲ ਵਾਲੇ ਵੀ ਨਾ ਸਾਡੇ ਰਸਾ ਪਾ ਲੈਣ ਵੀ ਭਾਈ ਵੀ ਇੰਨੇ ਦਿਨ ਹੋ ਗਏ ਤੁਹਾਨੂੰ ਖਾਂਦਿਆਂ ਨੂੰ ਬੈਠੇ ਆ ਨੂੰ ਹੁਣ ਸਾਨੂੰ ਕੀ ਪਤਾ ਹੀ ਨਹੀਂ ਸੀ ਫਿਰ ਦੇ ਬਾਹਰ ਨਿਕਲਣੇ ਸਾਨੂੰ ਕਹੇ ਡਰਾਤਾ ਵੀ ਜੇ ਬਾਹਰ ਨਿਕਲ ਗਏ ਪਾਸਪੋਰਟ ਤੁਹਾਡੇ ਕੋਲ ਹੈ ਨਹੀਂ ਤੁਹਾਨੂੰ ਚੱਕ ਕੇ ਪੁਲਿਸ ਲੈ ਜੂ ਚਾ ਨਾ ਨਹੀਂ ਅਸੀਂ ਬਾਹਰ ਜਾਣ ਜੋਗੇ ਨਾ ਕਿਸੇ ਨਾਲ ਗੱਲ ਕਰਨ ਚੋਗੇ ਵੀ ਕਹੀਏ ਕਿਨੂੰ ਫਿਰ ਰੂਈ ਵਾਲੇ ਗੱਦੇ ਚੋਣੇ ਸ਼ੁਰੂ ਹੋਗੇ ਮੈਂ ਕਹਣਾ ਜਿਹੜੇ ਐ ਚਾਓ ਚੜ ਗਿਆ ਵੀ ਆ ਤਾਂ ਗੱਦੇ ਬਹੁਤ ਨੇ ਫਿਰ ਤਾਂ ਟੈਨਸ਼ਨ ਪੈ ਗਈ ਜੀ ਫਿਰ ਤਾਂ ਗੱਦੇ ਤੇ ਵੀ ਨਹੀਂ ਨੀਂਦ ਕਿੱਥੇ ਆਉਣੀ ਦੀ ਫਿਰ ਤਾਂ ਸਿਰ ਫੜ ਕੇ ਬਹਿ ਗਏ ਜੀ ਸਾਰੇ ਵੀ ਇਹ ਕੀ ਗੱਲ ਹੋ ਗਈ ਵੀ ਮੁੜ ਕੇ ਨਾ ਪਾਸਪੋਰਟ ਨਾ ਬੰਦੇ ਆਏ ਨੇ ਉਹ ਹਫ਼ਤੇ ਬਾਅਦ ਆਏ ਜੀ ਫਿਰ ਹਫਤੇ ਬਾਅਦ ਫਟਾਫਟ ਉਹ ਕਹਿੰਦੇ ਚਲੋ ਵੀ ਚੱਕੋ ਚੱਕੋ ਸੇਤੀ ਕੱਪੜਾ ਜਿਹੜਾ ਪਾਇਆ ਹੋਇਆ ਅਸੀਂ ਟੇਚੀਆਂ ਨੂੰ ਪਾਉਣ ਲੱਗੇ ਹੱਥ ਕਹਿੰਦੇ ਇਹ ਨਹੀਂ ਇਹਨਾਂ ਨੂੰ ਪਾਇਆ ਰਹਿਣ ਦੋ ਜੀ ਕਹਿੰਿਆ ਵੀ ਕੱਪੜੇ ਨੇ ਜੀ ਜੋ ਇੰਨੇ ਮਹਿੰਗੇ ਤਾਂ ਚਾਹੋ ਤੇ ਕੱਪੜੇ ਲੈ ਕੇ ਆਏ ਆ ਅਸੀਂ ਵੀ ਬਾਹਰਲੇ ਦੇਸ਼ ਜਾ ਰਹੇ ਆ ਜੀ ਕਹਿੰਦਾ ਨਾ ਨਾ ਇਹ ਤੁਸੀਂ ਬੈਠੋ ਬਿਠਾ ਕੇ ਗੱਡੀ 'ਚ ਲੈ ਗਏ ਜੀ ਸਾਨੂੰ ਹੂੰ ਥੋੜਾ ਜਿਹਾ ਮੈਨੂੰ ਲੱਗਦਾ 1.5 ਘੰਟਾ ਗੱਡੀ 'ਚ ਸਫ਼ਰ ਕੀਤਾ ਇੱਕ ਜੰਗਲ ਜਿਹੇ ਦੇ ਵਿੱਚ ਲੈ ਗਏ ਅੱਛਾ ਉੱਥੇ ਜੀ ਜੰਗਲ ਦੇ ਵਿੱਚ ਲੈ ਕੇ ਗਾਹਾਂ ਸਾਨੂੰ ਲਾ ਕੇ ਉਥੋਂ ਉਹਨਾਂ ਦੇ ਕੋਲ ਸੀ ਬਰੈਡ ਵਗੈਰਾ ਜੀ ਡਰ ਰੋਟੀਆਂ ਜੀਆਂ ਉਹ ਸਾਨੂੰ ਦੇਤੀਆਂ ਪਾਣੀ ਦੀਆਂ ਬੋਤਲਾਂ ਦੇਤੀਆਂ ਠੀਕ ਹੈ ਕਹਿੰਦੇ ਵੀ ਸਾਨੂੰ ਬਸ ਗੱਡੀ ਆਊਗੀ ਗੱਡੀ 'ਚ ਲੈ ਬਗ ਜਾਣਾ ਤੁਸੀਂ ਠੀਕ ਹੈ ਅਸੀਂ ਕਿਹਾ ਵੀ ਹੁਣ ਪਤਾ ਹੀ ਨਹੀਂ ਤੇ ਅਸੀਂ ਹਾਂ ਜੀ ਹਾਂ ਕਰੀਂਗੇ ਜੀ ਜਦ ਫਸੇ ਗਏ ਜੀ ਜਾ ਕੇ ਪੰਜਾਬੀ ਬੋਲਦੇ ਸੀ ਉਹ ਨਾ ਜੀ ਨਾ ਇੱਕ ਪੰਜਾਬੀ ਚ ਹੀ ਉਹਨਾਂ ਨਾਲ ਉਹ ਫਿਰ ਸਾਨੂੰ ਪਤਾ ਨਹੀਂ ਲੱਗੀ ਵੀ ਪੰਜਾਬੀ ਹੈ ਜੀ ਉਹ ਪਾਕਿਸਤਾਨੀ ਸੀ ਅੱਛਾ ਉਹ ਬੋਲਦੇ ਪੰਜਾਬੀ ਉਹਨੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਅਸੀਂ ਤਾਂ ਉਹ ਅੱਧਾ ਤਾਂ ਉਹਦੇ ਹੀ ਭਰੋਸਾ ਕਰੀਂਗੇ ਵੀ ਸਾਡਾ ਹੀ ਬੰਦਾ ਹੈ ਇਹ ਅੱਛਾ ਉਹ ਆਪਣੀ ਭਾਸ਼ਾ ਹੀ ਬੋਲਦੇ ਨੇ ਜਿਹੜੇ ਪਾਕਿਸਤਾਨੀ ਨੇ ਉਹ ਅਸੀਂ ਤਾਂ ਉਹਨੂੰ ਇਹ ਕਹਿੰਗੇ ਵੀ ਭਾਈ ਪੰਜਾਬੀ ਆਪਣੇ ਨਾਲ ਦਾ ਦੋ ਉਹਨਾਂ ਨਾਲ ਹੋਰ ਤੀਜੀ ਡੌਂਕਰ ਉਹਨਾਂ ਨੇ ਸਾਨੂੰ ਜੀ ਕਹਾ ਥੋੜਾ ਜਿਹਾ ਇੱਕ ਰਾਤ ਉੱਥੇ ਕਟਾਈ ਜੀ ਇੱਕ ਰਾਤ ਉੱਥੇ ਕਟਾ ਕੇ ਫਿਰ ਪਤਾ ਨਹੀਂ ਉਹਨਾਂ ਦਾ ਕਿੱਥੇ ਜੰਗਲ ਦੇ ਵਿੱਚ ਕਟਾਈ ਜੰਗਲ ਜੀ ਜੀ ਹਾਂ ਜੀ ਹਾਂ ਜਿਵੇਂ ਹੈਗਾ ਸੀ ਬਣਿਆ ਵਸੀ ਕੁਝ ਤੰਬੂ ਤੰਬੂ ਜੀ ਤੰਬੂ ਉਹ ਬਣਾਈ ਵੀ ਸੀ ਝੋਪੜੀ ਜੀ ਕੋ ਉਹਨਾਂ ਨੇ ਠੀਕ ਹੈ ਹਾਂ ਆਪਣੀ ਲਾ ਕੇ ਕਾਨਿਆਂ ਜਾਂਦੀ ਉਹਦੇ ਵਿੱਚ ਸਾਨੂੰ ਬਠਿਆਤਾ ਏਜੰਟ ਨੇ ਤੁਹਾਨੂੰ ਦੱਸਿਆ ਸੀ ਵੀ ਤੁਸੀਂ ਇੱਕ ਨੰਬਰ 'ਚ ਜਾਣਾ ਜਹਾਜ਼ ਰਾਹੀਂ ਜਾਣਾ ਸਿੱਧਾ ਉੱਥੀ ਉਤਰਨਾ ਫਰਾਂਸੇ ਬੱਸ 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 ਉੱਥੀ ਉਤਰਨਾ ਜੀ ਸਾਨੂੰ ਤਾਂ ਟ੍ਰੈਂਸ ਤੁਸੀਂ ਝੋਪੜੀ 'ਚ ਆ ਗਏ ਪਰ ਉੱਥੇ ਆ ਗਏ ਝੋਪੜੀ 'ਚ ਉੱਥੇ ਜੀ ਖਾਦੀ ਪੀਤੀ ਰੋਟੀ ਪਾਣੀ ਉਹ ਜਿਹੜੇ ਵੈਰੀਟੀਆਂ ਦਿੱਤੇ ਸੀ ਜੀ ਅਸੀਂ ਫਿਰ ਉਹਨੂੰ ਪਾਕਿਸਤਾਨੀ ਜਿਹੜਾ ਸਾਡੇ ਨਾਲ ਉਹ ਗੱਲ ਕਰਦਾ ਸੀ ਅਸੀਂ ਕਿਹਾ ਵੀ ਵੀ ਸਾਨੂੰ ਇੱਥੇ ਕਿਵੇਂ ਲਿਆਂਦਾ ਵੀ ਕੀ ਕਰਨਾ ਉਹਨੇ ਫਿਰ ਸਾਨੂੰ ਦੱਸਿਆ ਕਹਿੰਦਾ ਬਾਈ ਵੀ ਫਿਲਹਾਲ ਤਾਂ ਹਜੇ ਇੱਕ ਟਰੱਕ ਆਊਗਾ ਵੀ ਟਰੱਕ ਦੇ ਵਿੱਚ ਤੁਹਾਨੂੰ ਬਿਠਾ ਕੇ ਆਪਾਂ ਭੇਜਣਾ ਬਾਰਡਰ ਪਾਰ ਕਰਾਉਣਾ ਹੂੰ ਮਾਂ ਵੀ ਕਿਹੜਾ ਬਾਰਡਰ ਕਹਿੰਦਾ ਵੀ ਗਾਹਾਂ ਆਸਟਰੀਆ ਜਾਣਾ ਤੁਸੀਂ ਆਪਾਂ ਹੰਗਰੀ ਤੋਂ ਵੀ ਉੱਥੋਂ ਫੇਰ ਥੋੜਾ ਬਸ ਉਹ ਚ ਵੱਡ ਜੰਗੇ ਜੂਰ ਪੁੱਛ ਹੂੰ ਠੀਕ ਹੈ ਜੂਰ ਪੁੱਛ ਮਾਂ ਜੀ ਤੇ ਜੂਰ ਪਹੇ ਕਿ ਚਲੋ ਭਾਈ ਹੋਊਗਾ ਜੀ ਸਾਨੂੰ ਹੁਣ ਕੀ ਪਤਾ ਦੀ ਜੀ ਇਦਾਂ ਜਿਵੇਂ کہیں ਜੰਗੇ ਬੈਠੀਗੇ ਫਸ ਤਾ ਗਏ ਜੀ ਜਾ ਕੇ ਹੁਣ ਨਾ ਤਾਂ ਐ ਕਹਿਣ ਜੋਗੇ ਵੀ ਕਿ ਕਿੱਧਰ ਨੂੰ ਜਾਈਏ ਜੀ ਕਿੱਧਰ ਨੂੰ ਨਾ ਜਾਈਏ ਅਸੀਂ ਉੱਥੋਂ ਜੀ ਸਾਨੂੰ ਖਾਲੀ ਕੁੱਤੇ ਵਾਲੇ ਟਰੱਕ ਚ ਵਟਿਆਤਾ ਅੱਛਾ ਉਹਦੇ ਵਿੱਚ ਇੱਕ ਜਿਹਾ ਕੁੱਤੇ ਆ ਟਰੱਕ ਦੇ ਨਾਲ ਕੈਵਨਜਾ ਬਣਿਆ ਵਾ ਤ ਵੀਰ ਜੀ ਗੈਲ ਖਾਲ ਕੁੱਤੇ ਜੀ ਇਕੱਲੇ ਤੁਹਾਨੂੰ ਤੁਹਾਨੂੰ ਬੰਦੇ ਸਮਝੇ ਉਹਨਾਂ ਨੇ ਬੰਦੇ ਸਾਨੂੰ ਕਿੱਥੇ ਹੀ ਜਾਂਦਾ ਉਹ ਪੂਰੇ 7 ਬੰਦੇ ਜੀ ਅਸੀਂ ਉਹ ਫਿੱਟ ਕਰਤੇ ਚਾਰ ਤਾਂ ਅਸੀਂ ਦੀ ਤਿੰਨ ਬੰਦੇ ਉੱਥੇ ਪਹਿਲਾਂ ਬੈਠੇ ਸੀ ਜੀ ਅੱਛਾ ਪੰਜਾਬੀ ਹੋਤੀ ਉਹ ਵੀ ਬੰਦੇ ਅੱਛਾ 7 ਬੰਦੇ ਸਾਨੂੰ ਉਹਦੇ ਫਿੱਟ ਕਰਕੇ ਜੀ ਟਰੱਕ ਉਹਨਾਂ ਨੇ ਚਲਾਤਾ ਉਹ ਟਰੱਕ ਘੰਟਾ ਕ ਚੱਲਿਆ ਜੀ ਵਿੱਚੇ ਕੁੱਤੇ ਵਿੱਚੇ ਕੁੱਤਿਆਂ ਦੇ ਆਡ ਲੱਗਤੀ ਜੀ ਕੈਬਨਜਾ ਬਣਾਇਆ ਬਾਤੀ ਜ ਉਹਨਾਂ ਦਾ ਜਿਹੜਾ ਟਰੱਕ ਚ ਬੰਦਾ ਚਲਾਉਂਦਾ ਜੀ ਉਹਦੇ ਨਾਲੇ ਬੈਕ ਸਾਈਡ ਤੇ ਟਰੱਕ ਵਾਲੀ ਬਾਡੀ ਸਾਈਡ ਅੱਛਾ ਜੀ ਪੂਰਾ ਚਾਦਰ ਜੀ ਲਾ ਕੇ ਜੀ ਚਾਦਰ ਵੀ ਪੋਲੀ ਜੀ ਹੁੰਦੀ ਜੇ ਲਾਈਵ ਚੰਗੀ ਲਾਈਵ ਵੀ ਹੁੰਦੀ ਖਬਰਾਂ ਨਿਕਲੇ ਜਾਂਦੇ ਜੀ ਉਹ ਜਦੋਂ ਉੱਥੇ ਫੜਿਆ ਜੀ ਟਰੱਕ ਉਹਨਾਂ ਨੇ ਜਿਹੜਾ ਬਾਰਡਰ ਹੈ ਉਹਨਾਂ ਨੇ ਚੈਕਿੰਗ ਕਰੀ ਹੂੰ ਉਹ ਡਾਲਾ ਡੂਲਾ ਖਲਾਇਆ ਵੀ ਕੋਈ ਮਾਲ ਹੋ ਟਰੱਕ ਚ ਜਾਂ ਵੀ ਕਿਧਰ ਨੂੰ ਹਾਂਜੀ ਹਾਂ ਦੂਏ ਸਟੇਟ ਚ ਜਾਣਾ ਜੀ ਉਹ ਯਾਰ ਖੋਲਿਆ ਉਹ ਚ ਦੀ ਕੁੱਤੇ ਉਹਨਾਂ ਨੂੰ ਹੀ ਸ਼ੱਕ ਪੈਗੀ ਹੂੰ ਵੀ ਇਹ ਕੁੱਤੇ ਕੀ ਕਰਨ ਲੈ ਕੇ ਜਾਂਦੇ ਨੇ ਉਹਨਾਂ ਨੇ ਜੀ ਅੰਦਰੋਂ ਤਲਾਸ਼ੀ ਦੂ ਉਹਨਾਂ ਦਾ ਰੋਜ਼ ਦਾ ਕੰਮ ਹੋਊਗਾ ਜੀ ਬੰਦੇ ਨਘਾਉਂਦੇ ਹੋਣਗੇ ਜੀ ਮੁੰਡੇ ਉਹਨਾਂ ਨੇ ਆਪਣਾ ਦੇਖਿਆ ਜੀ ਅੰਦਰ ਟਰੱਕ ਚ ਚੈੱਕ ਜਿੱਥੇ ਤੁਸੀਂ ਬੈਠੇ ਸੀ ਕੈਬਨ ਚੌੜਾ ਸੀਗਾ ਬੜਾ ਜੀ ਨਾ ਜੀ ਨਾ ਉਹ ਤਾਂ ਜੀ ਵੀਰ ਜੀ ਵਿੱਚ ਜਿਵੇਂ ਜਿਹੜਾ ਬੰਦਾ ਕੋਈ ਖੜਾ ਰਹਿ ਗਿਆ ਖੜਾ ਜਿਹੜਾ ਬੈਠ ਗਿਆ ਬੈਠ ਗਿਆ ਜੀ ਐ ਓਕਣੇ ਪੈ ਗਏ ਜੀ ਬਸ ਉਹ ਪੂਰਾ ਪੂਰਾ ਹੀ ਬਣਾਇਆ ਬਾਤੀ ਜੀ ਬੈਰਕ ਵਾਂਗੂ ਬੈਰਕ ਮੰਗ ਜੀ ਹਾਂ ਹਾਂ ਬੱਸ ਉਹ ਪਿੱਛੇ ਟਰੱਕ ਉਹਦੇ ਨਾਲ ਤੁਸੀਂ ਬੈਗੇ ਸੀ ਕਿ ਤੁਸੀਂ ਖੜੇ ਸੀ ਮੈਂ ਤਾਂ ਜੀ ਪੈਰਾਂ 'ਪਾਰ ਬੈ ਗਿਆ ਤੇ ਇੱਕ ਮੁੰਡਾ ਖੜਾ ਸੀ ਦੋ ਬੈ ਗਿਆ ਇੱਕਨ ਜੇ ਹੋ ਗਿਆ ਪਰ ਜਿਹੜਾ ਫਟਾਫਟ ਕਹਿੰਦੇ ਫਾਸ ਜੋ ਬੱਸ ਵੀਰ ਟਾਈਮ ਨਾ ਲਾਉ ਉੱਥੋਂ ਜੀ ਫਿਰ ਅਸੀਂ ਨੰਗੇ ਉੱਥੋਂ ਯਾਰ ਉਹਨਾਂ ਵਿੱਚ ਕਿੰਨੀ ਦੇਰ ਬੈਠੇ ਸੀ ਪੈਰਾਂ 'ਪਾਰ ਮੈਂ ਨਹੀਂ ਘੰਟਾ ਟ੍ਰੱਕ ਚੱਲਿਆ ਜੀ ਉਹ ਉਹਦਾ ਬੱਸ ਕਰਾਂਤੀ ਸਾਡੀ ਤਾਂ ਅੱਧੀ ਦਾ ਬਾਹਰਲਾ ਦੇਸ ਉੱਥੀ ਨਿਕਲ ਗਿਆ ਜੀ ਵੀਰ ਕਿੱਥੇ ਫਸ ਗਏ ਨਾ ਤਾਂ ਘਰ ਦੇ ਕਹਿਣ ਜੋਗੇ ਵੀ ਘਰ ਦੇ ਵੀ ਪ੍ਰੇਸ਼ਾਨ ਹੋਣਗੇ ਘਰੇ ਕਹਿਣਾ ਕਿਵੇਂ ਜੀ ਪਰ ਫੋਨ ਚੱਲਦੇ ਸੀ ਹਾਂ ਕਿ ਫੋਨ ਕਿੱਥੇ ਦੀ ਜੀ ਉਦਾਂ ਹੀ ਸੋਚਦੇ ਤਾਂ ਹੈਗੇ ਸੀ ਵੀ ਵੀ ਆਏ ਤਾਂ ਚੰਕੇ ਨੂਦੀ ਵੀ ਕਿੱਥੇ ਫਸ ਗਏ ਇਹ ਕੜਕੀ ਚ ਜਣੀ ਉਥੋਂ ਜੀ ਫਿਰ ਜਦੋਂ ਉਹਨਾਂ ਨੇ ਪੈਰਾਂ ਪਰ ਬੈਠ ਕੇ ਬਿਮਾਰੀਆਂ ਤਾਂ ਠੀਕ ਹੋ ਗਈਆਂ ਉਹਨੇ ਗਈ ਬਿਮਾਰੀਆਂ ਤਾਂ ਜੀ ਐਹੀ ਜੀ ਜਦੋਂ ਉਹਨਾਂ ਨੇ ਖੋਲ ਕੇ ਕੱਢਿਆ ਬਾਹਰ ਬਿਮਾਰੀਆਂ ਦਾ ਪੂਰੀਆਂ ਹੀ ਕਰਤੀਆਂ ਜੀ ਠੀਕ ਇਹੇ ਜੇ ਠੰਡੇ ਕਮਰੇ ਚ ਪਾੜਤੇ ਸੱਤੇ ਜਣੇ ਮੇਰੇ ਨਾਲੇ ਪੱਗਤੀ ਉਹ ਦਾਲ ਪੱਗ ਲੈ ਕੇ ਜੀ ਅਸੀਂ ਟਾਈਮ ਕੱਢਿਆ ਉਹ ਤੇ ਸਾਡੀ ਰਾਤ ਸਾਰੀ ਦਿਨ ਰਾਤ ਅੱਛਾ ਜੀ ਦੂਏ ਦਿਨ ਜੀ ਫਿਰ ਸਾਨੂੰ ਜੇਲ ਲੈ ਗਏ ਹੰਗਰੀ ਹੂੰ 4 ਦਿਨ ਉੱਥੇ ਰੱਖਿਆ ਹੀ ਸਾਨੂੰ 5ਵੇਂ ਦਿਨ ਸਾਨੂੰ ਜੀ ਇੱਕ ਕੋਈ ਜੰਗਲ ਦੇ ਵਿੱਚ ਕੈਂਪ ਹੁੰਦਾ ਜੀ ਉਹਦਾ ਜੇਲ ਦਾ ਹੀ ਹਾਂਜੀ ਹਾਂ ਹਾਂ ਉੱਥੇ ਫਿਰ ਸਾਨੂੰ ਲੈ ਕੇ ਗਿਆ ਜੀ ਕੈਂਪ ਹੁੰਦੇ ਇਹਨਾਂ ਦੇ ਹਾਂਜੀ ਹਾਂ ਹਾਂਜੀ ਉੱਥੇ ਫਿਰ ਜੀ ਉੱਥੇ ਸਾਨੂੰ ਸੱਤਾਂ ਨੂੰ ਉੱਥੇ ਲੈ ਕੇ 6 ਮੁੰਡੇ ਜੀ ਉੱਥੇ ਪਹਿਲਾਂ ਦੀ ਉਹ ਕੰਮ ਉੱਥੇ ਜੀ ਉਹ ਕੈਂਪ ਚ ਪੰਜਾਬੀ ਪੰਜਾਬੀ ਜੀ ਹਾਂਜੀ ਅੱਛਾ 6 ਮੁੰਡਿਓ ਪਹਿਲਾਂ ਸੀ ਜੀ ਪਤਾ ਕਰੇ ਵੀ ਕਿੱਥੋਂ ਦੇ ਸੀਗੇ ਉਹ ਕੀ ਹਾਂਜੀ ਹਾਂ ਕੋਈ ਉਧਰ ਕਪੂਰਥਲੇ ਦੇ 3 4 5 ਤਾਂ ਜੋਣੀ ਅੱਡ ਅੱਡ ਤਿੰਨ ਚਾਰ ਹਰਿਆ ਤਿੰਨ ਹਰਿਆਣੇ ਦੀ ਸੀ ਜੀ ਅੱਡ ਅੱਡ ਉਹਦੇ ਤੀਜੀ ਉਹ ਵੀ ਉਵੇਂ ਫਸੇ ਸੀ ਜੀ ਉਹ ਵੀ ਫਸੇ ਬੀਤੀ ਉਹ ਕਹਿੰਦੇ ਵੀ ਅਸੀਂ ਵੀ ਵਾਟਰ ਕਾਰ ਪਾਰ ਕਰਨ ਲੱਗੇ ਸੀ ਜਾਨੀ ਉਹਨਾਂ ਦੇ ਏਜੰਟਾ ਅਲੱਗ-ਅਲੱਗ ਸੀ ਜੀ ਕੋਈ ਕਿਸੇ ਦਾ ਕੋਈ ਉੱਥੇ ਐਦਾਂ ਸੀ ਜੀ ਜੀ ਉੱਥੇ ਫਿਰ ਰਹੇ ਜੀ ਉੱਥੇ ਵਧੀਆ ਆਪਣਾ ਦੋ ਤਿੰਨ ਮਹੀਨੇ ਉਹਨਾਂ ਨੇ ਇੱਕ ਕਾਰਟ ਬਣਾਤਾ ਸਾਡਾ ਵੀ ਹਫਤੇ ਦਾ ਦੇ ਵਿੱਚ ਤੁਸੀਂ ਬਾਹਰ ਕੋਈ ਸ਼ਹਿਰ ਹੈ ਹੰਗਰੀ ਦਾ ਜੇਲ੍ਹ ਦੇ ਨੇੜੇ ਹੀ ਆ ਜੀ ਉੱਥੋਂ ਵੀ ਉੱਥੇ ਘੁੰਮ ਆ ਸਕਦੇ ਹਾਂ ਵੀ ਸਾਡੀ ਨਿਗਰਾਨੀ ਰਹੂ ਜੇ ਕਿਤੇ ਪਰਾ ਹੋਰਾਂ ਜਾਣਗੇ ਉਹ ਵੀ ਤੁਹਾਨੂੰ ਫੜ ਕੇ ਉਰੀ ਭੇਜ ਦੇਣਗੇ ਅੱਛਾ ਗੋਲੀ ਗੋਲੀ ਤਾਂ ਨਹੀਂ ਮਾਰਨਗੇ ਗੋਲੀ ਨਹੀਂ ਜੀ ਮਾਰਦੇ ਚਲੋ ਕਾਰਟ ਅਸੀਂ ਹਫਤੇ ਪਾ ਅਸੀਂ ਚੰਗਾਪੁਰਾ ਉੱਥੇ ਚੱਲਦਾ ਜੀ ਉੱਥੇ ਜਿਹੜਾ ਖਾਣਾ ਦਿੰਦੇ ਨੇ ਜੀ ਉਹ ਦਿੰਦੇ ਨੇ ਮੀਟ ਮੂਟ ਹੋਰ ਅੱਛਾ ਜੀ ਉਹ ਜੇਲ੍ਹ 'ਚ ਇੱਕ ਡੱਬ ਰੋਟੀ ਬਰੈਡ ਜੇ ਦਿੰਦੇ ਨੇ ਇੱਕ ਚੀਨੀ ਦਾ ਕੋਈ ਥੋੜੀ ਬਣਾ ਕੇ ਜੀ ਹੁਣ ਮੈਂ ਤਾਂ ਖਾਂਦਾ ਨਹੀਂ ਸੀ ਜੀ ਮੀਟ ਮੂਟ ਅੱਛਾ ਜੀ ਤੇ ਉਹਦੇ ਨਾਲੇ ਅਸੀਂ ਕੰਮ ਚਲਾਇੰਗੇ ਫਿਰ ਉਹ ਆਪਣਾ ਕੁਛ ਲਿਆ ਕੇ ਖਾ ਉੱਥੇ ਜੀ ਪੰਗਾ ਪੈ ਗਿਆ ਕਾਲਿਆਂ ਨਾਲ ਦੋ ਮੁੰਡਿਆਂ ਨੇ ਉਹਨਾਂ ਨਾਲ ਕਾਲਿਆਂ ਨਾਲ ਪੰਗਾ ਪਾ ਲਿਆ ਅੱਛਾ ਕਾਲੇ ਵੀ ਕਾਲੇ ਤੀਜੀ ਉੱਥੇ ਜਿਹੜੇ ਆ ਉਹ ਆਡਾਡ ਕੰਟਰੀਆਂ ਦੇ ਉਹ ਜੇਲਾ ਚ ਤੀਜੀ ਉਹ ਉਹ ਚ ਹਾਂਜੀ ਹਾਂ ਉੱਥੇ ਉੱਥੇ ਤਵਾ ਚੱਕ ਕੇ ਉਹਨੇ ਸਿਰਚੇ ਮਾਰਿਆ ਜੀ ਕਾਲੇ ਦੇ ਉਹ ਪੰਜਾਂ ਮੁੰਡੇ ਨੇ ਪੰਜਾਬੀ ਮੁੰਡੇ ਨੇ ਜੀ ਉਹ ਮਾਰਿਆ ਤਾਂ ਇੱਕ ਨੇ ਉਹ ਸਾਰਿਆਂ ਦੇ ਗੈਲ ਪੈ ਗਏ ਜੀ ਉੱਥੋਂ ਭੱਜ ਕੇ ਸਾਨੂੰ ਕਮਰਾ ਦਿੱਤਾ ਵਾਤੀ ਜੀ ਸਾਰੇ ਪੰਜਾਬੀ ਮੁੰਡੇ ਉੱਥੇ ਰਹਿੰਦੇ ਸੀ ਅੱਧੇ ਪਚਦੇ ਦਾ ਉੱਥੇ ਪੌੜੀਆਂ ਚੜ੍ਹ ਕੇ ਉੱਥੇ ਭੱਜਿਆ ਜੀ ਵੀ ਕਿਤੇ ਹੁਣ ਕਾਲਿਆਂ ਤੋਂ ਦਾ ਪੰਗਾ ਤਾਂ ਲੈ ਲਿਆ ਇਹਨਾਂ ਦਾ ਕੀ ਪਤਾ ਤੋੜ ਤੈਨ ਕੋਈ ਜੀ ਇੱਕ ਪਹਿਲਾਂ ਹੀ ਫਸੇ ਬੈਠੇ ਦੀ ਵੀ ਬਾਹਰਲਾ ਦੇਸ਼ ਦਾ ਚਾਹ ਚੜਿਆ ਵਤੀ ਵੀ ਕਹਾਂ ਜਾਣਾ ਵੀ ਉਹ ਤਾਂ ਕੁਝ ਤਾਂ ਜੇੜੇ ਚਪੇ ਇੱਤੇ ਜੀ ਉੱਥੋਂ ਜੀ ਫਿਰ ਸਾਨੂੰ ਹਨ ਨੇ 1.5 ਮਹੀਨੇ ਬਾਅਦ ਕੱਢਿਆ ਜੀ ਏਜੰਟ ਨੇ ਪੈਟਰੋਲ ਪੰਪ ਤੋਂ ਫਿਰ ਫੋਨ ਤੇ ਗੱਲ ਕਰਾਈ ਉਹਨਾਂ ਨਾਲ ਸੈਟਿੰਗ ਹੋਊ ਜੀ ਪੰਪ ਵਾਲਿਆਂ ਨਾਲ ਤੁਸੀਂ ਗੱਲ ਕਰੀ ਪੈਟਰੋਲ ਦੀ ਹਾਂਜੀ ਪੰਪ ਤੇ ਕੋਈ ਉਹਨਾਂ ਦਾ ਲੱਗ ਗਿਆ ਵਾਸੀ ਬੋਰਡ ਨਹੀਂ ਏਜੰਟ ਨੂੰ ਕਿਵੇਂ ਪਤਾ ਵੀ ਤੁਸੀਂ ਉੱਥੇ ਤੁਸੀਂ ਫੋਨ ਕਰਿਆ ਏਜੰਟ ਨੂੰ ਅਸੀਂ ਫੋਨ ਕਰਿਆ ਜੀ ਨੰਬਰ ਪਤਾ ਸੀ ਤੁਹਾਨੂੰ ਹਾਂਜੀ ਨੰਬਰ ਸਾਡੇ ਜੀ ਯਾਦ ਕਰਾਏ ਸੀ ਉਹਨਾਂ ਨੇ ਏਜੰਟ ਦੇ ਜੀ ਹਾਂ ਸਾਰੇ ਮੁੰਡਿਆਂ ਦੇ ਵੀ ਕਾਗਜ਼ ਪੱਤਰ ਕੁਝ ਨਹੀਂ ਰੱਖਣਾ ਜੇਬ ਵਿੱਚ ਨੰਬਰ ਆ ਯਾਦ ਕਰ ਲਓ ਜੀ अच्छा हां जी ਤੁਸੀਂ ਉੱਥੇ ਪੰਪ ਤੋਂ ਫੋਨ ਕਰਿਆ ਫਿਰ ਪੰਪ ਤੋਂ ਫੋਨ ਕੀਤਾ ਜੀ ਫਿਰ ਉਹ ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਅਗਲੇ ਹਫਤੇ ਅਸੀਂ ਕੱਢਾਂਗੇ ਵੀ ਟੈਨਸ਼ਨ ਨਹੀਂ ਲੈਣੀ ਕਿੰਨੇ ਰਹੋ ਕੋਈ ਗੱਲ ਨਹੀਂ ਤੁਸੀਂ ਆਪ ਤੇ ਅਗਲੇ ਹਫਤੇ ਉਹਨਾਂ ਨੂੰ ਦੱਸਤਾ ਵੀ ਆ ਜਾਓ ਵੀ ਹਰੇਕ ਹਫਤੇ ਸਾਡੇ ਨਾਲ ਗੱਲ ਕਰਦੇ ਰਹਾ ਕਰੋ ਵੀ ਫੋਨ ਉਹਨੇ ਫਿਰ ਪੈਸੇ ਵੀ ਭੇਜੇ ਹੀ ਸਾਨੂੰ ਉੱਥੇ ਮੈਂ ਕਿਹਾ ਵੀ ਤੈਂ ਤਾਂ ਬਾਈ ਯਮਨੀ ਲੈ ਹਾਜ਼ਰ ਰੱਖੀ ਨਾ ਜਿਹੜੇ ਦੀ ਰੱਖੀ ਹੈ ਨਾ ਗਮਾਂਡੀ ਬੰਦਾ ਤੂੰ ਉਹ ਕਹਿੰਦੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਮੈਂ ਯਾਨੀ ਕਾਫੀ ਤੜਫਦਾਤੀ ਬਹੁਤ ਬਾਪੂ ਕੋ ਹਾਂ ਜੀ ਹਾਂ ਮੈਨੂੰ ਬਹੁਤ ਚਾਅ ਚੜਿਆ ਪਾਤੀ ਹਾਂ ਵੀ ਉਹ ਮੈਨੂੰ ਬਹੁਤ ਬਹੁਤ ਗੁੱਸਾ ਝੜਦਾ ਦੀ ਵੀ ਕਹਿ ਕੇ ਕੀ ਕਰਦੇ ਕੀ ਫਿਰਦੇ ਨੇ ਇਹ ਵੀ ਮੈਂ ਇਹਨੂੰ ਕਹਿੰਦਾ ਯਾਰ ਕੋਈ ਨਹੀਂ ਤੂੰ ਟੈਨ ਤੂੰ ਕਾਨੂੰ ਗਰਮ ਹੋਣਾ ਯਾਰ ਤੂੰ ਨੂੰ ਵੱਧ ਦੇ ਦਾਂਗੇ 2-4 ਡਾਲਰ ਤੂੰ ਟੈਨਸ਼ਨ ਨਾਲ ਤੂੰ ਖਾ ਪੀ ਲਈ ਵੀ ਹਾ ਉਤੇ ਵਾਰ ਕੱਢਦੇ ਆ ਤੁਹਾਨੂੰ ਉਤਾਰ ਤਾਂ ਚੋਕ ਸਾਰਾ ਹੈ ਹਾਂ ਜੀ ਹਾਂ ਫਿਰ ਉਤਾਰ ਕੇ ਗੁੱਸਾ ਚੜਾਤਾ ਗੁੱਸਾ ਚੜਾਤਾ ਜੀ ਅੱਛਾ ਹਾਂ ਜੀ ਕੋਈ ਪਰਿਵਾਰ ਘਰੇ ਨੇ ਆ ਜੀ ਗੱਲ ਵੀ ਮੁੰਡੇ ਕਿੱਥੇ ਨੇ ਜੀ ਕਿੱਥੇ ਹੈਗੇ ਨੇ ਉਹਨਾਂ ਨੂੰ ਐ ਚਾਅ ਜੜਿਆ ਬਹੂ ਵੀ ਸਾਡੇ ਘਰੇ ਵੀ ਵੀ ਬੰਦੇ ਤਾਂ ਬਾਹਰ ਨੇ ਸਾਡੇ ਤਾਂ ਮੁੰਡੇ ਬਾਗੇ ਬਾਹਰ ਪਰ ਰਲਦੇ ਰਾਹ ਚ ਫਿਰਦੇ ਸੀ ਜੀ ਹਾਂ ਇਸ ਕਰਕੇ ਜਦੋਂ ਉੱਥੋਂ ਜੀ ਫਿਰ ਸਾਨੂੰ ਹਫਤੇ ਡੇਢ ਪੰਪ ਤੋਂ ਫਿਰ ਘਰ ਦੇ ਨਾਲ ਨਹੀਂ ਗੱਲ ਕਰਨ ਦੀ ਕੋਸ਼ਿਸ਼ ਕਰੀ ਜੀ ਤੁਸੀਂ ਕਰੀ ਸੀ ਜੀ ਅੱਛਾ ਤੀਏ ਹਫਤੇ ਕਰੀ ਆ ਜੀ ਫਿਰ ਦੱਸਿਆ ਫਿਰ ਉਹਨਾਂ ਨੂੰ ਵੀ ਉਹਨਾਂ ਨੂੰ ਦੱਸਿਆ ਨਹੀਂ ਜੀ ਕੁਛ ਵੀ ਅਸੀਂ ਐਂ ਦੱਸਿਆ ਵੀ ਅਸੀਂ ਕਮਰੇ 'ਚ ਬੈਠੇ ਆਂ ਹੋਟਲ 'ਚ ਬੈਠੇ ਆਂ ਵੀ ਕੋਈ ਨਹੀਂ ਉਹ ਕਹਿੰਦੇ ਵੀ ਇੱਕ ਦੋ ਦਿਨਾਂ 'ਚ ਤੁਹਾਨੂੰ ਕੱਢ ਦਾਂਗੇ ਮੈਂ ਕਿਹਾ ਜੀ ਫਿਰ ਮਾਤਾ ਤੁਹਾਨੂੰ ਪਤਾ ਸੱਟ ਠੀਕ ਕਰ ਕਰਦੀ ਮਾਜ ਹਾਂ ਜੀ ਮੇਰੇ ਨਾਲ ਖਾਸਾ ਮਾਤਾ ਦਾ ਹੋਸੀ ਫਿਰ ਫਿਕਰ ਕਰਦੇ ਨੇ ਵੀ ਤੁਹਾਨੂੰ ਪਤਾ ਪਰਿਵਾਰ ਵੀ ਸੀ ਜੀ ਵਿਥੇ ਘਰ ਦੇ ਵੀ ਸੀ ਉਹਨਾਂ ਨੂੰ ਕਿਸੇ ਨੂੰ ਬੱਚੇ ਛੋਟੇ ਛੋਟੇ ਸੀ ਅੱਛਾ ਵਿਆਹ ਹੋਏ ਸੀ ਤੁਸੀ ਵਿਆਹੇ ਸੀ ਜੀ ਹਾਂ ਜੀ ਬੇਟੀ ਮੇਰੀ ਮਨਲਾ ਦਾ ਸਾਲ ਕਿਦੀ ਹੋ ਬੇਟਾ ਬਾਅਦ 'ਚ ਹੋ ਹਾਂ ਲੱਛਣ ਤੱਕ ਜਿਹੜੇ ਕੁਆਰੇ ਉਹ ਬੰਦੇ ਕਰਦੇ ਜਿਆਦਾਤਰ ਤਾਂ ਜੀ ਹੋਰ ਜੀ ਹੋਰ ਨਾਲੇ ਤਾਂ ਜਵਾਕ ਰੋਲ ਲੈਣੇ ਸੀ ਇਹ ਤਾਂ ਸੁਖਰਾ ਸੱਚੇ ਪਾਤਸ਼ਾਹ ਦਾ ਵੀ ਆਗੇ ਚਲੋ ਆਪਣੇ ਪਰਿਵਾਰ ਚ ਤਾਂ ਆਗੇ ਘਰ ਚ ਤਾਂ ਆਗੇ ਹੂੰ ਤੇ ਉੱਥੋਂ ਜੀ ਫਿਰ ਸਾਨੂੰ ਕੱਢਿਆ ਬਾਹਰ ਉਹਨਾਂ ਨੇ ਗੱਡੀ ਚ ਹੂੰ ਗੱਡੀ ਚ ਬਿਠਾ ਕੇ ਸਾਨੂੰ ਲੈ ਗਿਆ ਜੀ ਯਾਨੀ ਸਾਨੂੰ ਦੱਸਣ ਦੇ ਦੋ ਦੋ ਬੰਦੇ ਕਰਕੇ ਕੱਢਿਆ ਹੀ ਸਾਨੂੰ ਦੱਸਣ ਦੇ ਐ ਵੀ ਉਹ ਜਿਹੜਾ ਏਜੰਟ ਐ ਉਹ ਗੋਰੀ ਨਾਲ ਵਿਆਹ ਕਰਾਇਆ ਵਾ ਤੇ ਉਹ ਕਹਿੰਦਾ ਮੇਰੇ ਘਰ ਵਾਲੀ ਤੁਹਾਨੂੰ ਛੱਡ ਕੇ ਆਊਗੀ। ਅੱਛਾ। ਉਹ ਵੀ ਅਸੀਂ ਜੀ ਗੱਡੀ 'ਚ ਚੌੜੇ ਹੋ ਕੇ ਬਹਿ ਗਏ। ਗੀਤ ਲਾਏ ਵੇਤੀ ਉਹਦੇ ਐ ਕੰਨਾਂ 'ਚ ਉਹ ਲਾਏ ਵੇਤੀ। ਉਹ ਅਸੀਂ ਕਿਹਾ ਵੀ ਅਸੀਂ ਤਾਂ ਚੌੜੇ ਹੋ ਗੱਡੀ 'ਚ ਹੁਣ ਗੱਡੀ 'ਚ ਜਾਵਾਂਗੇ ਹੁਣ ਕਿਹੜਾ ਘੇਰੂ ਆਪਾਂ ਨੂੰ। ਹਾਂਜੀ ਹਾਂ। ਉਹ ਜਦ ਅਸੀਂ ਗਿਆ ਅੱਗੇ ਗਏ ਜੀ। ਉਹਨੇ ਵੀ ਜੰਗਲ ਜੇ 'ਚ ਵੜ ਲਈ ਗੱਡੀ। ਬਾ ਫੇਰ ਤਾਂ ਜੀ ਫੇਰ ਉਹੀ ਦੁਬਾਰੇ ਸੀਨ ਆ ਗਿਆ ਜਗਤ ਮਹਾਭੀਤਾ। ਫੇਰ ਕਿਤੇ ਹੁਣ ਕਰਨਗੇ ਕੰਮ ਠੋਕਣਗੇ ਪਰ ਉਹ ਸਾਨੂੰ ਸਮਝ ਨਹੀਂ ਆਉਂਦੀ ਸੀ ਉਹਦੀ ਵੀ ਕੀ ਕਹਿੰਦੀ ਆ ਉਹ ਸਾਨੂੰ ਗੋ ਗੋ ਕਹਿੰਗੇ ਗੋ ਗੋ ਅਸੀਂ ਉੱਤਰ ਆਈ ਜੀ ਹੂੰ ਔਰ ਫਿਰ ਡਿੱਗੀ ਚੱਕੀ ਜੀ ਜਿਸ ਕੌੜਾ ਗੱਡੀ ਤੀ ਜਿੱਥੇ ਟਾਇਰ ਰੱਖਦੇ ਨੇ ਜੀ ਹਾਂਜੀ ਹਾਂ ਉੱਥੇ ਸਾਨੂੰ ਦੋਹਾਂ ਨੂੰ ਫਿੱਟ ਕਰਿਆ ਜੀ ਉਹਨੇ ਟਾਇਰ ਦੀ ਜਗ੍ਹਾ ਟਾਇਰ ਦੀ ਜਗ੍ਹਾ ਟਾਇਰ ਸਟਿੱਪਣੀ ਦੀ ਜਿੱਥੇ ਜੀ ਉੱਥੇ ਕਿਸੇ ਦੀ ਲੱਤ ਮੇਰਾ ਉਹਦਾ ਸਿਰ ਆ ਗਿਆ ਥੱਲੇ ਮੇਰੀ ਲੱਤ ਉੱਪਰ ਜੀ ਬਸ ਹੀ ਸਾਨੂੰ ਡੇਢ ਘੰਟਾ ਉਹਦੇ ਵਿੱਚ ਰੱਖਿਆ ਜੀ ਫਿਰ ਬਾਅਦ ਉਹ ਕਰਾਇਆ ਐ ਜਾਂਦੀ ਸੀ ਗੱਡੀ ਸੂਕ ਦੀ ਸੰਤ ਐਦੀ ਵੀ ਕਿਤੇ ਥੱਲੇ ਐ ਉਹਨਾਂ ਵੀ ਗਿਰਦੀ ਆ ਥੱਲੇ ਬੁਰਾ ਹਾਲ ਜੀ ਬਣ ਕੇ ਪਰ ਕੱਪੜੇ ਲੀੜੇ ਸਾਰੇ ਬੁਰਾ ਹਾਲ ਉਹ ਡਿੱਗੀ ਤੇ ਯਾਰੋ ਬਠਿਆਤਾ ਜੀ ਸਾਨੂੰ ਉਹ ਆਸਟਰੀਆ ਸ਼ਹਿਰ ਦੇ ਵਿੱਚ ਕਿਤੇ ਕੰਟਰੀ ਚ ਸੱਡ ਕੇ ਉਹ ਸਵੇ ਪੁਲ ਜਾਦਾਤੀ ਸੀ ਪੁਲ ਜੇ ਤੇ ਸਾਨੂੰ ਲਾ ਕੇ ਤੁਹਾਨੂੰ ਤਾਂ ਐਦੀ ਵੀ ਇੱਥੇ ਵੀ ਕਿਸੇ ਨੂੰ ਹੱਥ ਫੜਾਉਣਗੇ ਵੀ ਭਾਈ ਇਹਦੇ ਨਾਲ ਵਗ ਜਾਓ ਬਾਜੀਤਾ ਜੀ ਹਜੇ ਕੱਪੜੇ ਜੇ ਝਾੜਦਿਆਂ ਗੱਡੀ ਦਾ ਘੇਰ ਮਾਰਿਆ ਉਹ ਵੀ ਨੰਗੀ ਉਹ ਮੁੰਡਾ ਮੇਰੇ ਮੂੰਹ ਕੰਨੀ ਝਾਕੇ ਮੈਂ ਦੇ ਕੰਨੀ ਕਹਿੰਦਾ ਵੀ ਹੁਣ ਮੈਂ ਆ ਹੁਣ ਕੀ ਕੀ ਕਰੀਏ ਪੁਲਿਸ ਤੋਂ ਅਸੀਂ ਤਾਂ ਡਰਦੇ ਸੀ ਪਹਿਲਾਂ ਜੇਲ੍ਹ ਕੱਟੀ ਹੋਈ ਸੀ ਉੱਥੇ ਵੱਜਿਆ ਕੋ ਗੂਜਾ ਜੀ ਅੱਛਾ ਪੁਲਿਸ ਦਾ ਅਸੀਂ ਜਿਹੜੇ ਦਰਖਤਾਂ ਦੇ ਆਲੇ-ਦਾਲੇ ਉਹ ਲਾਇਬ ਵੀ ਨਹੀਂ ਹੁੰਦੇ ਜੀ ਉੱਥੇ ਚੋਰ ਸੇ ਜਾਲ ਜੇ ਹਾਂ ਜੀ ਹਾਂ ਜੀ ਜਦੋਂ ਪੁਲਿਸ ਦਾ ਵੱਜਿਆ ਕੋ ਗੂਜਾ ਅਸੀਂ ਤਾਂ ਜੀ ਦੋਹਾਂ ਨੇ ਉਹ ਚ ਸਾਲਾ ਮਾਰੀਆਂ ਵੀ ਹੁਣ ਵੀ ਕੀ ਪਤਾ ਫੇਰ ਨਾ ਚੱਕ ਲੈਣਾ ਪਹਿਲਾਂ ਉੱਥੇ ਕੱਟ ਕੇ ਹੁਣ ਫੇਰ ਜੀ ਅਸੀਂ ਤੁਰੇ ਜਾਂਦੇ ਸੀ ਪੰਜਾਬੀ ਮੁੰਡਾ ਸਾਨੂੰ ਮਿਲ ਗਿਆ ਜੀ ਉਹ ਅਸੀਂ ਉਹਦੇ ਕੋਲ ਪਿੱਛੇ ਹੋ ਗਿਆ ਸੀ ਕਿ ਆ ਵੀ ਬਾਈ ਜੀ ਵੀ ਉਹ ਕਹਿੰਦਾ ਜੀ ਕਿ ਵੀ ਸਾਨੂੰ ਤਾਂ ਇੱਕਣ ਇੱਕਣ ਉਹ ਕਹਿੰਦਾ ਬਾਈ ਜੀ ਤੁਸੀਂ ਕੋਈ ਨਹੀਂ ਵੀ ਗੁਰੂ ਘਰ ਤਾਂ ਹੈਗਾ ਦੂਰ ਵੀ ਤੁਸੀਂ ਮੇਰੇ ਪਿੱਛੇ ਆਂ ਚੱਲੋ ਮੇਰੇ ਘਰੇ ਆਜੋ ਜਣੀ ਉਹਦਾ ਧੰਨਵਾਦ ਕਰਦੇ ਆਂ ਜੀ ਅਸੀਂ ਠੀਕ ਹੈ ਜੀ ਉਹਨੇ ਵਿਚਾਰੇ ਨੇ ਘਰੇ ਲਿਆ ਕੇ ਕਦਾ ਕੱਪੜੇ ਸਾਡੇ ਬੁਰਾ ਹਾਲ ਹੋ ਗਿਆ ਜੀ ਉਹ ਤੇ ਕੱਲੇ ਸਕੌਡਾ ਜਿੱਥੇ ਟਾਇਰ ਰੱਖਦੇ ਆ ਉੱਥੇ ਬਾੜ ਤੇ ਹੂੰ ਉਹਨੇ ਵਿਚਾਰਨੇ ਘਰੇ ਜੀ ਸਾਨੂੰ ਪ੍ਰਸ਼ਾਦਾ ਸਿਕਾਇਆ ਪਹਿਲਾਂ ਤਾਂ ਜੀ 3-4 ਮਹੀਨੇ ਬਾਅਦ ਪ੍ਰਸ਼ਾਦਾ ਸਿਕਾਇਆ ਵਾਹ ਵਾਹ ਕਿਉਂਕਿ ਤਿੰਨ 3.5 ਮਹੀਨੇ ਜੇਲ੍ਹ 'ਚ ਰਹੇ ਉਹਨੇ ਪ੍ਰਸ਼ਾਦਾ ਸਿਕਾਇਆ ਉਹਨੇ ਵਿਚਾਰਨੇ ਆ ਆਪਣੇ ਕੱਪੜੇ ਦਿੱਤੇ ਹੀ ਸਾਨੂੰ ਉਹਨੂੰ ਅਸੀਂ ਬਹੁਤ ਕਿਹਾ ਵੀ ਬਹੁਤ ਤੇਰਾ ਭਾਈ ਧੰਨਵਾਦ ਫੇਰ ਜੀ ਅਸੀਂ ਫੋਨ ਕਰਿਆ ਫੇਰ ਜੰਟ ਨੂੰ ਹੂੰ ਅਸੀਂ ਕਿਹਾ ਵੀ ਤੁਹਾਡੇ ਨਾਲ ਤਾਂ ਉਹ ਗੱਲ ਵੀ ਨਹੀਂ ਕਰੀ ਯਾਰ ਜਿਹੜੀ ਕੁੜੀ ਲਾ ਕੇ ਗਈ ਸੀ ਹਾਂਜੀ ਹਾਂ ਉਹ ਕਹਿੰਦੇ ਵੀ ਉਹ ਤਾਂ ਤੁਹਾਡੇ ਕੋਲ ਖੜਨਾ ਜੀ ਵੀ ਤੁਸੀਂ ਰੇਲਵੇ ਸਟੇਸ਼ਨ ਆਸ ਤੇ ਅਸਟਰੀਆ ਦਾ ਵੀ ਉੱਥੇ ਚਲੇ ਜਾਓ। ਅੱਛਾ ਜੀ। ਉੱਥੇ ਸਤੀ ਰੇਲਵੇ ਸਟੇਸ਼ਨ ਤੇ ਗਏ ਜੀ। ਉੱਥੇ ਲਵੀ ਕਿਤੇ ਜਿਹੜਾ ਉੱਥੇ ਫੜ ਲਈ ਸਾਨੂੰ ਉਹਨਾਂ ਨੇ। ਅੱਛਾ। ਉੱਥੇ ਫੜ ਕੇ ਜੀ ਉਹ ਲੈ ਗਿਆ ਆਪਣੇ ਉਹ ਚ ਮੈਂ ਕਿਹਾ ਵੀ ਤਿੰਨ ਆਪਾਂ ਪਿੱਛੇ ਕੱਟ ਗਏ ਸਾਢੇ ਤਿੰਨ। ਉਹ ਬਾਈ ਨੂੰ ਕਿਹਾ ਮਾਹੂਰੇ ਫਣ ਸੇਰ ਬਗਿਆ ਹੂਰੇ ਵੀ ਆਪਾਂ ਨੇ ਇਕਣੇ ਰਹਿਣਾ ਪਿੰਡ ਘਰੇ ਤਾਂ ਨਹੀਂ ਪਹੁੰਚਦੇ ਲੱਗਦੇ। ਉਹਨਾਂ ਨੇ ਕਹਤੇ ਫੜ ਲਈ ਤੁਸੀਂ। ਉਹ ਜੀ ਅਸੀਂ ਖੜੇ ਸੀ ਸਾਨੂੰ ਕੀ ਸਟੇਸ਼ਨ ਤੇ ਉਹ ਆ ਕੇ ਉੱਥੇ ਪੁਲਿਸ ਜਿਵੇਂ ਆਪਾਂ ਉਹਰੇ ਚੈੱਕ ਕਰਦੀਆਂ ਆ ਉਹ ਸਾਨੂੰ ਪੁੱਛਣ ਲੱਗੀ ਵੀ ਕੋਈ ਕਾਗਜ਼ ਪੱਤਰ ਆਪਣੀ ਬੋਲੀ ਚ ਹੁਣ ਸਾਨੂੰ ਬੋਲੀ ਤਾਂ ਆਉਂਦੀ ਨਹੀਂ ਸੀ ਜੀ ਨਾ ਸਾਡੇ ਕੋਲ ਕੋਈ ਕਾਗਜ਼ ਪੱਤਰ ਸੀ ਉਹ ਚੱਕ ਕੇ ਸਾਨੂੰ ਉੱਥੇ ਲੈ ਗਏ ਜੀ ਉੱਥੇ ਸਾਡੇ ਫਿੰਗਰ ਲੈ ਲੇ ਪਹਿਲਾਂ ਪਿੱਛੇ ਲੈੇ ਵੇਤੀ ਉਹਨਾਂ ਨੇ ਯਾਰ ਉਹ ਲੈ ਉਹ ਪਿਛਲੇ ਵਾਲਾ ਵੀ ਆ ਗਿਆ ਸਿਸਟਮ ਅੱਛਾ ਉਹ ਕਹਿੰਦੇ ਬਹਿ ਜਾਓ ਉੱਥੇ ਉਹਨਾਂ ਨੇ ਜੀ 15 ਦਿਨ ਉੱਥੇ ਲਵਾਏ ਸਾਡੇ 15 ਦਿਨ ਬਾਅਦ ਉੱਥੇ ਵੀ ਕਾਰਡ ਕੂਟਜਾ ਬਣਾਤਾ ਜੀ ਅੱਛਾ ਉੱਥੇ ਪੰਜਾਬੀ ਮੁੰਡੇ ਹੈਗੇ ਸੀ ਜੀ ਉੱਥੇ ਵੀ ਆਪਣੇ ਉੱਥੇ ਜੀ ਐਨੇ ਫਿਰ ਜਿਹੜਾ ਪਿਛਲੇ 3 ਆਸਟਰੀਆ ਚ ਹਾਂ ਜਿਹੜੇ ਪਿਛਲੇ 3 ਤੀ ਉਹ 5 ਤੀ ਜੀ ਅਸੀਂ 2-2 ਕਰਕੇ ਕੱਢੇ ਸੀ 7 ਜਣੇ ਸੀ ਐਨੇ ਪਿਛਲੇ ਵਾਲੇ ਵੀ ਆ ਗਏ ਜੀ 2-2 ਕਰਕੇ ਇਕੱਠੇ ਹੋ ਗਏ ਜੀ ਸਾਰੇ ਉੱਥੇ ਉਹ ਕਹਿੰਦੇ ਵੀ ਠੀਕ ਆ ਗੱਲਾਂ ਬਾਤਾਂ ਮਾਰਨ ਵੀ ਭਾਈ ਹੁਣ ਗਾਹਾਂ ਵਾਲਾ ਸਿਸਟਮ ਉਹ ਕਹਿੰਦੇ ਵੀ ਕੋਈ ਨਹੀਂ ਆ ਹੈਗੇ ਯਾਰ ਆ ਡੱਡਤੀ ਏਜੰਟ ਦੇ ਬੰਦੇ ਜੀ ਉੱਥੋਂ ਜੀ ਫਿਰ ਸਾਨੂੰ ਉਹ ਕਾਰਟ ਦੇ ਬਾਹਰ ਦੇਤਾ ਵੀ ਬਾਹਰ ਜਾ ਸਕਦੇ ਹੂੰ ਅਜੀ ਘੁਮ ਸਕਦੇ ਸੀ ਅੱਛਾ ਜੀ ਉਹੀ ਬੰਦੇ ਨੇ ਜੀ ਫਿਰ ਏਜੰਟ ਨਾਲ ਅਸੀਂ ਫਿਰ ਦੁਬਾਰਾ ਗੱਲ ਕਰੀ ਉਹ ਕਹਿੰਦਾ ਵੀ ਤੁਹਾਨੂੰ ਗੱਡੀ ਆਊਗੀ ਬੰਦਾ ਮਿਲੂਗਾ ਸਟੇਸ਼ਨ ਤੇ ਮੈਂ ਪਹਿਲਾਂ ਵੀ ਸਾਨੂੰ ਮਿਲ ਗਿਆ ਸੀ ਬੰਦੇ ਤਾਂ ਉਹ ਆ ਉਹਦੇ ਝੇੜ ਚ ਲੈ ਕੇ ਆਏ ਨੇ ਚੱਕ ਕੇ ਵੀ ਉਹੇ ਦਿਨ ਆ ਵੀਰੇ ਮਿਲ ਜਾਣਾ ਕਹਿੰਦਾ ਯਾਰ ਤੁਸੀਂ ਇਹ ਨਾ ਕਰੋ ਵੀ ਉੱਥੇ ਤੁਸੀ ਟੋਪੀ ਵਾਲਾ ਬੰਦਾ ਉਹ ਮੈਂ ਟੋਪੀ ਵਾਲੇ ਖਾਬਰਾ ਕਿੰਨੇ ਹੋਣਗੇ ਹੁਣ ਸਾਨੂੰ ਕਿਹੜੀ ਪਤਾ ਟੋਪੀ ਉਹ ਉਹ ਕਹਿੰਦਾ ਵੀ ਟੋਪੀ ਸਾਡੇ ਤਾਂ ਟੋਪੀ ਪਹਿਲਾਂ ਹੀ ਪਈ ਵੀ ਆ ਜਿਹੜਿਆ ਜੋ ਜਿਹਨਾਂ ਕਟਾਤੀਆਂ ਆ ਤੀਜ ਚ ਬੈਠੇ ਆ ਸੀ ਵੀ ਉਹ ਕਹਿੰਦਾ ਯਾਰ ਤੁਸੀਂ ਆਇਆ ਨਾ ਕਰੋ ਹੋ ਜਾਊਗਾ ਉੱਥੇ ਜੀ ਵੇ ਸਾਨੂੰ ਮਿਲ ਗਿਆ ਮੁੰਡਾ ਇੱਕ ਹੂੰ ਉਹ ਮੁੰਡਾ ਜੀ ਇਹ ਸਾਨੂੰ ਲੈ ਗਿਆ ਤੂੰ ਕਹਿੰਦਾ ਦੋ ਇੱਕ ਨੂੰ ਹੋਰ ਲੈ ਕੇ ਆ ਚਾਰ ਬੰਦਿਆਂ ਨੂੰ ਲੈ ਕੇ ਜਾਂਦਾ ਤੀਜੀ ਗੱਡੀ ਚ ਉਹ ਅੱਛਾ ਜੀ ਦੋ ਕਹਿੰਦਾ ਭਾਈ ਇੱਥੇ ਬਹਿ ਜਾਓ ਸਾਨੂੰ ਪਰਾਂ ਇੱਕ ਕਮਰਾ ਜਾਂਤੀ ਉੱਥੇ ਬਿਠਾਇਆ ਕਹਿੰਦਾ ਦੋ ਮੈਂ ਉਹ ਦੂਆਂ ਨੂੰ ਵੀ ਲੈ ਕੇ ਆਉਣਾ ਉਹ ਵੀ ਆਉਣਗੇ ਬਸ ਜੀ ਅਸੀਂ ਸੱਤੇ ਬੰਦੇ ਦੋ ਗੱਡੀਆਂ ਚ ਬਿਠਾ ਲਏ ਕਟ ਉਮਰ ਵਾਲੇ ਗੱਡੀਆਂ ਚਲਾਉਂਦੇ ਸੀ ਉਹ ਮੁੰਡੇ 15-15 ਸਾਲ ਦੇ ਦੀ ਉਹਨਾਂ ਦੇ ਕਾਲੇਤੀ ਕੋਈ ਕੋਈ ਅਰਬੀ ਦੀ ਪਤਾ ਨਹੀਂ ਕਿਹੜੀ ਉਹਨਾਂ ਦੇ ਹੋਣਗੇ ਜੀ ਉਹਨਾਂ ਨੇ ਜੰਗਲਾਂ ਦੇ ਵਿੱਚ ਦੀ ਸਾਰੀ ਰਾਤ ਸਾਰਾ ਦਿਨ ਜਿਆਦਾ ਤਾਂ ਜਣੀ ਰਾਤ ਨੂੰ ਦਿਨ ਸਾਮ ਜੀ ਨੂੰ ਤੁਰੇ ਜੀ ਅਸੀਂ ਸਾਰੀ ਰਾਤ ਉਹ ਗੱਡੀਆਂ ਚਲਾਈ ਗਏ ਜੀ ਕਿਹੜਾ ਰਸਤੇ ਚਖਣੀ ਕੀ ਹੋ ਗਿਆ ਫੇਰ ਸਾਨੂੰ ਉਹਨਾਂ ਨੇ ਜੰਗਲ ਜੇ ਚ ਚੜ੍ਹਤਾ ਫਟਾਫਟ ਉਤਰੋ ਕਹਿੰਦਾ ਫਟਾਫਟ ਸਾਨੂੰ ਉੱਪਰ ਚੜ੍ਹਤਾ ਜੀ ਪਹਾੜੀ ਜੀ ਤੇ ਫੇਰ ਉਹ ਕਾਂਟੇ ਡੇਢ ਘੰਟੇ ਬਾਅਦ ਫੇਰ ਆ ਗਈ ਜੀ ਵੀ ਆਜੋ ਜਣੀ ਜਾਨੂੰ ਸਵੇਰ ਨੂੰ ਇਟਲੀ ਬਚਾਤਾ ਜੀ ਅੱਛਾ ਇਟਲੀ ਜੀ ਅਸੀਂ ਪਹੁੰਚ ਗਏ ਕਹਿੰਦੇ ਬੈਠੋ ਬਸ ਉੱਥੇ ਉਹ ਵੀ ਛੱਡ ਕੇ ਮੁੜ ਆਈ ਜੀ ਉੱਥੋਂ ਫੋਨ ਕਰਿਆ ਜੀ ਜੀ ਫੇਰ ਏਜੰਟ ਨੂੰ ਨੰਬਰ ਤਾਂ ਜਾਤੀ ਹਾਂਜੀ ਹਾਂ ਪੈਸੇ ਉਹਨਾਂ ਨੇ ਸਾਨੂੰ ਦੇ ਦਿੱਤੇ ਜਿਹੜੇ ਛੱਡਣ ਆਈ ਤੀ ਅੱਛਾ ਆਏ ਵੀ ਮਦਦ ਕਰੀ ਵੀ ਗਏ ਆ ਨਾ ਹਾਂ ਹਾਂ ਵੀ ਚਲੋ ਉਹਨਾਂ ਦੀ ਜਿਵੇਂ ਚੈਨ ਬਣੀ ਵੀ ਤੀ ਜੀ ਕਰੀਵੇ ਇਟਲੀ ਜੀ ਉੱਤਰ ਕੇ ਹਜੇ ਹਜੇ ਫੋਨ ਕਰਿਆ ਉਹ ਕਹਿੰਦੇ ਵੀ ਕੋਈ ਨਹੀਂ ਤੁਹਾਨੂੰ ਇੱਥੇ ਬੰਦਾ ਲੈਣ ਆਜੂ ਕੰਦਾਲੇਣ ਆ ਗਿਆ ਜੀ ਉਹ ਹੈਗਾ ਤਾਂ ਜੀ ਮੇਰੇ ਨਾਨਕਿਆਂ ਦਾ ਸੀ ਅੱਛਾ ਉਹਨੂੰ ਮੈਂ ਪਛਾਨ ਲਿਆ ਉਹ ਨਾਲ ਹੁਣ ਕੰਮ ਉਹ ਕਰਦੇ ਨੇ ਉਹ ਮੈਂ ਤਾਂ ਪਛਾਨ ਲਿਆ ਮੈਂ ਉਹਨਾਂ ਦਾ ਨਾਮ ਲਈ ਉਹ ਗਾਂ ਡਿੰਗ ਪੱਟੀ ਗਿਆ ਵੀ ਆਈ ਜੱਲੋ ਉਹ ਫਿਰ ਕਮਰੇ 'ਚ ਸਾਨੂੰ ਲੈ ਕੇ ਪੌੜੀਆਂ ਚੜ੍ਹ ਕੇ ਉਹ ਮੈਂ ਮੈਂ ਕਿਹਾ ਯਾਰ ਤੂੰ ਬੋਲਿਆ ਨਹੀਂ ਗੋਲਡੀ ਤੇ ਉਹਨਾਂ ਨਾਮ ਮੈਂ ਯਾਰ ਤੂੰ ਬੋਲਿਆ ਨਹੀਂ ਉਹ ਕਹਿੰਦਾ ਬੋਲੇ ਵੀਰੇ ਸਾਡਾ ਤਾਂ ਉਹ ਦੋ ਨੰਬਰ ਦਾ ਕੰਮ ਆ ਸੀ ਤਾਂ ਮੁੰਡੇ ਸਾਹਮਣੇ ਆ ਵੀ ਫਿਰ ਅਸੀਂ ਗਾਂ ਪਚਾਉਨੇ ਆ ਜਿੱਥੇ ਜਿੱਥੇ ਹੈਗੇ ਵੀ ਇਹ ਤਾਂ ਜਾਂਟੀ ਕਰਦੇ ਆ ਉਰੇ ਹਾਂਜੀ ਹਾਂ ਵੀ ਅਸੀਂ ਨਹੀਂ ਗੱਲ ਕਰ ਸਕਦੇ ਵੀ ਤੂੰ ਸਾਨੂੰ ਜਾਣਦਾ ਜਾਂ ਉਹ ਵੀ ਫਿਰ ਉਹਨੇ ਕਮਰੇ ਚ ਅਸੀਂ ਉਹ ਕਿਹਾ ਵੀ ਫਿਰ ਤਾਂ ਚੱਲ ਹੁਣ ਚਲੋ ਅੱਧਿਕ ਤਾਂ ਹੌਸਲਾ ਜਾਂ ਹੋ ਗਿਆ ਵੀ ਚੱਲ ਆਪਣਾ ਬੰਦਾ ਮਿਲਿਆ ਆਪਣਾ ਬੰਦਾ ਹਾਂ ਉਹਨੇ ਜੀ ਚਲੋ ਵਿਚਾਰਨੇ ਘਰੇ ਤਾਂ ਗੱਲ ਕਰਾਤੀ ਅਸੀਂ ਦੋਏ ਦਿਨ ਫਿਰ ਨਾ ਰੋਟੀ ਪਾਣੀ ਖਾ ਕੇ ਤਿਆਰ ਹੋ ਕੇ ਅਸੀਂ ਕਿਹਾ ਵੀ ਮੈਂ ਤਾਂ ਜਾਣਾ ਸੀ ਜਿੱਥੇ ਲੋ ਫਰਾਂਸ ਹੂੰ ਇੱਕ ਨੇ ਬੈਲਜੀਅਮ ਜਾਣਾ ਸੀ ਤਿੰਨ ਚਾਰ ਜਾਣਾ ਨੇ ਇੰਗਲੈਂਡ ਉਹ ਬੈਲਜੀਅਮ ਤੋਂ ਹੀ ਜਾਣਾ ਸੀ ਉਹਨਾਂ ਨੇ ਇੰਗਲੈਂਡ ਜੀ ਬੈਲਜੀਅਮ ਤੋਂ ਹਾਂਜੀ ਅਸੀਂ ਕਿਹਾ ਵੀ ਫਿਰ ਵੀਰੇ ਵੀ ਹੁਣ ਸਾਨੂੰ ਗਾਹਾਂ ਮੈਂ ਤਾਂ ਜਾਣਾ ਆਪਣੇ ਉੱਥੇ ਉਹ ਕਹਿੰਦਾ ਵੀਰੇ ਬਹਿ ਜਰ ਜਿੰਨਾ ਚਿਰ ਪੈਸੇ ਈ ਥੋੜਾ ਜੰਤ ਪਾਉਂਦਾ ਨਹੀਂ ਉਹਨਾਂ ਚਿਰ ਤੁਹਾਨੂੰ ਥੱਲੇ ਨਹੀਂ ਉਤਰਨ ਦੇਦਾ ਤੁਸੀਂ ਜਾਣਦੀਆਂ ਗੱਲਾਂ ਕਰਦੇ ਹੋ ਅੱਛਾ ਮੈਂ ਕਹਿੰਦਾ ਜੀ ਡੇਢ ਮਹੀਨਾ ਉਹਨੇ ਉੱਥੇ ਢਾ ਕੇ ਰੱਖਿਆ ਸਾਨੂੰ ਜਿੰਦਾ ਲਾ ਦਿੰਦਾ ਦੀ ਬਾਹਰੋਂ ਸੱਤ ਦੇ ਸੱਤ ਅੰਦਰੇ ਬੈਠੇ ਰਹੇ ਪਿੰਡ ਦਾ ਮੁੰਡਾ ਤੁਹਾਡੇ ਨਾਲ ਕਹਿੰਦਾ ਉਹ ਕਹਿੰਦਾ ਮੇਰੀ ਮਜਬੂਰੀ ਆ ਤਿੰਨ ਬੰਦੇ ਸੀ ਜੀ ਉਹ ਉਹ ਕਹਿੰਦਾ ਰੋਟੀ ਪਾਣੀ ਖਾ ਲਾ ਗੱਲ ਕਰਾ ਦਿੰਨਾ ਤੇਰੀ ਘਰੇ ਪਰ ਅਸੀਂ ਵੀਰੇ ਜਾਂ ਕਿਤੇ ਬਾਹਰ ਕਿਤੇ ਨਹੀਂ ਤੁਹਾਨੂੰ ਛੱਡ ਸਕਦੇ ਅੱਛਾ ਡੇਢ ਮਹੀਨਾ ਜੀ ਉਹਨੇ ਕਮਰੇ ਚ ਫੇਰ ਉਹਨੇ ਪੈਸੇ ਏਜੰਟ ਨੇ ਅਸੀਂ ਲੜੀ ਗਏ ਫੇਰ ਜੀ ਘਰੋਂ ਫੇਰ ਪੈਸੇ ਮੰਗਾਏ ਕਹਿੰਦੇ ਵੀ ਉਹ ਤਾਂ ਰਸਤੇ ਚ ਹੋ ਗਏ ਘਰੋਂ ਫੇਰ ਜੀ ਡੇਢ 2 ਲੱਖ ਰੁਪਇਆ ਫੇਰ ਦਿੱਤਾ ਪਹਿਲਾਂ ਕਿੰਨਾ ਦਿੱਤਾ ਹੋਇਆ ਜੀ ਪਹਿਲਾਂ ਜੀ ਉਹਨਾਂ ਨਾਲ 6.5 ਲੱਖ ਦੀ ਗੱਲ ਹੋਈ ਸੀ ਜੀ 6.5 ਲੱਖ ਦੇ ਦਿੱਤਾ ਸੀ ਯਾਨੀ ਕਿ ਉਹਨੂੰ ਹਾਂਜੀ ਹਾਂ 1.5 ਤੋਂ 2 ਲੱਖ ਹੋਰ ਦਿੱਤਾ ਡੇਢ ਡੇਢ ਲੱਖ ਤੋਂ ਹੋਰ ਦਿੱਤਾ ਜੀ 2 ਲੱਖ ਰੁਪਈਆ ਫਿਰ ਸਾਨੂੰ ਉੱਥੋਂ ਇਟਲੀ ਤੋਂ ਬ੍ਰਾਂਚ ਭੇਜਿਆ ਅੱਛਾ ਫਰਾਂਸ ਵੀ ਫਿਰ ਜੀ ਬੈਲਜੀਅਮ ਜਾਣਾ ਸੀ ਜੀ ਉਹਨਾਂ ਨੇ ਬੈਲਜੀਅਮ ਜਾਂਦੇ ਜਾਂਦੇ ਗੱਡੀ 'ਚ ਹੁਣ ਜਿਹੜੇ ਚਾਚਾ ਜੀ ਸੀ ਉਹ ਕਿਤੇ ਪੈਰਿਸ ਦੇ ਨੇੜੇ ਰਹਿੰਦੇ ਸੀ ਇਹਨਾਂ ਨੇ ਫਰਾਂਸ-ਵਾਰਡਨਸਰ ਬਾਰਡਰ ਉੱਥੇ ਛੜਤਾ ਜੀ ਮੈਨੂੰ ਨਾ ਤਾਂ ਉੱਥੇ ਮੈਨੂੰ ਐ ਪਤਾ ਊਂ ਜਣੀ ਨੰਬਰ ਚਾਚਾ ਜੀ ਦਾ ਯਾਦ ਸੀ ਮੈਨੂੰ ਅੱਛਾ ਜੀ ਉੱਥੋਂ ਜੀ ਮੈਨੂੰ ਅੰਦਰ ਬਾੜ ਉਹ ਚ ਛੱਡ ਕੇ ਉਹ ਗਾਹਾਂ ਲੰਘੇ ਬੰਦੇ ਮੈਂ ਕੱਲਾ ਤੀਜੀ ਫਰਾਂਸ ਆਲਾ ਬਾਕੀ ਦਾ ਉਹ ਗਾਹਾਂ ਜਾਣਾ ਸੀ ਹੁਣ ਬੈਲਜੀਅਮ ਹਾਂਜੀ ਹਾਂ ਫਿਰ ਉੱਥੋਂ ਜੀ ਮੈਂ ਕਾਲ ਕਰੀ ਹਮਾ ਚਾਚਾ ਜੀ ਨੂੰ ਉਹਨਾਂ ਨੇ ਚਲੋ ਮੈਨੂੰ ਕਹਿੰਦੇ ਵੀ ਉੱਥੇ ਬੋਲੀ ਫਰਾਂਚਾਈ ਜੀ ਉਹਨਾਂ ਨੇ ਮੈਨੂੰ ਦੱਸਿਆ ਮੈਂ ਵੀ ਸਟੇਸ਼ਨ ਮੇਰੇ ਨਾਲ ਤਾਂ ਪੰਜਾਬੀ ਚ ਗੱਲ ਕਰੀ ਹਮ ਸਟੇਸ਼ਨ ਵੀ ਅੱਗੇ ਸਟੇਸ਼ਨ ਹੋਊਗਾ ਪੁੱਛ ਲਓ ਕਿਸੇ ਨੂੰ ਇੱਥੇ ਫਿਰ ਉਹ ਕਹਿੰਦੇ ਵੀ ਤੈਨੂੰ ਐ ਨਹੀਂ ਕਿਹਾ ਗਾਰ ਕਹਿਣਾ ਪਊਗਾ ਗਾਰ ਇਦਾਂ ਦੇ ਕੋਈ ਦੱਸਿਆਉਣਾ ਨਹੀਂ ਵੀ ਸਟੇਸ਼ਨ ਦਾ ਨਾਮ ਫਰਾਂਚ ਚ ਕੋਈ ਗਾਰ ਵੀ ਗਾਰ ਕੇ ਜਾਣਾ ਸੀ ਭਾਈ ਮੈਂ ਤਾਂ ਜੀ ਜਿਹੜਾ ਕੋਈ ਮਿਲਿਆ ਕਰੇ ਹਰੇਕ ਨੂੰ ਗਾਰ ਗਾਰ ਕਰੀ ਜਾਵਾਂ ਉਹ ਹੱਥ じゃ ਕਰਦਿਆ ਕਰਨ ਵੀ ਆਏਗਾ ਹਾਂ ਮੈਂ ਐ ਤਾਂ ਜੀ ਸਮਝੀ ਗਿਆ ਵੀ ਗਾਂਹਾਂ ਤਾਂ ਹੀ ਗਿਆ ਜਾਇੰਗਾ ਗਾਂਹਾਂ ਜੀ ਜਾ ਕੇ ਯਾਰ ਗਾਰ ਕੋਲੇ ਪਹੁੰਚੇ ਉੱਥੇ ਮੂਰੇ ਫੇਰ ਪੁਲਿਸ ਵਾਲੇ ਖੜੇ ਅੱਛਾ ਮੈਂ ਕਿਹਾ ਵੀ ਐਡੀ ਦੂਰੋਂ ਤਾ ਆ ਗਏ ਜੀ ਫੇਰ ਅੰਦਰ ਨਾਲ ਵਧੀਆ ਜੀ ਮੈਂ ਫੇਰ ਪਿੱਛੇ ਹੋ ਗਿਆ ਚਾਚਾ ਜੀ ਨਾਲ ਗੱਲ ਕਰੀ ਉਹ ਕਹਿੰਦੇ ਕੁਝ ਨਹੀਂ ਕਹਿੰਦੇ ਵੀ ਤੂੰ ਅੰਦਰ ਚਲੇ ਜਾ ਟਿਕਟ ਲੈ ਲਈ ਪੈਰਸਨ ਨੂੰ ਜੀ ਉੱਥੇ ਪੈਰੀ ਪੈਰੀ ਕਹਿੰਦੇ ਨੇ ਵੀ ਪੈਰੀ ਦੀ ਕਹਿਦੀ ਵੀ ਪੈਰੀ ਦੀ ਟਿਕਟ ਲੈ ਲਈ ਵੀ ਅੱਗੇ ਅਸੀਂ ਟ੍ਰੇਨ ਦੇ ਵਿੱਚ ਜੀ ਫੇਰ ਉੱਥੋਂ ਜੀ ਮੈਨੂੰ ਲੱਗਦਾ ਕਾਫੀ ਸਵੇਰ ਨੂੰ ਮੈਂ ਉੱਥੇ ਪਹੁੰਚਿਆ ਜੀ ਅੱਛਾ ਜੀ ਐਨੀ ਦੂਰ ਰਹਿੰਦੇ ਸੀ ਚਲੋ ਉੱਥੋਂ ਫੇਰ ਆਪਣਾ ਲੈ ਗਏ ਜੀ ਚਾਚਾ ਜੀ ਠੀਕ ਹੋ ਗਿਆ ਕੰਮ ਚਾਚਾ ਜੀ ਵਧੀਆ ਆਪਣਾ ਰੋਟੀ ਪਾਣੀ ਦਾ ਰੋਟੀ ਪਾਣੀ ਉਹ ਕੇ ਉਹਨਾਂ ਫਿਰ ਮੈਂ 2 ਨੰਬਰ ਚ ਗਿਆ ਸੀ ਜੀ ਉਹਨਾਂ ਦੀ ਵੀ ਮਜਬੂਰੀ ਸੀ ਹੂੰ ਹੂੰ ਕਿ ਕਿਉਂਕਿ ਉਹ ਪਰਿਵਾਰ ਰਹ ਰਹੇ ਸੀ ਹਾਂਜੀ ਹਾਂ ਵੀ ਉਹ ਕਹਿੰਦੇ ਵੀ ਇੱਕ ਤਾਂ ਮੈਂ ਕੱਟ ਕੇ ਜੇਲਾ ਗਿਆ ਸੀ ਦੀ ਵੀ ਕਿਤੇ ਕੱਲ ਨੂੰ ਕੋਈ ਕੋਈ ਬੰਦਾ ਆਲੇ-ਦਾਲੇ ਗੋਰੇ ਸ਼ਿਕਾਇਤ ਨਾ ਕਰ ਦੇਣ ਵੀ ਵੀ ਤੈਨੂੰ ਪੁੱਤ ਮੁੰਡਿਆਂ ਕੋਲੇ ਰਹਿਣਾ ਪਊਗਾ ਵੀ ਉਰੇ ਫਿਰ ਜੇ ਘਰੇ ਵੀ ਔਖਾ ਆ ਤੂੰ ਜਾ ਹੀ ਕੋਈ ਗੱਲ ਨਹੀਂ ਜਦ ਮਰਜੀ ਆ ਗਿਆ ਮਿਲ ਗਿਆ ਜਵਾਕਾਂ ਨੂੰ ਹੂੰ ਹੂੰ ਵੀ ਪਰ ਛਾਨੂੰ ਮਿਲ ਗਿਆ ਪਰ ਵੀ ਘਰੇ ਦੀ ਪ੍ਰੋਬਲਮ ਥੀ ਉਹ ਵੀ ਸਹੀ ਥੀ ਜੀ ਆਪਣੀ ਜਗ੍ਹਾ ਹਾਂਜੀ ਹਾਂ ਉਹਨਾਂ ਨੂੰ ਫਿਰ ਹੁਣ ਪ੍ਰੋਬਲਮ ਆਉਂਦੀ ਜੀ ਕੋਈ ਉੱਥੋਂ ਸਾਰਾ ਕੁਝ ਠੀਕ ਹੋ ਗਿਆ ਜੀ ਕੰਮਕਾਰ ਤੇ ਵੀ ਲੱਗੇ ਬਿਜਲੀ ਦੇ ਅੱਛਾ ਸਾਰਾ ਕੁਝ ਠੀਕ ਥੀ ਜੀ ਹੂੰ ਉੱਥੋਂ ਆਪਣਾ ਵਧੀਆ ਚੱਲਿਆ ਜੀ ਸਿਸਟਮ ਕਿੰਨਾ ਕਿੰਨਾ ਟਾਈਮ ਉੱਥੇ ਜੀ ਮੈਨੂੰ ਲੱਗਦਾ 4-5 ਮਹੀਨੇ 7 ਕੁ ਮਹੀਨੇ ਰਹੇ ਜੀ ਵਧੀਆ ਠੀਕ ਹੈ ਚਲੋ ਜਿੰਨੇ ਜੋਗੇ ਪੈਸੇ ਬਣੇ ਮਾੜਾ ਮੋਟਾ ਭੇਜੇ ਵੀ ਘਰ ਨੂੰ ਕੁਝ ਆਪਣਾ ਉੱਥੇ ਕਮਰੇ ਖਰਚਾ-ਕੁਰਚਾ ਜੀ ਇੱਕ ਕਮਰੇ ਦਾ ਕਰਾਇਆ ਸਾਰਾ ਕੁਲ ਉੱਥੇ ਜੀ ਫਿਰ ਸਾਨੂੰ ਹੇਠਾਂ ਕੰਮ ਤੇ ਜਾਂਦੇ ਸੀ ਜੀ ਉੱਥੇ ਫੜ ਲਿਆ ਜੀ ਜਰਮਨਾਂਰ ਫਰਾਂਸ ਦੇ ਵਿੱਚ ਸ਼ਿਕਾਇਤਾਂ ਬਹੁਤ ਸੀ ਜੀ ਅੱਛਾ ਜੀ ਉੱਥੇ ਸਾਨੂੰ ਯਾਰ ਫੜ ਲਿਆ ਜੀ ਉਹਨੇ ਉਹਨਾਂ ਨੇ ਪੁਲਿਸ ਵਾਲੇ ਨੱਗੇ ਨੰਗਦੇ ਹੀ ਸੀ ਜੀ ਹਾਂਜੀ ਹਾਂ ਪਤਾ ਨਹੀਂ ਤੇ ਹੁਣ ਉਹ ਹੈ ਨਹੀਂ ਤੀ ਜੀ ਕੋਈ ਉਸ ਦਿਨ ਜੀ ਫੜ ਲਿਆ ਮੇਰੇ ਮੇਰੀ ਗਲਤੀ ਹੈ ਵੀ ਮੇਰੀ ਜੇਬ ਵਿੱਚ ਉਹਦੀ ਪਾਸਪੋਰਟ ਦੀ ਫੋਟੋ ਕਾਪੀ ਸੀ ਮੈਂ ਕੋਈ ਕਾगज ਕਰਾਉਣਾ ਸੀ ਘਰੋਂ ਮਗਾਈ ਸੀ। ਓਹੋ ਉਹਨਾਂ ਨੂੰ ਸਪਰੂਫ ਮਿਲ ਗਿਆ ਜੀ। ਹੂੰ ਉਸ ਕਰਕੇ ਉਹਨਾਂ ਨੇ ਜੀ ਫਿਰ ਮੈਨੂੰ ਰਿਪੋਰਟ ਕਰਤਾ। ਉਹ ਰਿਪੋਰਟ ਵਾਲਾ ਹਜੇ ਤੱਕ ਜੀ ਮੈਂ ਭੁਗਤ ਰਿਹਾ ਕੰਮ। ਪਾਸਪੋਰਟ ਨੀ ਜੀ ਮੁੜ ਕੇ ਬਣਿਆ। ਅੱਜ ਦੇਖ ਲਓ 7 ਤੋਂ ਕਿੰਨੇ ਸਾਲ ਹੋ ਗਏ 2007 ਦੀ ਗੱਲ ਹੈ ਜੀ। 7 ਜੁਲਾਈ ਨੂੰ ਮੈਨੂੰ ਵਾਪਸ ਭੇਜਿਆ ਸੀ ਉਹਨਾਂ ਨੇ। अच्छा जी हां 17 ਸਾਲ ਹੋ ਗਏ हां जी हां ਉਹ ਤੋਂ ਬਾਅਦ ਜੀ ਫਿਰ ਪਾਸਪੋਰਟ ਨਹੀਂ ਉੱਥੇ ਦਿੱਲੀ ਵੀ ਸਾਨੂੰ 에어ਪੋਰਟ ਤੇ ਬਿਠਾ ਲਿਆ ਸੀ ਜੀ ਅਸੀਂ ਚਾਰ ਮੁੰਡੇ ਤੀਜੀ ਅਸੀਂ اچھا ਜੀ हां ਦੋ ਹਰਿਆਣੇ ਦੇ ਸੀ ਜੋ ਉੱਥੇ ਵੀ ਸਾਨੂੰ ਉਹਨਾਂ ਨੇ 에어ਪੋਰਟ ਤੇ ਬਿਠਾ ਕੇ ਕਮਰੇ 'ਚ ਜਣੀ ਕਾਫੀ ਉਹਨਾਂ ਨੇ ਕਿਹਾ ਵੀ ਤੁਸੀਂ ਉਹ ਤੇ ਇੰਡੀਆ ਦਾ ਨਾਮ ਬਦਨਾਮ ਕਰਦੇ ਹਾਂ ਗਲਤ ਉੱਚ ਜਾਣੇ ਹੋ ਆਏ ਆ ਜਾਂਟਾਂ ਦੇ ਧਰੂ ਫਲਾਣਾ ਵੀ ਉੱਥੇ ਗੰਦ ਪਾਉਂਦੇ ਅਗਲੇ ਨੇ ਤਾਂ ਵੀ ਲੜ ਲੁੜ ਕੇ ਇਹਨਾਂ ਨੇ ਹੌਲੜਬਾਜੀ ਕਰੀ ਹੋਊ ਤਾਂ ਹੀ ਅਗਲੇ ਨੇ ਰਿਪੋਰਟ ਕੀਤਾ ਜੀ ਹਾਂਜੀ ਹਾਂ ਤੇ ਉੱਥੋਂ ਜੀ ਫਿਰ ਅਸੀਂ ਆਪਣਾ ਬਾਹਰ ਆ ਕੱਟਤਾ ਜੀ ਉਹਨਾਂ ਨੇ ਸ਼ਾਮ ਜੀ ਨੂੰ 에ਰਪੋਰਟ ਵਾਲਿਆਂ ਨੇ ਹੁਣ ਸਾਨੂੰ ਤਾਂ ਵੀ ਪਤਾ ਨਹੀਂ ਸੀ ਵੀ ਉੱਥੋਂ ਕਿਹੜੀ ਕੋਈ ਛਲੇ ਪਛਲੇ ਉਪਾ ਮਿਲਦੀ ਹੁੰਦੀ ਹੈ ਹਾਂਜੀ ਹਾਂ ਅਸੀਂ ਤਾਂ ਆਪਣੀ ਉਹ ਜਾਂ ਉਹ ਕਹਿੰਦੇ ਸੀ ਵੀ ਇੱਥੋਂ ਨਿਕਲੀ ਏ ਹੂੰ ਕੁਝ ਕਰਕੇ ਉੱਥੋਂ ਫਿਰ ਜੀ 17 ਸਾਲ ਬਾਅਦ ਵਧੀਆ ਆ ਗਏ ਹੁਣ ਜੀ ਫਿਰ ਫਿਰ ਉਹਰੇ ਆ ਕੇ ਘਰੇ ਵਧੀਆ ਦਵਾਰੇ ਨਾਤਾ ਕਰਦਿਆਂ ਨੇ ਫਿਰ ਡੈਡੀ ਮੰਮੀ ਵੀ ਪ੍ਰੇਸ਼ਾਨ ਹੋ ਗਏ ਕਿਉਂਕਿ ਪੈਸੇ ਖਰਾਬ ਹੋ ਗਏ ਸੀ ਜੀ ਹਾਂਜੀ ਹਾਂ ਉਹਨਾਂ ਨੇ ਫਿਰ ਜਿੱਦ ਕਰਕੇ ਗਏ ਸੀ ਤੁਸੀਂ ਨਹੀਂ ਜਿੱਦ ਤਾਂ ਨਹੀਂ ਜੀ ਜਣੀ ਜਦ ਬੰਦਾ ਉੱਥੇ ਐ ਹੋ ਗਿਆ ਨਾ ਵੀ ਚਾਚਾ ਜੀ ਆ ਗਿਆ ਹਾਂ ਚਾਚਾ ਜੀ ਹੈਗੇ ਆ ਉਹ ਤੁਹਾਨੂੰ ਐਸੀ ਵੀ ਇੱਕ ਨੰਬਰ ਤੇ ਜਾਣਾ ਇੱਕ ਨੰਬਰ ਤੇ ਜਾਣਾ ਕੁਸ ਐ ਹੋ ਗਿਆ ਜੀ ਚੱਕਰ ਚ ਵੀ ਕੰਮਕਾਰ ਲੱਗੇ ਤੀ ਸਾਰਾ ਕੁ ਠੀਕ ਹੋ ਗਿਆ ਤੀ ਜੀ ਹੂੰ ਉਹ ਤਾਂ ਫਿਰ ਉੱਥੇ ਚਲੇ ਦਾਣਾ ਪਾਣੀ ਦਾ ਲਾ ਲੋ ਜਾ ਕਿਵੇਂ ਕੋਈ ਜਿਵੇਂ ਲਿਖੀ ਆ ਪਰਮੇਸ਼ਰ ਨੇ ਬਾਕੀ ਆ ਸਿੰਘ ਸੱਜਣਾ ਤੀ ਜੀ ਅੱਛਾ ਪਹਿਲਾਂ ਨਹੀਂ ਸੀ ਤੁਹਾਨੂੰ ਪਹਿਲਾਂ ਨਹੀਂ ਸੀ ਜੀ ਸਿੰਘ ਸੱਜਣਾ ਤੀ ਗੁਰੂ ਦੇ ਲੜ ਲੱਗਣਾ ਸੀ ਤੇ ਆ ਨਸ਼ਾ ਨਸ਼ਾ ਵੀ ਕਰਦੇ ਰਹੇ ਪਹਿਲਾਂ ਹਾਂਜੀ दारू-ਦੂਰੂ ਪੀਂਦੇ ਸੀ ਜੀ ਦਾਰੂ ਹੋਰ ਆਪਣਾ ਦਾਰੂ ਜਿਆਦਾ ਪੀਤੀ ਆ ਜੀ ਕਰੇ ਬਹੁਤ ਕਲੇਸ਼ ਯਾਨੀ ਪੂਰਾ ਦਾਰੂ ਨੇ ਜਲਵਾ ਦਿਖਾਇਆ ਅੱਛਾ ਹਾਂ ਜੀ ਹਾਂ ਉਹ ਤੋਂ ਬਾਅਦ ਜੀ ਫਿਰ ਘਰੇ ਪਰੇਸ਼ਾਨੀ ਹੋਣ ਲੱਗੇ ਜੀ ਹੁਣ ਵੀ ਹਾਂ ਆਏ ਆ ਫਲਾਣਾ ਕੰਮ ਨਾ ਖੇਤੀਬਾੜੀ ਉਹ ਕਰਨੀ ਸੀ ਜੀ ਹੋਰ ਤਾਂ ਕੀ ਕਰਨਾ ਸੀ ਉਹ ਗੁੱਸੇ 'ਚ ਬੰਦਾ ਕਈ ਵਾਰ ਮੇਣਾ ਵੀ ਮਾਰ ਦਿੰਦਾ ਵੀ ਪਹਿਲਾਂ ਵੀ ਤੇ ਬਰਬਾਦ ਕਰਤਾ ਸੀ ਹਾਂ ਜੀ ਹਾਂ ਉਹ ਸਾਰਾ ਕੁਝ ਉਹ ਗੁੱਸਾ ਆ ਜਾਣਾ ਉਹ ਗੁੱਸਾ ਆ ਜਾਣਾ ਜੀ ਫਿਰ ਦਾਰੂ ਪੀ ਕੇ ਯਾਨੀ ਬਹੁਤ ਘਰੇ ਗੁੱਸਾ ਕਿਤੇ ਵੀ ਕੱਢਦੇ ਸੀ ਫਿਰ ਗੁੱਸਾ ਜੀ ਕਰੀਦਾ ਘਰ ਵਾਲੀ ਤੇ ਅੱਛਾ ਇਆ ਉਥੇ ਜਿਹੜੇ ਘਰੇ ਨਵਾਰੀਆਂ ਸੀ ਸਿੱਧੀ ਉਹਨੋਂ ਪੰਨਾ ਦਿੰਦੇ ਦੀ ਹਮ ਯਾਨੀ ਬੰਦਾ ਗਲਤ ਹੋਏ ਤੇ ਹੋਰ ਕੀ ਗੁੱਸੇ ਤੇ ਉਹ ਹੁਣ ਡੈਡੀ ਮੰਮੀ ਮੈਂ ਤਾਂ ਚਲਾ ਜਾਂਦਾ ਸੀ ਬਾਹਰ ਘਰ ਵਾਲੇ ਇਹਨੂੰ ਵੀ ਜਿਆਦਾ ਕਰਦੇ ਦੀ ਵੀ ਹਣੀ ਤੇਰੇ ਕਰਕੇ ਆ ਗਿਆ ਹਨੀ ਤੈਨ ਬਲਾ ਲਿਆ ਕਿ ਉਹਨਾਂ ਨੂੰ ਵੀ ਮੇਨੇ ਮਾਰੀ ਗਏ ਉਹ ਉਹਨਾਂ ਨੂੰ ਵਿਚਾਰਿਆਂ ਨੂੰ ਫਿਰ ਪਹਿਲਾਂ ਚੰਗੇ ਭਲੇ ਠੀਕ ਸੀ ਸ਼ਮਤ ਤੇ ਦੋ ਤਿੰਨ ਬਿਮਾਰੀਆਂ ਚੰਬੜ ਗਈਆਂ ਟੈਨਸ਼ਨ ਚ ਥਾਇਰੋਇਡ ਹੋ ਗਿਆ ਸ਼ੂਗਰ ਹੋ ਗਿਆ ਹਮ ਉਹ ਫਿਰ ਮੈਨੂੰ ਦੱਸਿਆ ਨਾ ਕਰਨ ਵੀ ਜੇ दारू ਪੀਤੀ ਵਿੱਚ ਦੱਸਦਾ ਇਹਨਾਂ ਨੂੰ ਵੀ ਉਹ ਅੰਦਰੇ-ਅੰਦਰ ਉਹ ਹੋਈਗੇ ਵੀ ਜੇ ਦੱਸਦਾ ਫਿਰ ਲੜਨਗੇ ਘਰੇ ਵੀ ਲੜਨਗੇ ਮੈਨੂੰ ਵੀ ਉਹ ਕਰਨਗੇ ਤੁਹਾਡੇ ਇੱਕ ਗਲਤ ਸਟੈਪ ਨਾਲ ਦੇਖੋ ਕਿੱਥੇ ਤੱਕ ਕੀ ਕਰਤਾ ਹੈ ਜੀ ਬਹੁਤ ਬਹੁਤ ਬਰਬਾਦੀ ਹੋਈ ਆ ਜੀ ਬਹੁਤ ਜ਼ਿਆਦੇ ਇਹ ਤਾਂ ਫਿਰ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਆ ਦੋ ਨੰਬਰ ਦੇ ਵਿੱਚ ਦੋ ਨੰਬਰ 'ਚ ਮੈਂ ਬੇਨਤੀ ਕਰਦਾ ਸਾਰੇ ਵੀ ਕੋਈ ਵੀ ਦੋ ਨੰਬਰ 'ਚ ਨਾ ਜਾਵੇ ਵੀਰ ਇੱਕ ਨੰਬਰ 'ਚ ਜਾਓ ਏਜੰਟ ਨੇ ਬਹੁਤ ਝੂਠ ਤੁਹਾਨੂੰ ਬੋਲਦੇ ਨੇ ਝੂਠ ਤੋ ਤਫਾਨਾ ਬੋਲ ਕੇ ਬੰਦੇ ਨੂੰ ਲੈ ਜਾਂਦੇ ਨੇ ਉਹ ਤੋਂ ਬਾਅਦ ਜੀ ਖੁਦ ਮੇਰੇ ਭਰਾ ਨਾਲ ਵੀ ਇਹੀ ਸੇਵ ਹੋਇਆ ਕੰਮ ਹੈ ਹਾਂ ਹਾਂ ਜੀ ਤੁਸੀਂ ਸਮਝੇ ਨਹੀਂ ਜੀ ਜਦ ਬਾਰੇ ਅੱਛਾ ਕਿਹੜੇ ਸਾਲ ਨੇ ਚ ਉਹ ਹੁੰਦੀ ਉਹ ਗੱਲ ਹੈ ਜੀ ਮੈਨੂੰ ਲੱਗਦਾ 2020 ਦੀ ਗੱਲ ਹੈ ਜੀ ਅਕਲ ਲਈਓ ਨਹੀਂ ਕਰਦੇ ਅਕਲੇ ਨਹੀਂ ਜੀ ਲਈ ਉਹ ਮੇਰੇ ਮੈਂ ਹਜੇ ਕਿਹਾ ਵੀ ਆਪਣੇ ਨਾਲ ਇੰਨਾ ਕੁਝ ਹੋ ਗਿਆ ਵੀ ਦੋ ਤੂੰ ਵੀ ਆਪਾਂ ਫੈਮਿਲੀ ਪਰਿਵਾਰ ਹੈ ਜੀ ਉਹਦਾ ਵੀ ਵੀ ਚਲ ਉਹਦੇ ਚਲਿਆ ਜਾਈ ਤੂੰ ਕੈਨੇਡਾ ਅਮਰੀਕਾ ਬਥੇਰੇ ਫੈਮਿਲੀ ਬਿਹਾਂਗੇ ਚਲੋ ਚਾਚਾ ਇਹ ਹੁਣ ਉਹਨਾਂ ਨਾਲ ਕਰਕੇ ਗੱਲ ਆਪਾਂ ਕੋਈ ਵਧੀਆ ਤਰੀਕੇ ਨਾਲ ਚਲੇ ਜਾਵਾਂਗੇ ਉਹ ਸਾਡੇ ਨੇੜੇ ਇੱਕ ਏਜੰਟ ਸੀ ਉਹ ਉਹਦੇ ਚਾਸੇ 'ਚ ਆ ਗਿਆ ਉਹ ਕਹਿੰਦਾ ਮੈਂ ਤਾਂ ਜਾਣਾ ਹੀ ਇਹਨਾਂ ਨਾਲ ਹੈ ਅੱਛਾ ਹਾਂ ਉਹ ਤੋਂ ਬਾਅਦ 'ਚ ਜੀ ਬਸ ਉਹ ਤੁਰਕੀ ਲੈ ਗਿਆ ਏਜੰਟ ਤੁਰਕੀ ਜੀ ਜਦ ਬਾਰਡਰ ਪ੍ਰਾਰ ਕਰਾਇਆ ਕਰਨ ਉਹ ਪਾ ਪਿੱਛੇ ਮੋੜ ਜਾ ਕਰਨ ਉਹਦੇ ਨਾਲ 5.5 'ਚ ਗੱਲ ਹੋਈ ਸੀ 5.5 ਲੱਖ 'ਚ 5.5 ਲੱਖ ਜੀ ਉਹ ਤੋਂ ਬਾਅਦ ਚ 5 ਲੱਖ ਉੱਪਰ ਲੱਗ ਗਿਆ ਜੀ। ਅੱਛਾ। ਜਣੀ ਬਰਬਾਦੀ ਬਹੁਤ ਦੋਏ ਦੋਹੇ ਭਰਾਵਾਂ ਨੇ ਨਹੀਂ ਲਾ ਲੋ ਜੀ ਸਾਰਾ ਬਹੁਤ ਯਾਨੀ ਖਰਾਬ ਹੋਇਆ ਕੰਮ। ਵੀ ਉਹਦੇ ਉਹ ਚ ਡੈਡੀ ਮੰਮੀ ਦੀ ਜਣੀ ਡੈਥ ਤੋਂ ਬਾਅਦ ਚ ਗਿਆ ਜੀ ਇਹ। ਉਹ ਫਿਰ ਮੰਮੀ ਡੈਡੀ ਦੀ ਡੈਥ ਜੀ ਇਕੱਠੀ 2020 ਚ ਹੋ ਗਈ ਸੀ। ਉਹ ਅੱਛਾ ਅੱਛਾ। ਉਹ ਤੋਂ 20 ਚ ਵੀ ਦੋਏ 18 ਦਿਨਾਂ ਦੇ ਵਿੱਚ ਵਿੱਚ ਡੈਡੀ ਮੰਮੀ ਚਲੇ ਗਏ ਸੀ ਜੀ। ਓਹੋ। ਹਾਂ ਜੀ ਤਾਂ ਫਿਰ ਘਰ ਹੁਣ ਮੈਂ ਫਿਰ ਬਾਅਦ ਚ ਵੱਡਾ ਸੀ ਜੀ। ਪਰਾ ਨੂੰ ਮੈਂ ਕਹਿ ਵੀ ਨਹੀਂ ਸਕਦਾ ਉਹ ਕਹਿੰਦਾ ਸੀ ਵੀ ਮੈਂ ਜਾਣਾ ਵੀ ਵੀਰੇ ਜਾਣਾ ਚਲੋ ਜਾ ਕੇ ਕਸ ਸੁਧਾਰਨਾ ਦਾ ਘਰੇ ਸੀ ਵੀ ਚਲੋ ਵਧੀਆ ਸਾਡਾ ਵਧੀਆ ਸੀ ਖਸਾਲ ਹੋਈ ਹੈ ਚਾਰ ਪੈਸੇ ਵੱਢਣਗੇ ਹੁਣ ਸੈਟ ਆ ਉਹ ਹੁਣ ਠੀਕ ਹੈ ਜੀ ਯਾਨੀ ਪਸਤਾਇਆ ਉਹ ਵੀ ਬਹੁਤ ਜਾ ਕੇ ਹੁਣ ਜਾਨੀ ਠੀਕ ਹੈ ਹੁਣ ਪੇਪਰ ਬੂਪਰ ਉਹਦੇ ਲਾਇਬ ਨੇ ਜੀ ਹੋ ਜਾਊਗਾ ਯਾਨੀ ਪਰਿਵਾਰ ਉਹਦਾ ਹੋਰ ਹੈ ਬੇਟਾ ਉਹਦਾ ਉਹ ਤੋਂ ਬਾਅਦ ਜੀ ਫਿਰ ਮੇਰੇ ਬੱਚੇ ਜਵਾਨ ਹੋ ਗਏ ਜੀ ਠੀਕ ਹੈ ਹਾਂ ਮੇਰੀ ਬੇਟੀ ਭੇਜੀ ਹੈ ਜੀ ਮੈਂ 2 ਸਾਲ ਹੋ ਗਏ ਆਸਟ੍ਰੇਲੀਆ ਹੂੰ ਉਹਦਾ ਵਧੀਆ ਮਾਰਕ ਨੇ ਕਿਰਪਾ ਕਰਤੀ ਜੀ ਪਰ ਮੈਂ ਉਹ ਸਟੋਰੀ ਤੁਹਾਨੂੰ ਦੱਸਣਾ ਭੁੱਲ ਗਿਆ ਜਿੱਥੋਂ ਅੰਮ੍ਰਿਤ ਸਕਿਆ ਜੀ ਮੈਂ ਹਾਂਜੀ ਹਾਂ ਅੰਮ੍ਰਿਤ ਮੇਰੇ ਪਿੰਡ ਦਾ ਜੀ ਇੱਕ ਮੁੰਡਾ ਪਰਜਾ ਪਦਾਂ ਦਾ ਉਹਦੇ ਨਾਲ ਜੀ ਮੈਂ گاਉਣੇ ਵਾਲੀ ਦੇਖਣ ਚੱਲਿਆ ਗਿਆ ਸਾਡੇ ਨੇੜੇ ਪਿੰਡ ਗਿੱਪੀ ਗਰੇਵਾਲ ਲੱਗਿਆ ਸੀ ਜੀ ਅੱਛਾ ਗਿੱਪੀ ਗਰੇਵਾਲ ਲੱਗਿਆ ਉਹਦੇ ਸਟੇਜ ਤੇ दारू ਪੀਂਦੇ ਸੀ ਜੀ ਕੁਝ ਸਟੇਜ ਤੇ ਚੜ ਗਏ ਉੱਥੇ ਜੀ ਕਹਿਤਾ ਕਿਸੇ ਨੇ ਕੁਝ ਵੀ ਇੱਥੇ ਬੈਠਣਾ ਨਹੀਂ अच्छा ओठों जी दारू पीके जी मैं जुलूस काढਦਾ ਹੀ ਮਤਲਬ ਮੇਰੇ ਨਾਨਕੇ ਰਾਹ ਚ ਆਉਂਦੇ ਨੇ ਜੀ ਹਾਂਜੀ ਹਾਂ ਉਥੋਂ ਕੱਢਦਾ ਹੀ ਜੀ ਘਰ ਨੂੰ ਆ ਗਿਆ ਅੱਛਾ ਯਾਰ ਤਾਂ ਪਤਾ ਨਹੀਂ ਲੱਗਿਆ ਦੂਏ ਦਿਨ ਜੀ ਫਿਰ ਜਲੂਸ ਕੱਢਦਾ ਕਿਵੇਂ ਮਤਲਬ ਕੇ ਮਾਮਿਆਂ ਦੇ 3-4 ਘਰ ਤੇ ਗੇਟ ਖੜਗਾਉਂਦਾ ਵੀ ਮੈਨੂੰ ਮੋਟਰਸਾਈਕਲ ਦੇ ਦਿਓ ਇਹਨੂੰ ਉਹ ਕਹਿੰਦੇ ਵੀ ਭਾਈ दारू ਪੀਤੀ ਹੋਇਆ ਦੂਰੀ ਪੈ ਜਾ ਕਾਨੂੰ ਹਰਾਨ ਕਰਦਾ ਹਾਂ ਹਾਂਜੀ ਹਾਂ ਪਰ ਸੁਣੀ ਨਹੀਂ ਜੀ ਗੱਲ ਫੇ ਘਰੇ ਚੱਲਿਆ ਗਿਆ ਜੀ ਦੂਏ ਦਿਨ ਫਿਰ ਬੱਸ ਜੀ ਜਿਹੜਾ ਆਉਂਦਾ ਸੀ ਥੱਪੜ ਪਰੇਟ ਪਨਾ ਤਾਂ ਮੇਰੀ ਮਾਤਾ ਨਹੀਂ ਬਹੁਤ ਛੱਟੇ ਕੰਨ ਤੇ ਅੱਛਾ ਹਾਂ ਜੀ ਬਾਪ ਤੋਂ ਬਾਅਦ ਜੀ ਫਿਰ ਕੰਨਾਂ ਨੂੰ ਹੱਥ ਲਾ ਲੇ ਉਹ ਨਿਯਮ दारू ਨਹੀਂ ਪੀਣੀ ਫੇ ਸਾਡੇ ਨੇੜੇ ਦਵਾਨਤੀ ਜੀ ਉੱਥੇ ਮਟੋਰ ਦੇ ਪਿੰਡ ਹੂੰ ਉੱਥੇ ਦਮਾਨ ਸੁਣਨ ਗਏ ਹੂੰ ਬਚਾਲ ਲੈਣ ਗਏ ਸੀ ਤੇ ਉਹਨਾਂ ਨੇ ਸੈਬ ਜਾਦਿਆਂ ਦਾ ਇਤਿਹਾਸ ਸੁਣਾਇਆ ਜੀ ਹਾਂ ਜੀ ਵਕੀਲ ਲੈਣ ਮੈਂ ਕਿਹਾ ਵੀ ਅੰਮ੍ਰਿਤ ਛਕਣਾ ਘਰ ਹੀ ਕਹਿੰਦੇ ਵੀ ਹੱਥ ਬੰਨਨੇ ਵੀਰੇ ਰਹਿਣ ਦੇ ਤੂੰ ਅੰਮ੍ਰਿਤ ਵੀ ਤੇਰੇ ਬਾਹ ਦਾ ਰੋਗ ਨਹੀਂ ਦਾੜੀ ਕੱਟੀ ਹੋਈ ਹਾਂ ਵੀ ਕਾਨੂੰਨੀ ਨਾ ਵੀ ਤੁਸੀਂ ਘਰ ਵਾਲੀ ਨੇ ਤਾਂ ਕਾਨੂੰ ਕਿਹਾ ਵੀ ਭਾਈ ਰਹਿਣ ਦੋ ਕਾਨੂੰ ਘਰ ਵਾਲੀ ਦਾ ਪਰ ਅੰਦਰੋਂ ਦਾ ਕਹਿੰਦੇ ਸੀ ਵੀ ਚਲ ਜੇ ਸਾਕ ਲੈਣ ਵਧੀਆ ਵੀ ਜਿਹੜਾ ਛੁੱਟੇ ਸਾਡਾ ਹੂੰ ਪਰ ਉਹ ਉਹਨਾਂ ਨੂੰ ਇਹ ਦੀ ਵੀ ਕਿਤੇ ਵੀ ਗੁਰੂ ਤੋਂ ਵੀ ਇਧਰੋਂ ਵੀ ਹੋ ਜੀ ਜਿੰਨਾ ਕੁਸਤਾ ਹੋ ਗਿਆ ਹੂੰ ਫਿਰ ਚਲੋ ਅਸੀਂ ਮੈਂ ਕਿਹਾ ਵੀ ਨਹੀਂ ਸਕਣਾ ਸਵੇਰੇ ਅੰਮ੍ਰਿਤ ਸਵੇਰੀ ਜੀ ਅੰਮ੍ਰਿਤ ਸਾਹ ਕਰਦੇ ਵੀ ਨਾਲੇ ਚਲੇ ਗਏ ਉਸ ਤੋਂ ਬਾਅਦ ਜੀ ਫਿਰ ਇਹ ਜੀ ਕਿਰਪਾ ਹੋਈ ਬਸ ਉਹ ਤਾਂ ਬਾਅਦ ਚ ਹੀ ਫਿਰ ਬੱਚੇ ਵੱਡੇ ਹੋ ਗਏ ਹੁਣ ਬੱਚੇ ਆਸਟ੍ਰੇਲੀਆ ਨੇ ਜੀ 도ਏ ਬੇਟਾ ਵੀ ਬੇਟੀ ਵੀ ਵਿਆਹ ਤੱਕ ਨਹੀਂ ਗੁੱਡੀ ਵਿਆਹਤੀ ਜੀ ਗੁੱਡੀ ਵੀ ਬਹੁਤ ਆਪਣੇ ਇੱਥੇ ਸੰਤ ਨੇ ਜੀ ਸਰਬਜੀਤ ਸਿੰਘ ਸੰਧੂ ਵਾਲੇ ਅੱਛਾ ਜੀ ਰਾੜਾ ਸਬ ਸੰਪਰਦਾ ਦੇ ਨੇ ਉਹਨਾਂ ਨਾਲ ਮੇਰਾ ਪਿਆਰ ਹੈ ਜੀ ਕਿਉਂਕਿ ਆਪਣੇ ਘਰੇ ਮਹਾਪੁਰਖ ਹੋਏ ਨੇ ਸਾਨੂੰ ਤਾਂ ਬੁੱਧੀ ਉਹ ਪ੍ਰਿਸ਼ਟ ਹੋਈ ਰਹੀ ਜੀ ਵੀ ਘਰੇ ਸਾਧੂ ਹੋਏ ਨੇ ਘਰੇ ਸੇਵਾ ਕਰੀਏ ਮੰਮੀ ਡੈਡੀ ਨੇ ਜੀ ਜੀ ਵੀ ਅਸੀਂ ਪਤ ਤੋਂ ਨਹੀਂ ਫਿਰਦੇ ਆ ਜੀ ਅਸੀਂ दारूਆ ਪੀਨੇ ਆ ਹੂੰ ਹੂੰ ਯਾਨੀ ਆਪੀ ਵਾਹ ਪੁਰਖਾ ਨੇ ਲਾਲੋ ਜੀ ਜੇ ਕਿਰਪਾ ਕਰਕੇ ਆਪਣੇ ਮੁਕਲ ਚ ਲੈ ਲਿਆ ਤੇ ਅੱਜ ਕਿਰਪਾ ਬਹੁਤ ਵਧੀਆ ਵਿਆਹ ਇੱਥੇ ਕਰਿਆ ਜੀ ਬੇਟੀ ਦਾ ਬੇਟੀ ਦਾ ਵਿਆਹ ਜੀ ਆਸਟ੍ਰੇਲੀਆ ਕਰਿਆ ਉਹ ਵੀ ਮੈਂ ਤੁਹਾਨੂੰ ਸਟੋਰੀ ਦੱਸਦਾ ਜੀ ਅੱਛਾ ਉਹ ਐ ਹੋ ਗਿਆ ਜੀ ਦੇਖੋ ਜੀ ਉਹ ਵੀ ਆ ਜਿਹੜਾ ਏਜੰਟ ਦੋ ਨੰਬਰ ਚ ਡੌਂਕੀ ਰਹੀ ਗਿਆ ਹਾਂਜੀ ਹਾਂ ਉਹ ਪਾਸਪੋਰਟ ਮੇਰਾ ਬਣਿਆ ਨਹੀਂ ਜੀ ਓਹੋ ਪਾਸਪੋਰਟ ਕਿਉਂਕਿ ਉਹ ਮੈਨੂੰ ਕਹਿੰਦੇ ਵੀ ਉਹ ਜਿਹੜਾ ਪੋਰਟ ਵਾਲਾ ਕੋਈ ਸਲਿੱਪ ਮੰਗਦੇ ਨਹੀਂ ਵੀ ਦਿੱਲੀ ਤੋਂ ਵੀ ਉੱਥੇ ਫਰਾਂਸ ਜਾਊਗੀ ਵੀ ਇਨਕੁਆਰੀ ਉਹ ਸਾਰਾ ਕੁਝ ਚਾਹੀਦਾ ਤਾਂ ਪਾਸਪੋਰਟ ਬਣਾਗੇ ਤੇ ਅਸੀਂ ਜੀ ਕੀ ਕਰਿਆ ਬੀਟੀ ਦੇ ਵਿਆਹ ਦਾ ਕਾਰਟ ਲੈ ਕੇ ਆਪੇ ਬਣ ਕੇ ਵੀ ਕਿਹੜਾ ਪਤਾ ਲੱਗਣਾ 17 ਸਾਲ ਹੋ ਗਏ ਵੀ ਪਾਸਪੋਰਟ ਵਾਲਿਆਂ ਨੂੰ ਕਿਹੜਾ ਪਤਾ ਲੱਗਣਾ ਹਾਂਜੀ ਹਾਂ ਵੀ ਆਪਾਂ ਤਤਕਾਲ ਦੇ ਵਿੱਚ ਲੈ ਲਈ ਤਰੀਕ ਜੀ ਉੱਥੇ ਚਲੇ ਗਏ ਤਰੀਕ ਲੈ ਕੇ ਜਦ ਉਹਨਾਂ ਕੋਲ ਕਰਾਇਆ ਫੋਟੋ ਫੋਟੀਆਂ ਉਹ ਜਦ ਅਖੀਰਲੇ ਉਥੇ ਗਏ ਜੀ ਜਿਹੜਾ ਐਂਡ ਚ ਹੁੰਦਾ ਜਿੱਥੇ ਕਲੀਅਰ ਕਰਨਾ ਉਹਨਾਂ ਨੇ ਹਾਂਜੀ ਹਾਂ ਉਹ ਕਹਿੰਦੇ ਭਾਈ ਕਿਤੇ ਬਾਹਰਲੀ ਹੋਰ ਕੰਟਰੀ ਚ ਟਰੈਵਲ ਟ੍ਰੂਲ ਤਾਂ ਨਹੀਂ ਕਰਿਆ ਹੋਇਆ ਨਾ ਜੀ ਅਸੀਂ ਤਾਂ ਨਹੀਂ ਕਰਿਆ ਹੋਇਆ ਕਿਤੇ ਹੂੰ ਉਹਨਾਂ ਨੇ ਜਿਆਰ ਕਮਾਇਆ ਕੰਮ ਲੈਪਟਾਪ ਜਾਂ ਕਹਿੰਦੇ ਆ ਇੱਥੋਂ ਦਾ ਤਿੰਨ ਦੇਸ਼ਾਂ ਦਾ ਜੇਲਾ ਕੱਟੀ ਫਿਰਦਾ ਫਿੰਗਰ ਸਾਰਿਆ ਕੁਝ ਆ ਗਿਆ ਫਰਾਂਸ ਤੋਂ ਤੈਨੂੰ ਰਿਪੋਰਟ ਕਰਿਆ ਵਾ ਕਹਿੰਦੇ ਉਹ ਕਮਰਾ ਦੱਸਦਾ ਕਹਿੰਦੇ ਉੱਥੇ ਮਿਲੋ ਮੈਂ ਕਿਹਾ ਜੀ ਵੀ 17 ਸਾਲ ਬਾਅਦ ਕਿਤੇ ਜੀ ਫੇਰ ਨਹੀਂ ਉਹ ਨਹੀਂ ਥੱਲੇ ਜਿਹੜੇ ਚੜਤਾਣਾ ਮੈਂ ਤਾਂ ਜੀ ਉੱਥੇ ਗੱਲਾਂ ਬਾਤਾਂ ਜੀਆਂ ਕਰਕੇ ਟੇਢੀ ਜੀ ਪਾ ਕੇ ਥੱਲੇ ਹੀ ਉਤਰਿਆ ਯਾਰ ਲੈ ਚੱਕ ਕੇ ਫੈਲ ਜੀ ਮੁੜ ਕੇ ਮੈਂ ਨਹੀਂ ਜੀ ਉੱਥੇ ਗਿਆ ਮੈਂ ਕਿਹਾ ਜੀ ਕੋਈ ਹੁਣ ਹੱਲ ਹੋਊ ਫਿਰ ਜੀ ਘਰ ਦੇ ਗਏ ਵਾਈਫ ਮੇਰੀ ਉਹ ਬੇਟੀ ਦਾ ਵਿਆਹ ਕਰਕੇ ਆਏ ਚੀਪੋ ਉੱਤਣਾ ਬਹੁਤ ਕੁਝ ਪਿਆ ਜੀ ਵੀ ਇੱਕ ਦੋ ਨੰਬਰ ਜਾਣ ਕਰਕੇ ਅੱਛਾ ਕੀ ਦਾ ਵਿਆਹ ਵੀ ਨਹੀਂ ਵੇਖ ਹੋਇਆ ਦੇਖੋ ਹਾਂ ਜੀ ਹਾਂ ਉਹ ਦੇਖੋ ਜੀ ਚਲੋ ਬੇਟਾ ਤਾਂ ਹੈਗਾ ਸੀ ਜੀ ਉੱਥੇ ਪਰ ਬੱਚਿਆਂ ਖਾਤਰ ਆਪਾਂ ਫਿਰਦੇ ਆਂ ਜੀ ਸਾਰਾ ਕੁਝ ਕਰਦੇ ਆਂ ਹਮ ਵੀ ਅੱਜ ਉਹਦੇ ਡੌਂਕੀ ਵਾਲੀ ਚੱਕਰ ਕਰਕੇ ਪਾਸਪੋਰਟ ਨਹੀਂ ਬਣਿਆ ਨਾਲ ਪਿਓ ਦਾ ਕਿੰਨਾ ਮੋਹ ਹੁੰਦਾ ਦੀਨ ਕਿੰਨਾ ਜੀ ਹਾਂ ਜੀ ਹਾਂ ਪਤਨ ਨਾਲ ਵੱਧ ਹੁੰਦਾ ਵੱਧ ਜੀ ਵੱਧ ਹਮ ਉਹ ਸਮਾਂ ਤੇ ਇੱਥੇ ਤੱਕ ਦੋ ਤਿੰਨ ਵਾਰ ਉਹਨੇ ਕਹਿੰਦਾ ਵੀ ਮੈਂ ਵਿਆਹ ਨਹੀਂ ਮੈਂ ਪਪਾ ਵਿਆਹ ਨਹੀਂ ਕਰਾਉਣਾ ਜੇ ਤੁਸੀਂ ਨਹੀਂ ਆਉਂਦੇ। ਅੱਛਾ। ਮੈਂ ਆ ਵੀ ਕੋਈ ਨਹੀਂ ਆਉਂਗਾ ਕਰ ਰਹੇ ਆ ਪੁੱਤ ਸਾਰਾ ਕੁਝ ਹੋਊਗਾ ਹੋਊਗਾ। ਜਣੀ ਐਨ ਤੱਕ ਵੀ ਉਹਨਾਂ ਨੇ ਬਹੁਤ ਕੋਸ਼ਿਸ਼ ਕਰੀ। ਪਰ ਜੋ ਮਨਜਾ ਮਨਜ਼ੂਰ ਆ ਸੱਚੇ ਪਾਸਾ ਨੂੰ। ਹੂੰ। ਚਲੋ ਸੁਖੀ ਬਸਣ ਜੀ ਆਪਣੇ ਘਰੇ ਪਰਮਾਤਮਾ ਨਾਲ ਤੇ ਮਿਹਰ ਕਰੇ। ਜਣੀ ਪਰਿਵਾਰ ਬਹੁਤ ਵਧੀਆ ਮਿਲ ਗਿਆ ਜੀ। ਵੀ ਗੁਰਸਿੱਖ ਪਰਮਾਰ ਮਿਲ ਗਿਆ। ਦੇਖੋ ਜੀ ਆਪ ਅਸੀਂ ਆਪਣੇ ਘਰ ਵਾਲਿਆਂ ਨੂੰ दारूਾਂ ਪੀ ਕੇ ਹੈਰਾਨ ਕਰਦੇ ਆਂ ਪਰ ਆਪਣੀ ਧੀ ਖਾਤਰ ਅਸੀਂ ਬਰ ਲੰਬਦੇ ਆਂ ਵੀ। ਸਾਨੂੰ ਗੁਰਸਿੱਖ ਮੇਰੇ ਆਪਸੀਂ ਹਰੇਕ ਬੰਦਾ ਕਹਿੰਦਾ ਹੈ ਪਰ ਤੰਗ ਪ੍ਰੇਸ਼ਾਨ ਹੁੰਦਾ ਹੈ ਪਰ ਜਿਹੜੀ ਸਾਡੀ ਧੀ ਹੈ ਉਹ ਅਸੀਂ ਕਹਿੰਦੇ ਹਾਂ ਵੀ ਇੱਕ ਵਧੀਆ ਜਗ੍ਹਾ ਤੇ ਜਾਵੇ ਵੀ ਸਾਡੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਇਸ ਕਰਕੇ ਉਹ ਵੀ ਮੈਂ ਸ਼ੁਕਰ ਕਰਦਾ ਸੱਚੇ ਬਾਦਸ਼ਾਹ ਦਾ ਉਹ ਖਾਣ ਪੀਣ ਵਾਲਾ ਕਦੇ ਆਇਆ ਹੀ ਨਹੀਂ ਸੋ ਦੇਖਿਆ ਵੀ ਅਗਲਾ ਐਂ ਦੇਖਦਾ ਵੀ ਖਾਂਦਾ ਪੀਂਦਾ ਮੁੰਡਾ ਚਾਹੀਦਾ ਸਾਡੀ ਕੁੜੀ ਨੂੰ ਤਾਂ ਹਾਂਜੀ ਕੋਈ ਨਹੀਂ ਕਹਿੰਦਾ ਦੇਖਿਆ ਜੀ ਹਾਲਾਂਕਿ ਸਾਰੇ ਆਪចਾ ਹੀ ਖਾਂਦੇ ਹੋਵੇ ਹਨਾ ਮਾੜਾ ਹੋਵੇ ਕੋਈ ਮਾੜਾ ਨਹੀਂ ਲੱਭਦਾ ਹਾਂਜੀ ਅਗਲਾ ਕਹਿੰਦਾ ਸਰਦੀਤੀ ਸੁਖੀ ਬਥੇ ਦੋਿਆਂ ਦੀਆਂ ਨੂੰ ਅਸੀਂ ਜੋ ਮਰਜ਼ੀ ਕਰਾਂ। ਬਿਲਕੁਲ ਜੀ ਬਿਲਕੁਲ। ਅਸੀਂ ਹੁਣ ਕਰਿਆ ਜੀ ਉਹੀ ਮੈਂ ਦੱਸ ਰਿਹਾ ਵੀ ਆਪਣੇ ਤਾਂ ਪਰਿਵਾਰ ਨੂੰ ਅਸੀਂ ਕਿੰਨਾ ਤੰਗ ਪ੍ਰੇਸ਼ਾਨ ਕਰਿਆ ਪਰ ਆਪਣੀ ਧੀ ਖਾਤਰ ਅਸੀਂ ਕਹਿਿਆ ਵੀ ਵੀ ਵਧੀਆ ਪਰ ਉਹ ਵੀ ਸੱਚੇ ਪਾਸਾ ਦੀ ਮਿਹਰ ਹੈ। ਵੀ ਕਿਰਪਾ ਹੋ ਗਈ। ਵਧੀਆ ਗੁਰਸਿੱਖ ਮੁੰਡਾ ਬਹੁਤ ਵਧੀਆ ਪਰਿਵਾਰ ਮਿਲਿਆ ਜੀ ਸਾਨੂੰ ਵੀ ਆਸਟ੍ਰੇਲੀਆ ਚ ਵਧੀਆ ਨੇ। ਬੇਟਾ ਉੱਥੇ ਆ ਚਲੋ ਹੁਣ ਕਿਰਪਾ ਮਹਾਰਾਜ ਦੀ ਵੀ ਹੁਣ ਤਾਂ ਜਿਹੜੀਆਂ ਬੋਤਲਾਂ ਨਾਲ ਜਿਹੜੀਆਂ ਹੱਥਾਂ ਨਾਲ दारूਆਂ ਬੋਤਲਾਂ ਨਸ਼ਾ ਕਰਦੇ ਸੀ ਹੁਣ ਉਹਨਾਂ ਨਾਲ ਕੀਰਤਨ ਵੀ ਕਰਦੇ ਆ ਆਨੰਦ ਵੀ ਖਰਾਤੇ ਕਈਆਂ ਦੇ ਬਰਲੇ ਅਚਿਆ ਜੀ ਵੀ ਕਿਰਪਾ ਇਨੀ ਹੋ ਗਈ ਵੀ ਮਹਾਪੁਰਖਾਂ ਦੀ ਕਿਰਪਾ ਆ ਜੀ ਵੀ ਘਰੇ ਮਹਾਪ ਸਾਧੂ ਆਨੇ ਜਾਣ ਮਲੇ ਪਤਾ ਹੀ ਨਹੀਂ ਤੀ ਪਰ ਆਪਣੇ ਜੀਵਨ ਬਾਰੇ ਵੀ ਅਸੀਂ ਕੀ ਆ ਜੀ ਬਸ ਐਂ ਕੀਰਤਨ ਵੀ ਕਰ ਲੈਂਦੇ ਤੁਸੀਂ ਹਾਂਜੀ ਕਿਰਪਾ ਹੁੰਦਾ ਜੀ ਅੱਛਾ ਕਿੱਥੋਂ ਸਿੱਖਿਆ ਜੀ ਸਿੱਖਿਆ ਕਿਤੇ ਨਹੀਂ ਜੀ ਬਸ ਘਰੇ ਵੱਡੇ ਮਹਾਪੁਰਖਾਂ ਦੇ ਸਾਜ ਪਏ ਤੀ ਫਿਰ ਬਾਅਦ ਚ ਡੈਡੀ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਜੀ ਫਿਰ ਓਕਣੇ ਪਏ ਨੇ ਸਾਜ ਕਰ ਲੈਣੇ ਜੀ ਕਹਦੇ ਵਰਸੀ ਮਨਾਉਣੇ ਨੇ ਜੀ ਸੰਤਾਂ ਦੀ ਉਸ ਦਿਨ ਫਿਰ ਦੋ ਦਿਨ ਕੀਰਤਨ ਕਰੀ ਜਾਂਦੇ ਆ ਜੀ ਵਾਹ ਜੀ ਵਾਹ ਵੀ ਚੜਦੀ ਪਰ ਡੌਂਕੀ ਨੇ ਪ੍ਰਭ ਬੇਟੀ ਦਾ ਜਣੀ ਜ਼ਰੂਰ ਕੋਈ ਨਾਲ ਦਾ ਜਾਂ ਕਿਸੇ ਦਾ ਐ ਤਾਂ ਨਹੀਂ ਵੀ ਕਿਉਂਕਿ ਕਈ ਵਾਰ ਹੁੰਦਾ ਵੀ ਕੋਈ ਵਿਚਾਰਾ ਮੋੜਿਆ ਹੀ ਨਹੀਂ ਨਾਲ ਕਿਸੇ ਦੀ ਮੋੜਿਆ ਜੀ ਇੱਕ ਮੁੰਡਾ ਨਹੀਂ ਮੋੜਿਆ ਜੀ ਬਾਗੜੀਆਂ ਦਾ ਸੀ ਅੱਛਾ ਹਾਂਜੀ ਉਹਦਾ ਮੈਨੂੰ ਬਾਅਦ ਚ ਵੀ ਫੋਨ ਆਈਗੇ ਉਹਨਾਂ ਦੇ ਪਰਿਵਾਰ ਦੇ ਕਿਵੇਂ ਜੀ ਕਿਵੇਂ ਨੇ ਮੁੰਡੇ ਵੀ ਓਕੀ ਉਹ ਪਤਾ ਨਹੀਂ ਜੀ ਉਹ ਕੋਈ ਨਾ ਤੁਰਕੀ ਦੇ ਵਿੱਚ ਦੀ ਗਿਆ ਸੀ ਹੈਗਾ ਤਾਂ ਸਾਡੇ ਇੱਥੋਂ ਤਾਂ ਦਿੱਲੀ ਨਾਲ ਲੱਗੇ ਦਿੱਲੀ ਤਾਂ ਜੀ ਸਾਡੇ ਨਾਲ ਹੈ ਗਿਆ ਸੀ ਹੂੰ ਪਰ ਉੱਥੋਂ ਉਹਨੂੰ ਹੰਗਰੀ ਤੋਂ ਤੁਰਕੀ ਸਾਈਡ ਸਲਵਾਕੀਆ ਸੈਟਲ ਹੈ ਗਿਆ ਸੀ ਜੀ ਅੱਛਾ ਹਾਂ ਉੱਧਰ ਕਹਿੰਦੇ ਵੀ ਬਹੁਤ ਜੰਗਲਾਂ ਦੇ ਵਿੱਚ ਦੀ ਤੋਰ ਕੇ ਲੈ ਕੇ ਜਾਂਦੇ ਨੇ ਬੁਰਾ ਹਾਲ ਆਪਣੇ ਮੁੰਡਿਆਂ ਦੇ ਜੀ ਕੜੇਆਂ ਤੋਂ ਪਤਾ ਲੱਗਦਾ ਵੀ ਪੰਜਾਬੀ ਨੇ ਪਿੰਜਰ ਪਏ ਨੇ ਜੀ ਅੱਛਾ ਬੁਰਾ ਹਾਲ ਹੈ ਜੀ ਉੱਧਰ ਦੇਖੇ ਤੁਸੀਂ ਰਸਤੇ 'ਚ ਕੋਈ ਪਿੰਜਰ ਪੁੰਜਰੇ ਐ ਮੇਦੀ ਨਹੀਂ ਮੈਂ ਤਾਂ ਨਹੀਂ ਜੀ ਦੇਖਿਆ ਜਾਨੀ ਜਿੱਥੇ ਅਸੀਂ ਜੰਗਲ ਦੇ ਵਿੱਚ ਗਏ ਸੀ ਜਿਵੇਂ ਉੱਥੇ ਹਾਲ ਸੀ ਜੀ ਕੋਈ ਜੇ ਉੱਥੇ ਨਾ ਕੋਈ ਸਾਨੂੰ ਕੀ ਰਸਤਾ ਪਤਾ ਜੀ ਵੀ ਕਿੱਧਰ ਨੂੰ ਜਾਣਾ ਜੀ ਜੇ ਨਾ ਕੋਈ ਸਾਡੇ ਕੋਲੇ ਪਹੁੰਚਦਾ 15 ਦਿਨ ਖਾਣ ਨੂੰ ਨਾ ਕੋਈ ਦਿੰਦਾ ਨਾ ਕੋਈ ਡੋਂਕੀ ਵਾਲਾ ਝੰਟ ਵਕਾਂਟ ਪਹੁੰਚਦਾ ਸਾਡੇ ਵੀ ਪਿੰਜਰੇ ਬਣ ਜਾਂਦੇ ਜੀ ਕੜੀ ਲੱਭਣੀ ਤੇ ਕੜੀ ਲੱਭਣੀ ਤੀ ਪਰਿਵਾਰ ਉਰੇ ਉਹਨਾਂ ਦਾ ਪਰਿਵਾਰ ਕਾਫੀ ਵਿਚਾਰਿਆਂ ਦਾ ਭਾਗੜੀਆਂ ਪਿੰਡ ਆ ਜੀ ਸਾਡੇ ਉੱਥੇ ਨੇੜੇ ਉਹ ਮੁੰਡੇ ਦਾ ਬਹੁਤ ਵਿਚਾਰਿਆਂ ਨੇ ਜਣੀ ਪਤਾ ਹੀ ਨਹੀਂ ਲੱਗਿਆ ਜੀ ਵੀ ਕਿੱਥੇ ਆ ਕਿੱਥੇ ਨਹੀਂ ਇਹ ਤਾਂ ਭਾਈ ਹੱਥ ਜੋੜ ਕੇ ਹੀ ਫੇਰ ਤਾਂ ਬੇਨਤੀ ਆ ਵੀ ਬੇਨਤੀ ਆ ਜੀ ਬੇਨਤੀ ਆ ਵੀ ਡੌਂਕੀ ਰਾਹੀ ਨਾ ਜੀ ਕੋਈ ਵੀ ਜਾਵੇ ਵੀ ਆਪਣਾ ਬੱਸ ਪਰ ਹੁਣ ਤਾਂ ਵਾਇਗਰੂ ਦੀ ਕਿਰਪਾ ਵੀ ਬੱਚੇ ਪੜ ਕੇ ਜਾਂਦੇ ਨੇ ਮਾਂ-ਬਾਪ ਨੂੰ ਬੁਲਾ ਹੀ ਲੈਂਦੇ ਨੇ ਪਰ ਬਹੁਤ ਹੈਗੇ ਆ ਜੀ ਹਲੇ ਵੀ ਪਰ ਹੈਗੇ ਜੀ ਬਹੁਤ ਪਨਾਮਾ ਦੇ ਜੰਗਲਾਂ ਚ ਹੋ ਕੇ ਜੀ ਕਹਿੰਦੇ ਮੈਕਸੀਕੋ ਦੀ ਕੰਧ ਟੱਪਦੇ ਜੀ ਉਹ ਕਰਦੇ ਫਲਾਣਾ ਬਿਲਕੁਲ ਜੀ ਬਿਲਕੁਲ ਹੈਗੇ ਨੇ ਜੀ ਮੈਸੀ ਤੇ ਬਿਲੋਂ ਦੇ ਵੀ 50 50 ਲੱਖ ਰੁਪਏ ਦੀ ਅਮਰੀਕਾ ਦੀ ਬਹੁਤ 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 ਵੀ ਇਹ ਇਹ ਕੰਮ ਤੋਂ ਬਚੋ ਦੇਖੋ ਜੀ ਕਿੰਨਾ ਖਮਿਆਜਾ ਭੁਗਤਣਾ ਪਿਆ ਕਿੰਨਾ ਸਾਡਾ ਨੁਕਸਾਨ ਹੋਇਆ ਹੂੰ ਕਿਉਂਕਿ ਜੀ ਅਸਲੀ ਤਾਂ ਕੰਮ ਡੌਂਕੀ ਤੋਂ ਹੀ ਹੋਇਆ ਕੰਮ ਫਿਰ ਮੰਮੀ ਡੈਡੀ ਢੱਲੇ ਨਾਲ ਲਾ ਕੇ ਟੈਨਸ਼ਨ ਸਾਰਾ ਜਣੀ ਪਰਿਵਾਰੇ ਸਿਸਟਮ ਖਰਾਬ ਹੋ ਗਿਆ ਘਰ ਆ ਕੇ ਸੈੱਟ ਹੋ ਗਏ ਤੁਸੀਂ ਸ਼ਟਲ ਹੋ ਗਏ ਫਿਰ ਵਧੀਆ ਕੀ ਕੰਮ ਕੀਤਾ ਆ ਕੇ ਖੇਤੀਬਾੜੀ ਹੈ ਜੀ ਅੱਛਾ ਜੀ ਕਿੰਨੇ ਕੁ ਜ਼ਮੀਨ ਦੀ ਕੀ ਜੀ ਜ਼ਮੀਨ ਦੀ ਆਪਣੇ ਕੋਲ 7-8 ਕਿਲੇ ਨੇ ਜੀ ਅੱਛਾ ਅੱਛਾ ਜੀ ਹਾਂ ਜੀ ਖੇਤੀਬਾੜੀ ਆਪਣਾ ਪਹਿਲਾਂ ਵੀ ਸਬਜ਼ੀ ਬਾਜੀ ਲਾਉਂਦੇ ਸੀ ਜੀ ਫਿਰ ਵਿੱਚ ਦੀ ਆਲੂ-ਲੂ ਲਾਉਂਦੇ ਰਿਆਂ ਹੁਣ ਤਾਂ ਜਣੀ ਜੀ ਆਪਣਾ ਝੋਨਾ ਜੀ ਰਿਓ ਅੱਛਾ ਹਾਂ ਜੀ ਹਾਂ ਵਧੀਆ ਚੱਲਦਾ ਕੰਮ ਬਸ ਠੀਕ ਹੈ ਜੀ ਥੋੜੀ ਫਲਕਾ ਚੱਲੀ ਜਾਂਦਾ ਬਹੁਤ ਵਧੀਆ ਜੀ ਆਪਣਾ ਤੇ ਹੁਣ ਜਿਹੜਾ ਭਰਾ ਬਾਹਰ ਗਿਆ ਉਹਦੀ ਪਰ ਫੈਮਿਲੀ ਵੀ ਉਹਦੀ ਫੈਮਿਲੀ ਉਰੇ ਆ ਜੀ ਉਹਦਾ ਬੇਟਾ 11ਵੀਂ ਚ ਪੜਦਾ ਜੀ ਉਹ ਉਰੇ ਕਿਉਂਕਿ ਮੰਮੀ ਡੈਡੀ ਤੋਂ ਚਲੇ ਜਾਣ ਤੋਂ ਬਾਅਦ ਹੁਣ ਮੇਰੀ ਡਿਊਟੀ ਬਣਦੀ ਹੈ ਵੀ ਕਿਉਂਕਿ ਪਰਿਵਾਰ ਇਕੱਠਾ ਹੀ ਸਾਡਾ ਵਾਹ ਜੀ ਵਾਹ ਬਹੁਤ ਵਧੀਆ ਹਾਂਜੀ ਹਾਂ ਫਰਜ਼ ਵੀ ਇਹ ਵੀ ਚੰਗਾ ਮੈਸੇਜ ਹੈ ਹਾਂਜੀ ਫਰਜ਼ ਵੀ ਬਣਦਾ ਮੇਰਾ ਵੀ ਉਹਨਾਂ ਦੀ ਡਿਊਟੀ ਮੈਂ ਨਿਭਾਵਾਂ ਕੋਈ ਨਹੀਂ ਇਹ ਮਿਲਦੇ ਨਹੀਂ ਜੀ ਹੁੰਦੇ ਭੈਣ ਭਰਾ ਦੁਆਰਾ ਬੰਦਾ ਫੇਰ ਬਾਅਦ ਚ ਪਸਤਾਉਂਦਾ ਹੈ ਹਮ ਕਿਹੜਾ ਬੰਦਾ ਜੈਲ ਸੀ ਕਰੀ ਜਾਂਦਾ ਵੀ ਮੇਰਾ ਭਰਾ ਉੱਚਾ ਨਾ ਹੋ ਜੇ ਮੇਰਾ ਪਰਵਾਦ ਚ ਇਹ ਰਿਸ਼ਤਿਆਂ ਨੂੰ ਬੰਦਾ ਜਦੋਂ ਚਲਿਆ ਜਾਂਦਾ ਫਿਰ ਪਛਤਾਉਂਦਾ ਜੀ ਹਮ ਸਾਨੂੰ ਜਿਉਂਦਿਆਂ ਦੀ ਕਦਰ ਨਹੀਂ ਹਮ ਮਰਿਆਂ ਤੋਂ ਜੀ ਅਸੀਂ ਫਿਰ ਬਹੁਤ ਪਛਤਾਉਨੇ ਆ ਫਿਰ ਫੋਟਾਂ ਵੀ ਪਾਉਨੇ ਆ ਵੀ ਆਏ ਉਹ ਜਿਵੇਂ ਬਹੁਤ ਕੁਝ ਫਿਰ ਜਿੱਦਣ ਸਸਕਾਰ ਤੇ ਜਾਂਦੇ ਆ ਜਦੋਂ ਬਹੁਤ ਪਛਤਾਵਾ ਹੁੰਦਾ ਬਹੁਤ ਪਛਤਾਵਾ ਹੁੰਦਾ ਇਸ ਕਰਕੇ ਕਿਉਂਕਿ ਰਿਸ਼ਤੇ ਵੀ ਉਹ ਸੱਚੇ ਪਾਤਸ਼ਾਹ ਨੇ ਬਣਾਏ ਨੇ ਜੀ ਆਪਾਂ ਨੂੰ ਵਰਤਨ ਖਾਤਰ ਹੂੰ ਜੇ ਅਸੀਂ ਉਹਨਾਂ ਨਾਲ ਵਰਤਾਂਗੇ ਤਾਂ ਹੀ ਸਾਨੂੰ ਆਪਾਂ ਪਿਆਰ ਕਰਾਂਗੇ ਅਗਲਾ ਵੀ ਪਿਆਰ ਕਰੂ ਜਿਹੜਾ ਨਹੀਂ ਕਰਦਾ ਉੱਥੇ ਇੱਕ ਵਾਰ ਜਾਇਆ ਉਹ ਅਗਲੀ ਵਾਰ ਨਾ ਜਾਓ ਹੂੰ ਪਤਾ ਹੀ ਲੱਗ ਜਾਂਦਾ ਵੀ ਬੈਠਣ ਨੂੰ ਕਹਿੰਦਾ ਅਗਲਾ ਕਿ ਨਹੀਂ ਹੂੰ ਨਹੀਂ ਨਹੀਂ ਫਿਰ ਆਪਣਾ ਵਧੀਆ ਇਸ ਕਰਕੇ ਭੈਣ ਭਰਾ ਵੀ ਨਹੀਂ ਮਿਲਦੇ ਜੀ ਆਪਣੇ ਨਾਲ ਤਾਂ ਜ਼ਰੂਰ ਗੱਲਾਂ ਕਰਨੀ ਚਾਹੀਦੀ ਨੇ ਜ਼ਰੂਰ ਜੀ ਜ਼ਰੂਰ ਹਾਂ ਜੀ ਕਿਉਂਕਿ ਮਰਿਆਂ ਤੇ ਗੱਲਾਂ ਨਹੀਂ ਪਸਤਾਵਾ ਹੋਏ ਕਰਦਾ ਫਿਰ ਬਿਲਕੁਲ ਜੀ ਬਿਲਕੁਲ ਹੂੰ ਇਸ ਕਰਕੇ ਵੀ ਮੇਰਾ ਫੇਰ ਦੁਬਾਰਾ ਕਹਿਣਾ ਵੀ ਸਾਰੇ ਵੀਰਾਂ ਨੂੰ ਵੀ ਡੌਂਕੀ ਵਾਲਾ ਚੱਕਰ ਚ ਕੋਈ ਵੀ ਨਾ ਪਾਓ ਵੀ ਬਹੁਤ ਨੁਕਸਾਨ ਚੱਲਣਾ ਪੈਂਦਾ ਹੈ ਪਿੱਛੇ ਪਰਿਵਾਰ ਅੱਧ ਪਸਤਾਉਂਦਾ ਹਮ ਹਾਲੇ ਤਾਂ ਤੁਸੀਂ ਦੱਸਿਆ ਨਹੀਂ ਸੀ ਨਹੀਂ ਤਾਂ ਟੈਨਸ਼ਨ ਚ ਪਤਾ ਨਹੀਂ ਬਿਲਕੁਲ ਜੀ ਬਿਲਕੁਲ ਕਿੰਨਾ ਕੰਮ ਖਰਾਬ ਹੈ ਬਹੁਤ 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 ਜੀ ਪਰ ਜਦੋਂ ਉਹਨਾਂ ਨੂੰ ਖਬਰ ਪਤਾ ਲੱਗ ਜਾਂਦੀ ਜਦੋਂ ਉਹਨਾਂ ਤੋਂ ਪੈਸੇ ਮੰਗੇ ਆ ਏਜੰਟ ਨੇ ਦੱਸਤਾ ਜੀ ਫਿਰ ਹਾਂ ਜੀ ਹਾਂ ਉਦੋਂ ਫਿਰ ਟੈਨਸ਼ਨ ਹੋ ਗਈ ਉਹ ਨਹੀਂ ਕਰ ਹਾਂ ਜੀ ਹਾਂ ਜੀ ਹੋ ਗਈ ਸੀ ਫਿਰ ਫੋਨ ਤਾਂ ਫਿਰ ਤਾਂ ਵਾਰ-ਵਾਰ ਕਰਦੇ ਰਹੇ ਜੀ ਨਹੀਂ ਤੁਹਾਨੂੰ ਇੰਨੇ ਸਮੇਂ ਦੇ ਵਿੱਚ ਤੁਹਾਡਾ 1 ਸਾਲ ਦਾ ਬੱਚਾ ਜਾਂ ਬੇਟੀ ਸੀ ਬੇਟਾ ਬੇਟੀ ਸੀ ਜੀ ਬੇਟੀ ਤੇ ਬੇ ਬੇਟਾ ਕਿੰਨੇ ਸਾਲ ਦਾ ਸੀ ਬੇਟਾ ਤਾਂ ਜੀ ਬਾਅਦ ਚ ਜਨਮ ਲਿਆ ਜੀ ਅੱਛਾ ਬੇਟਾ ਬਾਅਦ ਚ ਬੇਟੀ 1 ਸਾਲ ਦੀ ਤੁਹਾਨੂੰ ਆਏ ਨਹੀਂ ਹੋਏ ਵੀ ਮੇਰੀ ਬੇਟੀ ਹੈ ਪਿੱਛੇ ਮੈਂ ਰੁਕਾਂ ਉਹ ਮੋਹ ਨੇ ਰੋਕਿਆ ਨਹੀਂ ਤੁਹਾਨੂੰ ਰੋਕਿਆ ਤਾਂ ਆਹਾਂਗਾ ਜੀ ਜੀ ਫਿਰ ਐ ਹੁੰਦਾ ਜੀ ਵੀ ਚਲੋ ਦੋ ਭਰਾ ਐ ਵੀ ਕੋਈ ਸੈਟਲ ਹੋ ਜੂ ਮੈਨੂੰ ਕਹਿੰਦੇ ਵੀ ਤੂੰ ਖੇਤੀਬਾੜੀ ਕਰਦਾ ਔਰੇ ਕੰਮ ਕਰ ਐ ਨਿਆਣਾ ਛੋਟਾ ਮੈਨੂੰ ਪਤਾ ਨਹੀਂ ਤੈਨੂੰ ਚਲੋ ਪਤਾ ਵਿਆਹ ਵਿੱਕ ਜਾਣਾ ਉੱਥੇ ਸੈੱਟ ਹੋ ਜੂਗਾ ਇੱਕ ਆਪਣਾ ਔਰੇ ਕਰ ਕਿਉਂਕਿ ਪਹਿਲਾਂ ਵੀ ਸਾਡਾ ਪਰਿਵਾਰ ਜਾਦੇ ਪੰਜ ਭਰਾ ਸੀ ਡੈਡੀ ਹੁਣੀ ਤਿੰਨ ਚਾਚਾ ਜੀ ਹੁਣੀ ਬਾਹਰ ਨੇ ਤਾਂ ਕਰਕੇ ਪਰ ਵਧੀਆ ਸਾਡਾ ਪਿਆਰ ਹੈ ਜੀ ਪਰਿਵਾਰ ਦਾ ਜਦੋਂ ਬੰਦਾ ਚਲੋ ਇੱਕ ਤਾਂ ਤੁਹਾਨੂੰ ਚੌ ਚ ਤੁਸੀਂ ਕਹਤ ਵੀ ਮੈਨੂੰ ਤਾਂ ਚੌ ਚੜ ਗਿਆ ਭਾਈ ਰੂਹ ਵਾਲੇ ਕਿੱਦੇ ਦੇਖ ਕੇ ਹਾਂਜੀ ਹਾਂਜੀ ਜਦੋਂ ਤੁਸੀਂ ਜੇਲ੍ਹ ਚ ਚਲੇ ਗਏ ਫੇਰ ਕਦੇ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਕੌਣ ਕੌਣ ਯਾਦ ਆ ਰਿਹਾ ਸੀ ਭਾਈ ਫੇਰ ਤਾਂ ਜੀ ਸਾਰਾ ਪਰਿਵਾਰ ਹੀ ਯਾਦ ਆਉਂਦਾ ਸੀ ਜੀ ਜਾਦੇ ਤਾਂ ਮਾਪੇ ਬਾਪ ਤਾਂ ਹੁਣੇ ਹੀ ਹੁਣੇ ਤੇ ਬੱਚਿਆਂ ਤੇ ਵੀ ਵੀ ਬੇਟੀ ਜਾਂ ਛੋਟੀ ਉਹਨੂੰ ਕੀ ਅੱਜ ਤੋਂ ਬਾਅਦ ਕੀ ਹੋਊਗੀ ਉੱਥੇ ਕਿਉਂਕਿ ਜੀ ਫਿਰ ਪਤਾ ਨੀਤੀ ਨਾਲ ਵੀ ਅੱਗੇ ਕੀ ਹੋਣਾ ਜੀ ਹਮ ਯਾਰ ਕੀਰਾਂ ਤਾਂ ਫੜ ਲਿਆ ਹੈ ਹੋਊਗਾ ਵੀ ਹੁਣ ਕਿਸੇ ਦੀ ਆਪਾਂ ਜੀ ਕਾਨੂੰਨ ਤੋੜੀਏ ਕਿਸੇ ਦੀ ਕੰਟਰੀ 'ਚ ਜਾਈਏ ਦੋ ਨੰਬਰ 'ਚ ਅਗਲੇ ਦਾ ਕੀ ਪਤਾ ਜੀ ਕੀ ਕਾਨੂੰਨ ਹੈ ਵੀ ਫਾਂਸੀ ਦੇਂਦੇ ਨੇ ਗੋਲੀ ਮਾਰਦੇ ਨੇ ਜਾਂ ਕੀ ਸਜ਼ਾ ਕਰਦੇ ਨੇ ਜੀ ਹਮ ਉਹ ਤਾਂ ਫਿਰ ਪ੍ਰੇਸ਼ਾਨ ਹੁੰਦਾ ਹੀ ਆ ਜੀ ਬੰਦਾ ਹਮ ਯਾਨੀ ਮਗਰ ਤਸਵੀਰ ਤਾਂ ਚੱਲ ਪਈ ਹੋਣੀ ਨਾ ਮੋਰੇ ਸਾਰੀ ਪਰਿਵਾਰ ਦੀ ਹਾਂਜੀ ਹਾਂ ਹੁਣ ਵੀ ਚੱਲਦੀ ਆ ਜੀ ਹੁਣ ਆਪਾਂ ਕਰਦੇ ਆ ਵੀ ਸਾਰੀ ਰੀਲ ਚੱਲਦੀ ਆ ਵੀ ਕਿੱਥੇ ਤੋਂ ਕਿੱਦਾਂ ਗਿਆ ਉਹ ਜਿਹੜਾ ਕਾਫੀ ਗੱਲਾਂ ਤਾਂ ਬਹੁਤ ਆਪਾਂ ਨੇ ਨਹੀਂ ਕਰੀਆਂ ਅੱਛਾ ਹਾਂਜੀ ਹਾਂ ਵੀ ਕਿੱਥੇ ਤੋਂ ਕਿੱਦਾਂ ਕੀ ਇਸ ਕਰਕੇ ਵੀ ਡੌਂਕੀ ਵਾਲਾ ਤਾਂ ਜੀ ਭੁੱਖਣ ਭੁੱਖੇ ਵੀ ਰਹਿਣਾ ਪਿਆ ਬਿਲਕੁਲ ਜੀ ਬਹੁਤ ਬਹੁਤ ਹਮ ਅੱਜ ਵੀ ਹਾਲਾਤ ਕਿਉਂਕਿ ਕਿਉਂਕਿ ਜੀ ਜੇਲ੍ਹ 'ਚ ਮੈਂ ਮੀਟ ਖਾਂਦਾ ਨਹੀਂ ਮੈਂ ਪਾਣੀ আর ਉਹ ਚੀਨੀ ਜੀ ਖਾ ਕੇ ਸਮਾਂ ਕੱਢਿਆ ਹਮ ਬਰੈਡ ਜੇਤੀ ਜੀ ਉੱਥੇ ਹੈਗਾ ਜੀ ਮਾਸ ਮੀਟ ਹੈ ਜੀ ਹੂੰ ਉਹ ਕੰਟਰੀਆਂ ਉਹਨਾਂ ਨੂੰ ਕਿਹੜਾ ਕੁੱਟਿਆ ਨਹੀਂ ਗੇਲ ਚ ਤੁਹਾਨੂੰ ਆਸਟਰੀਆ ਕੁੱਟਿਆ ਤੀ ਜੀ ਜਦੋਂ ਉਹ ਸਟੇਸ਼ਨ ਤੋਂ ਫੜਿਆ ਤੀ ਜੀ ਅੱਛਾ ਹਾਂਜੀ ਕਿੰਨਾ ਕੁ ਜੀ ਉਹਨਾਂ ਕੋਲ ਬਸ ਉਹ ਦੋ ਤਿੰਨ ਕ ਡੰਡੇ ਮਾਰੇ ਤੀ ਅਣੀ ਉਹ ਕਹੀਂ ਜਾਣ ਵੀ ਸਾਨੂੰ ਹੁਣ ਬੋਲੀ ਨਹੀਂ ਤੀ ਆਉਂਦੀ ਵੀ ਉਹ ਫਿਰ ਆਹ ਚੀਜ਼ ਕਹੀਂ ਜਾਣ ਜੀ ਵੀ ਉਰੇ ਬਾਬੇ ਦੀ ਉਹ ਸਾਪੀ ਵੀ ਤੀ ਉਹਨਾਂ ਨੂੰ ਐਂ ਤੀ ਵੀ ਕੋਈ ਇਹ ਕੋਈ ਭੈਂਡ ਜਾਂ ਕੀ ਹੈ ਉਹ बार-बार ਐ ਕਹਿੰਗੇ ਵੀ ਇਹ ਕੀ ਆ ਇਹ ਹੋ ਕੀ ਆ ਹੂੰ ਹੂੰ ਉਹ ਸਾਨੂੰ ਸਮਝ ਨਹੀਂ ਤੀ ਆਉਂਦੀ ਜੀ ਵੀ ਕੀ ਕਹਿੰਦੇ ਨੇ ਜੀ ਇਹ ਤਾਂ ਉਹਨਾਂ ਨੂੰ ਐ ਹੋ ਵੀ ਕਿਤੇ ਕੋਈ ਹੁਣ ਸਮਝ ਨਹੀਂ ਲੱਗਦੀ ਉਹਨਾਂ ਨੂੰ ਅਸੀਂ ਐ ਕਹਿੰਗੇ ਵੀ ਗੋੜ ਆ ਇਹ ਬਸ ਉਹ ਸਮਝਣ ਨਾਲ ਦੋ ਤਿੰਨ ਡਾਂਗਾਂ ਹੋਸ਼ ਟੋਟ ਜਿੰਨੀ ਕਹਿੰਦੇ ਸੀ ਹੋਠ ਠੋਕ ਦਿੰਦੇ ਸੀ ਰੱਬ ਚੇਤੇ ਕਰਾ ਰਹੇ ਸੀ ਨਾ ਤੁਹਾਨੂੰ ਹਾਂਜੀ ਹਾਂ ਬਿਲਕੁਲ ਬਿਲਕੁਲ ਤੁਸੀਂ ਗੋੜ ਕਹਿੰਦੇ ਸੀ ਉਹ ਕਹਿੰਦੇ ਚਲ ਚੇਤੇ ਕਰ ਬਾਈ ਹਾਂਜੀ ਹਾਂ ਗੋੜ ਆਪਣਾ ਬਿਲਕੁਲ ਬਿਲਕੁਲ ਹੂੰ ਤੇ ਕੁਲ ਮਿਲਾ ਕੇ ਹਾਲਾਤ ਤਾਂ ਕਾਫੀ ਜ਼ਿਆਦਾ ਫਿਰ ਮਾੜੇ ਹੀ ਰਹੇ ਨੇ ਜੀ ਮਾੜੇ ਰਹੇ ਨੇ ਤੇ ਹੁਣ ਕਿਰਪਾ ਹੋਈ ਆ ਬਸ ਹੁਣ ਸੱਚੇ ਪਾਸਾਰ ਅਰਦਾਸ ਕਰਦੇ ਆ ਵੀ ਇਦਾਂ ਹੀ ਹੁਣ ਕਦੇ ਬਣੂਗਾ ਪਾਸਪੋਰਟ ਕਹਿੰਦੇ ਹੁਣ ਕਰਨੀ ਪਊ ਜੀ ਗੱਲ ਹੁਣ ਦੁਬਾਰੇ ਫੇਰ ਮੈਂ ਕੀਤੀ ਨਹੀਂ ਜੀ ਹੁਣ ਬੰਦੇ ਐਂ ਤਾਂ ਜੀ ਉੱਥੇ ਬੈਠੇ ਨੇ ਜੀ ਠੱਗ ਬਹੁਤ ਹੂੰ ਬਾਹਰ 34 ਸੈਂਟਰ ਦੇ ਵਿੱਚ ਕੋਈ 3.5 ਲੱਖ ਮੰਗਦਾ ਕੋਈ 4 ਲੱਖ ਮੰਗਦਾ ਪਰ ਉਹ ਕਹਿੰਦੇ ਅਸੀਂ ਇੱਕ ਬਾਰੇ ਬਣੂਗਾ ਫੇ ਰੀਨਿਊਨਲ ਫੇ ਕਹਿੰਦੇ ਜਿੱਥੇ ਵਗ ਜੇਗਾ ਉੱਥੇ ਹੀ ਰਹੇਗਾ ਮੈਂ ਕਹਾਂ ਵੀ ਮਤਲਬ ਕਿ ਜੇਲੇ ਭੇਜਣਾ ਚਾਹੁੰਦੇ ਤੁਸੀਂ ਹਾਂ ਮੈਂ ਕਹਾਂ ਜੀ ਬੱਸ ਧੰਨਵਾਦ ਜੇਲ੍ਹ ਭੱਗ ਗਿਆ ਜੇਲੇ ਰਹਿ ਗਿਆ ਹਾਂ ਮੈਂ ਹੈ ਜੀ ਨਾ ਨਾ ਬੱਸ ਠੀਕ ਹੈ ਜੀ ਧੰਨਵਾਦ ਵੀ ਅਸੀਂ ਨਹੀਂ ਬਣਾਉਣਾ ਉੱਥੇ ਹੈਗਿਆ ਨੇ ਦੋ ਲੇਡੀਜ਼ ਨੇ ਉਹ ਬਹੁਤ ਚੱਕਰ ਚ ਪਾਉਂਦੀਆਂ ਨੇ ਕਈ ਵਿਚਾਰੇ ਫਸ ਵੀ ਜਾਂਦੇ ਨੇ ਕਿਉਂਕਿ ਹੁਣ ਤਾਂ ਹਰ ਪਿੰਡ ਵਾਲਿਆਂ ਨੂੰ ਜੀ ਬਾਹਰਲਾ ਦੇਸ਼ ਹੀ ਦਿਖਦਾ ਹ ਹਮ ਦੇਖੋ ਹੁਣ ਕਿੰਨਾ ਕਨੇਡਾ ਕਨੇਡਾ ਹੀ ਹੋ ਰਹੀ ਹੈ 에어ਪੋਰਟ ਉਹ ਭਰਿਆ ਪਿਆ ਜੀ ਦਿੱਲੀ ਵਾਲਾ ਹਮ ਬੁਰਾ ਹਾਲ ਹੈ ਜੀ ਪਰ ਉੱਥੇ ਉੱਥੇ ਜਾਂਦੇ ਨੇ ਜੀ ਲੋਕ ਉੱਥੇ ਫਿਰ ਪਸਤਾਉਂਦੇ ਨੇ ਹੁਣ ਤਾਂ ਬਹੁਤ ਹਾਲਾਤ ਮਾੜੇ ਹੋ ਗਏ ਜੀ ਦੇਸ਼ਾਂ ਲਈ ਬਹੁਤ ਜੀ ਬਹੁਤ ਇਸ ਕਰਕੇ ਆਪਣੇ ਦੇਸ਼ ਦੇ ਵਿੱਚ ਰਹੋ ਭਾਈ ਇਹਦੇ ਜਿੰਨਾ ਮਤਲਬ ਕਿ ਮੈਨੂੰ ਨਹੀਂ ਲੱਗਦਾ ਜੀ ਕਿਤੇ ਕੋਈ ਸਕੂਨ ਹੈ ਜਾਂ ਮਤਲਬ ਕਿ ਸਕੂਨ ਦੀ ਗੱਲ ਕਰ ਲਈਏ ਜੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਦੇਖੋ ਜੀ ਆਪਣੀ ਧਰਤੀ ਗੁਰੂਆਂ ਪੀਰਾਂ ਵਾਲੀ ਧਰਤੀ ਆ ਜੀ ਕਿੰਨੇ ਇੱਥੇ ਇਤਿਹਾਸ ਰਚੇ ਹੋਏ ਨੇ ਜੀ ਉਹਨਾਂ ਨੂੰ ਆਪਣਾ ਹਰ ਇੱਕ ਗੁਰਸਿੱਖ ਉੱਥੇ ਜਾਂਦਾ ਜੀ ਉਹਨਾਂ ਨੂੰ ਨਤਮਸਤਕ ਹੁੰਦੇ ਨੇ ਜੀ ਸਾਡੇ ਪੰਜ ਤਾਕਤ ਨੇ ਕਿੰਨਾ ਸਾਡਾ ਉੱਥੇ ਦੇ ਗੁਰਦੁਆਰੇ 'ਚ ਮੱਥਾ ਟੇਕਣਾ ਜਾਂ ਇੱਥੇ ਇਤਿਹਾਸਕ ਸਥਾਨ ਦੇ ਉੱਤੇ ਜਾ ਕੇ ਦੇਖਣਾ ਬਹੁਤ ਫਰਕ ਬਹੁਤ ਫਰਕ ਮਹਿਸੂਸ ਬਹੁਤ ਬਹੁਤ ਹਾਂਜੀ ਅਲੱਗ ਭਾਵਨਾ ਕਿਉਂਕਿ ਉਰੇ ਤਾਂ ਸਾਡੇ ਗੁਰੂਆਂ ਸਾਹਿਬ ਨੇ ਰਹੇ ਨੇ ਜੀ ਹਾਂਜੀ ਹਾਂ ਉਰੇ ਉਹਨਾਂ ਨੇ ਆਪਣੀ ਬਾਣੀ ਪੜ੍ਹੀ ਆ ਬਾਣੀ ਲਿਖੀ ਹੈ ਜੀ ਹੁਣ ਉੱਥੇ ਕੀ ਹੈ ਜੀ ਉੱਥੇ ਤਾਂ ਇੱਕ ਆਪਣੇ ਮਨ ਨੂੰ ਉਹ ਕਰਨ ਖਾਤਰ ਉੱਥੇ ਉਹਨਾਂ ਨੇ ਬਣਾ ਲਿਆ ਕਈ ਤਾਂ ਦੱਸਦੇ ਨੇ ਜੀ ਵੀ ਉੱਥੇ ਗੁਰੂ ਘਰ ਉਹ ਬਣਾਏ bizness ਬਣਾਇਆ ਵਾ ਵੀ ਉਹਨਾਂ ਨੇ ਗੁਰੂ ਘਰ ਬਣਾ ਲੇ ਉੱਥੇ ਪਾਠੀ ਸਿੰਘ ਰੱਖ ਲਿਓ ਜਿਹੜਾ ਆਮਦਨ ਉਹ ਆਪਣਾ ਪੈਸੇ ਬਸ ਰੱਖਦੇ ਜਿਨੀ ਆ ਵੀ ਕਹਿੰਦੇ ਉੱਥੇ bizness ਹੈ ਜੀ ਹੂੰ ਵੀ ਉਰੇ ਤਾਂ ਜੀ ਹੁਣ ਵਧੀਆ ਮੱਕੀ ਦੀ ਰੋਟੀ ਸਰੋਂ ਦਾ ਸਾਗ ਬਣਾ ਬਣਤਾ ਉੱਥੇ ਵੀ ਜਾਂਦਾ ਹੈ ਹਮ ਪਰ ਜਿਹੜਾ ਉਰੇ ਵਾਲਾ ਉਰੇ ਵਾਲਾ ਤਾਂ ਵੱਖਰਾ ਹੀ ਨਜ਼ਾਰਾ ਜੀ ਸਵਾਦ ਲੱਗੇ ਜੀ ਜੀ ਬਹੁਤ ਵਧੀਆ ਚਲੋ ਬਹੁਤ ਸ਼ੁਕਰੀਆ ਤੁਸੀਂ ਗੱਲਬਾਤ ਕੀਤੀ ਔਰ ਮੈਨੂੰ ਲੱਗਦਾ ਵੀ ਇਸੇ ਮੁਲਾਕਾਤ ਤੋਂ ਜ਼ਰੂਰ ਸੇਰ ਲੈਣਗੇ ਤੁਹਾਡੀ ਜੀ ਹਮ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਭਾਈ ਗੁਰਦੀਪ ਸਿੰਘ ਜਿਨ੍ਹਾਂ ਨੇ ਆਪਣਾ ਤਜਰਬਾ ਸਾਂਝਾ ਕੀਤਾ ਉਨਾ ਨੌਜਵਾਨਾਂ ਨੂੰ ਭੈਣ ਭਰਾਵਾਂ ਨੂੰ ਮਾਵਾ ਨੂੰ ਬਜ਼ੁਰਗਾਂ ਨੂੰ ਇੱਕ ਮਿੰਤੇ ਕੀਤੀ ਹੈ ਵੀ ਭੇਜੋ ਬੱਚੇ ਭੇਜਣੇ ਆ ਪਰ ਜੋ ਇਹਨਾਂ ਦੇ ਨਾਲ ਵਾਪਰੀ ਆ ਇਸ ਤਰ੍ਹਾਂ ਨਾ ਹੋਵੇ ਇਸ ਕਰਕੇ ਭਾਈ ਜੀ ਮਿੰਤਾਈਆਂ ਬਿੰਦੂ ਨੰਬਰ ਵਾਲਾ ਪੰਗਾ ਨਾ ਲਿਓ ਕਿਉਂਕਿ ਤੁਹਾਡੇ ਬੱਚੇ ਹੀ ਤੁਹਾਡੀ ਸਭ ਤੋਂ ਵੱਡੀ ਪ੍ਰਾਪਰਟੀ ਹੁੰਦੇ ਆ ਜੇ ਇਹ ਹੀ ਨਾ ਮੁੜੇ ਤਾਂ ਫੇਰ ਸਾਡੇ ਪੱਲੇ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿਣਾ ਇਸ ਕਰਕੇ ਅਸੀਂ ਵੀ ਪੰਜਾਬੀ ਲੋਕ ਚੈਨਲ ਵੱਲੋਂ ਮੈਂ ਖੁਦ ਨਜੀ ਤੌਰ ਤੇ ਵੀ ਤੁਹਾਨੂੰ ਅਪੀਲ ਕਰਦਾ ਬੇਨਤੀ ਕਰਦਾ ਵੀ ਜੇਕਰ ਆਪਣੇ ਬੱਚਿਆਂ ਨੂੰ ਤੁਸੀਂ ਬਾਹਰ ਵਿਦੇਸ਼ ਭੇਜਣਾ ਚਾਹੁੰਦੇ ਹੋ ਤੇ ਤੁਹਾਡਾ ਬੱਚਾ ਹਿੰਡ ਕਰਦਾ ਗਲਤ ਤਰ੍ਹਾਂ ਵੀ ਜਾਣ ਲਈ ਤਾਂ ਉਹਨੂੰ ਕਿਰਪਾ ਕਰਕੇ ਰੋਕੋ ਜਿਵੇਂ ਮਰਜ਼ੀ ਜਿੱਦ ਉਹਦੀ ਪੂਰੀ ਨਾ ਕਰੋ ਇੱਕ ਨੰਬਰ ਦੇ ਵਿੱਚ ਜਾਂ ਸਹੀ ਤਰੀਕੇ ਦੇ ਨਾਲ ਹੀ ਆਪਣੇ ਬੱਚੇ ਨੂੰ ਵਿਦੇਸ਼ ਨੂੰ ਤੋਰੋ ਬਹੁਤ ਧੰਨਵਾਦ